शेरे पंजाब 601 ते निघा हार्दिक स्वागत है। मैं तुहाडा मेजबान हरजीत सिंह गिल द हरजीत सिंह गिल शो लैके तुहाडी सेवा दे विच हाजिर हाँ। 10:12 होए ने 27 फरवरी का दिन है, वरा 2023 का सोमवार है। 15 फगण नानक शे संबत 554 निघा हार्दिक स्वागत है। चलांगे पंजाब नूं देश पंजाब दे झरोखे चो सरार नवकिरण सिंह पत्ती दे नाल करांगे गल्लबात, फिर कुछ खबरां सांझियां करांगे। पंजवीं कड़ी श्री दसम ग्रंथ साहब जी के बारे जानकारी शंके ते समाधान ते किताब दे लेखक सरदार गुरचरण सिंह सेखों आउणगे। 3 चरित्र प्रख्यान ते अज गलबात होएगी ते अगले सोमवार तुहाडे खुले सवाल जिहड़े ने उहनां नूं लै जाणगे, उहनां नाल गलबात तुहाडे सवालां दे जवाब देणगे, क्योंकि वध तों वध जानकारी देण तों बाद तुहाडे सवाल फिर वाजिब ने। एक पासे दियां खबरां वरियां वधी चलदियां रहियां, एक पासे तो हट के कुछ होर जानकारी भी चाहिए है, एक खबर का दूजा पहलू भी होना चाहिए है, उहदे बारे यह कोशिश है। बाकी निर्णा तुसीं करना है, कोई थोपण दी नहीं गल, साडा जिहड़ा कम है वह जानकारी वो देना है, मर्जी तुहाडी है। हर एक बंदे कोल सोचण दी शक्ति है। आखिरी घंटे च 2 खबरां तुहाडे सन्मुख करनियां ने। चीन की साडे देश विच दखल अंदाजी, किस तरह नॉमीनेशन एक लिबरल MP की जीती गई टोरंटो दे कोल, कौंसल जनरल ने जिहड़ा चाइनीज़ एम्बेसी है उसने किवें बस भर के चीने लोगों की बजुर्गों की भेजी तो उन्हें वोटां पाईया। खैर लोगों लिए बाकी लिए नवी होगी, भाईचारे साडे लिए तो नवी है नहीं, भी किवें बसा भर के वोटां पाउंदे ने। ते नाल ही जिहड़ी सेफ थर्ड कंट्री एग्रीमेंट है STCA ਇਹ ਕੀ ਹੈ, ਇਹ ਸੇਫ ਥਰਡ ਕੰਟਰੀ ਹੈ ਕੀ, ਇਹਦੇ ਬਾਰੇ ਜਾਣਕਾਰੀ। ਰੌਕਸੈਮ ਸੜਕ ਦੀ ਬਹੁਤ ਗੱਲ ਚੱਲ ਰਹੀ ਹੈ, ਪ੍ਰੀਮੀਅਰ ਫਰਾਂਸਵਾ ਲਿਗਾਲ ਨੇ ਬਹੁਤ ਜ਼ੋਰ ਪਾ ਕੇ ਕਿਹਾ, ਪੀਅਰ ਪੋਲੀਐਵ ਕਹਿ ਰਹੇ ਨੇ ਕਿ ਇਹ ਬੰਦ ਕਰੋ, ਇਹ ਹੋ ਕੀ ਰਿਹਾ ਹੈ। ਅਤੇ 2004 ਦਾ ਦਸਤਖਤ ਕੀਤੇ ਹੋਏ ਟਰੂਡੋ ਨੇ ਕਹਿ ਰਹੇ ਨੇ ਪ੍ਰਧਾਨ ਮੰਤਰੀ ਕਿ ਬਾਈਡਨ ਆ ਰਿਹਾ ਅਗਲੇ ਮਹੀਨੇ, ਬਾਈਡਨ ਦੇ ਨਾਲ ਮੈਂ ਗੱਲ ਕਰਾਂਗਾ ਓਟਵਾ 'ਤੇ। ਪਹਿਲੀ ਸਟੇਟ ਵਿਜ਼ਿਟ 'ਤੇ ਰਾਸ਼ਟਰਪਤੀ ਬਾਈਡਨ ਪਹੁੰਚ ਰਹੇ ਨੇ ਕੈਨੇਡਾ। ਸੋ ਪਰ ਇਹਦੇ ਵਿੱਚ ਕੀ ਘੁੰਡੀ ਹੈ ਇਹ ਮੈਂ ਅੱਜ ਸਮਝਾਉਣ ਦਾ ਯਤਨ ਕਰਾਂਗਾ। ਕਹਿੰਦੇ ਸਸਕੈਚੂਨ ਦੇ ਵਿੱਚ 8-10 ਸੈਂਟ ਪਾਉਂਡ ਦੀ ਕਣਕ ਵਿਕਦੀ ਹੈ ਅਤੇ 20 ਪਾਉਂਡ ਦਾ ਆਟੇ ਦਾ ਬੈਗ ਸਰੀ 'ਚ ਵਿਕਦਾ $16 ਦਾ, ਜਿਹੜਾ $8 ਤੋਂ 16 ਦਾ ਹੋਇਆ, ਅਤੇ ਕੋਈ ਸ਼ਿਪਿੰਗ ਨਹੀਂ, ਕੋਈ ਕੰਟੇਨਰ ਨਹੀਂ, ਉਹੀ ਭਾੜਾ ਟਰੱਕਾਂ ਦਾ। ਇਹਨੂੰ ਕੋਈ ਪੁੱਛਣ ਪ੍ਰਤੀਤ ਵਾਲਾ ਕੋਈ ਹੈ, ਇਹ ਜ਼ਮਾਖੋਰੀ ਜਿਹੜੀ ਆ ਮੁਨਾਫਾਖੋਰੀ ਹੋ ਰਹੀ ਹੈ। ਕੀਮਤਾਂ ਵਧੀਆਂ, 22,000 ਦਾ ਜਦ ਕੰਟੇਨਰ ਆਉਣ ਲੱਗਿਆ ਕੋਵਿਡ ਦੇ ਦੌਰਾਨ 3500 ਤੋਂ, ਹੁਣ ਦੁਬਾਰਾ 3500 ਦਾ ਫੇਰ ਹੈ, ਪਰ ਕੀਮਤਾਂ ਨਹੀਂ ਘਟੀਆਂ, ਲੋਕ ਕੋਹਲੂ 'ਚ ਪੀੜੇ ਜਾ ਰਹੇ ਨੇ। ਮੋਟਿਆਂ ਢਿੱਡਾਂ ਵਾਲੇ ਇੱਥੇ ਵੀ ਹੈਗੇ ਆ, ਸਾਡੇ ਨੂੰ ਕੀ ਤੁਸੀਂ ਗੋਡੇ 'ਤੇ ਲਾਉਣਾ ਜਿਹੜਾ ਬੰਦਿਆਂ ਨੂੰ ਆਵਾਜ਼ਾਰ ਕਰ ਰਿਹਾ ਰੋਟੀ ਤੋਂ। ਛੇ ਸੌ ਚਾਰ ਦੋ ਸੌ ਚਾਰ ਜ਼ੀਰੋ ਛੇ ਸੌ ਨੰਬਰ ਹੈ, ਅਤੇ 604-729-1224 ਵਟਸਐਪ 'ਤੇ ਟੈਕਸਟ ਲਈ ਮੇਰਾ ਨੰਬਰ ਹੈ, ਜਿੱਥੇ ਤੁਹਾਡਾ ਸੁਨੇਹਾ ਪਹੁੰਚਦਾ। ਤੇਰੀ ਦੀਦ ਦੇ ਪੁਜਾਰੀ ਜਾਂਦੇ ਮੰਜ਼ਲਾਂ ਮਕਾਈ, ਹੱਕ ਸੱਚ ਦਿਆਂ ਰਾਹੀਆਂ ਤੇਰੀ ਰੀਤ ਨਾ ਭੁਲਾਈ। ਇੱਕ ਉਹ ਵੀ ਨੇ ਜੋ ਲਿਖ ਗਏ ਸੱਚ ਨੂੰ ਬੇਦਾਵਾ, ਛੱਡ ਜੂਝਣੇ ਦੀ ਗੱਲ ਝੂਠਾ ਪਹਿਨਿਆ ਪਹਿਰਾਵਾ। ਇੱਕ ਜੂਝਦੇ ਨੇ ਰਣ ਸੀਸ ਤਲੀ 'ਤੇ ਟਿਕਾਈ, ਹੱਕ ਸੱਚ ਦਿਆਂ ਰਾਹੀਆਂ ਤੇਰੀ ਰੀਤ ਨਾ ਭੁਲਾਈ। ਹਾਲੇ ਫਤਵੇ ਨੇ ਲਾਉਂਦੇ ਚੰਦੂ ਵਰਗੇ ਜਲਾਦ, ਰੱਤ ਕਾਮਿਆਂ ਦੀ ਪੀਵੇ ਔਰੰਗੇ ਦੀ ਔਲਾਦ। ਗੰਗੂ ਜਿਹੀ ਬੇਈਮਾਨ ਜਾਂਦੇ ਰੁਤਬੇ ਨੇ ਪਾਈ, ਹੱਕ ਸੱਚ ਦਿਆਂ ਰਾਹੀਆਂ ਤੇਰੀ ਰੀਤ ਨਾ ਭੁਲਾਈ। ਆ ਗਈ ਭੇਸ ਬਟਾ ਕੇ ਲੁੱਟ ਖਾਣਿਆਂ ਦੀ ਢਾਣੀ, ਫਿਰਦੇ ਕੂੜ 'ਚ ਲਪੇਟੀ ਤੇਰੀ ਅਮਰ ਗੁਰਬਾਣੀ। ਤੈਨੂੰ ਆਖ ਕਰਾਂ ਮਾਤੀ ਜਾਂਦੇ ਜਨਤਾ ਨੂੰ ਖਾਈ, ਹੱਕ ਸੱਚ ਦਿਆਂ ਰਾਹੀਆਂ ਤੇਰੀ ਰੀਤ ਨਾ ਭੁਲਾਈ। ਹੱਕ ਸੱਚ ਦਿਆਂ ਰਾਹੀਆਂ ਤੇਰੀ ਰੀਤ ਨਾ ਭੁਲਾਈ। ਸ਼ਹੀਦ ਜੈਮਲ ਸਿੰਘ ਪੱਡਾ ਉਹਨਾਂ ਨੇ ਇਹ ਕਵਿਤਾ ਲਿਖੀ ਹੈ। ਸਰ ਨਵਕਿਰਨ ਸਿੰਘ ਪੱਤੀ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਜੇਲ੍ਹ 'ਚ ਬੰਦੇ ਨੁਕਸਾਨੇ ਗਏ 2 ਤੇ ਪੰਜਾਬ ਯੂਨੀਵਰਸਿਟੀ 'ਚ ਇੱਕ ਕਤਲ ਹੋਇਆ, ਕੀ ਕਹਾਣੀ ਆ ਸਾਰੀ ਜੀ? ਜੀ ਗਿੱਲ ਸਾਹਿਬ, ਦੇਖੋ ਜੇਲ੍ਹ ਦੇ ਵਿੱਚ
ਸਿੱਧੂ ਮੂਸੇਵਾਲਾ ਕਤਲਕਾਂਡ ਦੇ ਨਾਲ ਜੁੜੇ ਹੋਏ ਦੋ ਵਿਅਕਤੀਆਂ ਦੀ ਜਿਹੜੀ ਮੌਤ ਆ ਉਹ ਹੋਈ ਹੈ। ਜਾਣਕਾਰੀ ਇਹ ਮਿਲੀ ਹੈ ਕਿ ਸ੍ਰੀ ਗੋਇੰਦਵਾਲ ਸਾਹਿਬ ਦੀ ਜਿਹੜੀ ਕੇਂਦਰੀ ਜੇਲ੍ਹ ਹੈ ਉਹਦੇ ਚ ਗੈਂਗਸਟਰਾਂ ਦੇ ਦੋ ਧੜਿਆਂ ਦੇ ਵਿੱਚ ਆਪਸ ਦੇ ਵਿੱਚ ਝੜਪ ਹੋਈ। ਹਾਲਾਂਕਿ ਹੈ ਤਾਂ ਫੇਲੀਅਰ ਆ ਜਿਹੜਾ ਉਹ ਜੇਲ੍ਹ ਪ੍ਰਸ਼ਾਸਨ ਦਾ, ਕਿਉਂਕਿ 5-6 ਦਿਨ ਪਹਿਲਾਂ ਦੀ ਜਾਣਕਾਰੀ ਮਿਲ ਰਹੀ ਸੀਗੀ ਕਿ ਜਿਹੜਾ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਹੋਰਾਂ ਦਾ ਗੈਂਗ ਹੈ ਉਹਦੇ ਵਿੱਚ ਆਪਸ ਦੇ ਵਿੱਚ ਜਿਹੜਾ ਗਾ ਉਹ ਬਖੇੜਾ ਖੜਾ ਹੋ ਗਿਆ। ਜੱਗੂ ਭਗਵਾਨਪੁਰੀਆ ਦਾ ਗਰੁੱਪ ਉਹਦੇ ਚੋਂ ਅਲੱਗ ਨਿਕਲ ਗਿਆ ਔਰ ਗੋਲਡੀ ਬਰਾੜ ਵਾਲਾ ਗਰੁੱਪ ਹੈਗਾ ਜਿਹੜਾ ਉਹ ਅਲੱਗ ਖੜਾ ਹੋ ਗਿਆ। ਇੱਕੋ ਗਰੁੱਪ ਦੋ ਥਾਂ ਵੰਡਿਆ ਗਿਆ ਔਰ ਅੰਦਰ ਉਹਨਾਂ ਦੀ ਲੜਾਈ ਝਗੜੇ ਦੀਆਂ ਜਾਣਕਾਰੀਆਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਸੀ। ਉਹਦੇ ਚੱਲਦਿਆਂ ਪੁਲਿਸ ਦੀ ਇਹ ਜ਼ਿੰਮੇਵਾਰੀ ਬਣਦੀ ਸੀ, ਜੇਲ੍ਹ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਬੰਦੀਆਂ ਦੀ ਜਿਹੜੀ ਹੈਗੀ ਜਾਂ ਜੇਲ੍ਹ ਬਦਲੀ ਕਰਦੇ ਜਾਂ ਬੈਰ ਘੱਟੋ ਘੱਟ ਆ ਜਿਹੜੀ ਉਹ ਬਦਲਦੇ। ਲੇਕਿਨ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ, ਖੁਫੀਆ ਏਜੰਸੀਆਂ ਦੇ ਵੱਲੋਂ ਔਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਜਾਂ ਸਰਕਾਰ ਵੱਲੋਂ ਕਹਿ ਲਈਏ ਇਸ ਵਿਸ਼ੇ ਦੇ ਵਿੱਚ ਕੋਈ ਕਾਰਵਾਈ ਹੈ ਜਿਹੜੀ ਨਹੀਂ ਕੀਤੀ ਗਈ, ਜਿਹਦੇ ਚੱਲਦਿਆਂ ਕੇਂਦਰੀ ਜੇਲ੍ਹ ਦੇ ਵਿੱਚ ਟਕਰਾਅ ਹੋਇਆ। ਟਕਰਾਅ ਖੂਨੀ ਝੜਪ ਦੇ ਵਿੱਚ ਤਬਦੀਲ ਹੋ ਗਿਆ ਔਰ ਇਹਦੇ ਵਿੱਚ 5 ਜਾਣੇ ਜ਼ਖਮੀ ਹੋਏ। ਜ਼ਖਮੀਆਂ ਨੂੰ ਤਰਨ ਤਾਰਨ ਦੇ ਹਸਪਤਾਲ ਲਿਜਾਇਆ ਗਿਆ ਔਰ ਉੱਥੇ ਪਤਾ ਲੱਗਿਆ ਕਿ 2 ਜਾਣਿਆਂ ਦੀ, ਇੱਕ ਮਨਦੀਪ ਸਿੰਘ ਤੂਫਾਨ, ਇੱਕ ਮਨਮੋਹਨ ਸਿੰਘ ਮੋਹਣਾ ਦੀ ਜਿਹੜੀ ਮੌਤ ਆ ਗਈ ਉਹ ਹੋ ਗਈ ਹੈ ਤੇ ਤੀਜਾ ਕੇਸ਼ਵ ਨਾਮੀ ਹੈ ਜਿਹੜਾ ਗੈਂਗਸਟਰ ਉਹਦੀ ਹਾਲਤ ਗੰਭੀਰ ਆ, ਉਹ ਇਸ ਵਕਤ ਵੀ ਚੰਡੀਗੜ੍ਹ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਗਾ ਔਰ ਚੰਡੀਗੜ੍ਹ ਦੇ ਵਿੱਚ ਜੇਰੇ ਇਲਾਜ ਦੱਸਿਆ ਜਾਂਦਾ। ਹੁਣ ਪੁਲਿਸ ਨੇ 7 ਜਾਣਿਆਂ ਦੇ ਖਿਲਾਫ਼ ਕੇਸ ਹੈਗਾ ਜਿਹੜਾ ਦਰਜ ਕੀਤਾ। ਇਹਨਾਂ ਚੋਂ ਗਿੱਲ ਸਾਹਿਬ ਜਿਹੜਾ ਇਹ ਮਨਮੋਹਨ ਸਿੰਘ ਮੋਹਣਾ ਹੈ ਇਹ ਮਾਨਸਾ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਹੈ। ਇਹ ਮਨਮੋਹਨ ਮੋਹਣਾ ਬੁਢਲਾਡਾ ਜਿਹੜਾ ਮਾਨਸਾ ਜ਼ਿਲ੍ਹੇ ਦੇ ਵਿੱਚ ਬੁਢਲਾਡਾ ਕਸਬਾ ਪੈਂਦਾ, ਉੱਥੇ ਟਰੱਕ ਯੂਨੀਅਨ ਦਾ ਪ੍ਰਧਾਨ ਵੀ ਰਿਹਾ। ਪਹਿਲਾਂ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੁੜਿਆ ਹੋਇਆ ਸੀ। ਲਾਸਟ ਇਲੈਕਸ਼ਨ ਦੇ ਵੇਲੇ ਇਹ ਕਾਂਗਰਸ ਪਾਰਟੀ ਦੇ ਨਾਲ ਜੁੜ ਗਿਆ ਸੀ। ਇਹਦੇ ਤੇ ਇਲਜ਼ਾਮ ਮੋਹਣੇ ਤੇ ਲੱਗਿਆ ਸੀ ਕਿ ਇਹਨੇ ਰੈਕੀ ਕਰਵਾਈ ਹੈਗੀ ਸਿੱਧੂ ਮੂਸੇਵਾਲ ਦੀ, ਉਸੇ ਕੇਸ ਦੇ ਵਿੱਚ ਫੜਿਆ ਸੀ ਔਰ ਜੇਲ੍ਹ ਦੇ ਵਿੱਚ ਬੰਦ ਸੀਗਾ। ਦੂਸਰੇ ਜਿਹੜੇ ਵਿਅਕਤੀ ਦੀ ਮੌਤ ਹੋਈ ਹੈ ਮਨਦੀਪ ਸਿੰਘ ਤੂਫਾਨ ਜੀ ਦਾ ਕਤਲ ਹੋਇਆ ਜੇਲ੍ਹ 'ਚ, ਉਹ ਬਟਾਲਾ ਨੂੰ ਬਿਲੋਂਗ ਕਰਦਾ ਔਰ ਬਟਾਲੇ ਦਾ ਉਹ ਰਹਿਣ ਵਾਲਾ। 2 ਭਰਾ ਨੇ, ਇੱਕ ਵਿਦੇਸ਼ 'ਚ ਰਹਿੰਦਾ, ਇਹ ਵੀ ਵਿਆਹਿਆ ਹੋਇਆ ਸੀ, 2 ਛੋਟੇ ਛੋਟੇ ਬੱਚੇ ਨੇ। ਇਹ ਤੂਫਾਨ ਦੇ ਉੱਤੇ ਇਲਜ਼ਾਮ ਲੱਗੇ ਸੀ ਕਿ ਇਹਨੇ ਹਥਿਆਰ ਮੁਹੱਈਆ ਕਰਾਏ ਨੇ। ਇਹ ਦੋਨੇ ਜਿਹੜੇ ਨੌਜਵਾਨ ਨੇ ਉਹ ਸਿੱਧੂ ਮੂਸੇਵਾਲਾ ਕਤਲ ਮਸਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸੀ ਔਰ ਮੁਲਜ਼ਮ ਦੇ ਤੌਰ ਦੇ ਉੱਤੇ ਇਹਨਾਂ ਦਾ ਨਾਂ ਸਾਹਮਣੇ ਆਇਆ ਸੀ। ਇਹਨਾਂ ਤੇ ਦੋਸ਼ ਸੀ ਕਿ ਇਹਨਾਂ ਦੀ ਇਨਵੋਲਵਮੈਂਟ ਕੇਸ ਦੇ ਵਿੱਚ ਹੈਗੀ ਆ ਔਰ ਅੰਦਰ ਜਿਹੜਾ ਜੇਲ੍ਹ ਦੇ ਵਿੱਚ ਝਗੜਾ ਹੋਇਆ ਉਹਦੇ 'ਚ ਦੋਨਾਂ ਦੇ ਕਤਲ ਆ ਜਿਹੜੇ ਉਹ ਹੋਏ ਨੇ। ਉੱਧਰ ਗਿੱਲ ਸਾਹਿਬ, ਜੇ ਅੱਜ ਗੱਲਬਾਤ ਕਰਨੀ ਹੋਵੇ, ਦੇਖੋ 2 ਕਤਲ ਕੱਲ ਜੇਲ੍ਹ 'ਚ ਹੋਏ, ਅੱਜ ਪੰਜਾਬ ਦੇ ਵਿੱਚ 3 ਤੋਂ ਵੱਧ ਕਤਲ ਹੋਏ ਨੇ। ਇੱਕ ਰਾਤ ਕਤਲ ਆ ਗਿਆ ਜਿਹੜਾ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਨੌਜਵਾਨ ਦਾ ਬੇਸ ਬੋਲਾਂ ਦੇ ਨਾਲ, ਬੈਟਾਂ ਦੇ ਨਾਲ ਭਜਾ ਭਜਾ ਜਿਹੜਾ ਕਤਲ ਹੈਗਾ ਉਹ ਕੀਤਾ ਗਿਆ। ਅੱਜ ਗਿੱਲ ਸਾਹਿਬ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੰਜੀਨੀਅਰਿੰਗ ਦੇ ਜਿਹੜਾ ਉੱਥੇ ਯੂਕੋ ਹੈਗਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੱਕ ਇੰਜੀਨੀਅਰਿੰਗ ਵਿੰਗ ਹੈ, ਉੱਥੇ ਵਿਦਿਆਰਥੀਆਂ ਦੇ 2 ਧੜਿਆਂ ਦੇ ਵਿੱਚ ਜਿਹੜੀ ਹੈਗੀ ਲੜਾਈ ਹੋ ਗਈ ਔਰ ਉੱਥੇ ਵਿਦਿਆਰਥੀ ਨਵਜੋਤ ਸਿੰਘ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਔਰ ਯੂਨੀਵਰਸਿਟੀ ਕਾਲਜ ਆਫ ਇੰਜੀਨੀਅਰਿੰਗ ਐਂਡ ਕੰਪਿਊਟਰ ਸਾਇੰਸ ਦੇ ਵਿੱਚ 3 ਸਾਲ ਦਾ ਇੰਜੀਨੀਅਰਿੰਗ ਦਾ ਵਿਦਿਆਰਥੀ ਸੀ। ਇਹਦੇ ਪੇਟ ਦੇ ਵਿੱਚ ਜਿਹੜਾ ਗਾ ਚਾਕੂ ਨਾਲ 5 ਵਾਰ ਕੀਤੇ ਗਏ, ਜਿਹਦੇ ਚੱਲਦਿਆਂ ਇਹ ਮੌਤ ਆ ਜਿਹੜੀ ਇਹਦੀ ਹੋਈ। 12:15 ਵਜੇ ਦੀ ਘਟਨਾ ਗਈ। 20 ਤੋਂ ਵੱਧ ਵਿਦਿਆਰਥੀ ਕਾਲਜ ਦੇ ਬਾਹਰ ਮੌਜੂਦ ਸੀ, ਉਹਨਾਂ 'ਚ ਇਹਨਾਂ ਦਾ ਝਗੜਾ ਗਾ ਜਿਹੜਾ ਉਹ ਹੋਇਆ ਸੀ, ਜਿਹਦੇ 'ਚ ਨਾਭਾ ਦੇ ਇਸ ਨੌਜਵਾਨ ਦਾ ਕਤਲ ਹੋ ਗਿਆ। ਇਸੇ ਤਰ੍ਹਾਂ ਗਿੱਲ ਸਾਹਿਬ, ਉਸੇ ਸਮੇਂ ਲਗਭਗ 15-20 ਮਿੰਟ ਦੇ ਵਕਫੇ ਦੇ ਨਾਲ ਤਰਨ ਤਾਰਨ ਦੇ ਪੱਟੀ ਦੇ ਵਿੱਚ ਕਾਂਗਰਸ ਪਾਰਟੀ ਦਾ ਲੀਡਰ ਤੇ ਮਾਰਕੀਟ ਕਮੇਟੀ ਪੱਟੀ ਦਾ ਚੇਅਰਮੈਨ ਰਿਹਾ ਮੇਜਰ ਸਿੰਘ ਧਾਲੀਵਾਲ। ਮੇਜਰ ਸਿੰਘ ਧਾਲੀਵਾਲ ਦਾ ਆਪਦਾ ਮੈਰਿਜ ਪੈਲਸ ਆ ਗਿੱਲ ਸਾਹਿਬ, ਇਹਦਾ ਸੰਗਮਾ ਪਿੰਡ ਦੇ ਵਿੱਚ ਪੱਟੀ ਕੋਲੇ ਪੈਂਦਾ ਔਰ ਇਹ ਆਪਦੇ ਮੈਰਿਜ ਪੈਲਸ ਦੇ ਵਿੱਚ ਗਿਆ। ਉੱਥੇ ਪੈਲਸ ਦੇ ਵਿੱਚ ਹੀ ਕੰਮ ਕਰਦੀ ਇੱਕ ਔਰਤ ਆ ਜਿਹੜੀ ਡੈਕੋਰੇਸ਼ਨ ਵਗੈਰਾ ਦਾ ਕੰਮ ਕਰਦੀ ਸੀ, ਉਹਨੇ ਇਸੇ ਦੇ ਪਿਸਤੌਲ ਨਾਲ ਇਹਦਾ ਕਤਲ ਕਰਤਾ। ਔਰ ਸੀਸੀਟੀਵੀ ਫੁਟੇਜ ਦੇ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਇਹ ਮੂਹਰੇ ਭੱਜ ਰਿਹਾ ਗਾ ਆਪਦੀ ਮੈਰਿਜ ਪੈਲਸ ਦੇ ਵਿੱਚ ਔਰ ਇਹਦੇ ਮਗਰ ਜਿਹੜੀ ਔਰਤ ਉੱਥੇ ਕੰਮ ਕਰਨ ਵਾਲੀ ਹੈਗੀ ਮੈਰਿਜ ਪੈਲਸ ਦੇ ਵਿੱਚ, ਉਹ ਮਗਰ ਭੱਜ ਰਹੀ ਹੈ ਇਹਦਾ ਪਿਸਤੌਲ ਲੈ ਕੇ ਔਰ ਭੱਜਦੇ ਇਹਦੇ ਗਿੱਲ ਸਾਹਿਬ ਇਹਦੇ ਜਿਹੜੇ ਗੋਲੀ ਮਾਰ ਕੇ ਦਾ ਕਤਲ ਉਹ ਕਰ ਦਿੱਤਾ ਗਿਆ। ਤੀਜਾ ਕਤਲ ਜਿਹੜਾ ਅੱਜ 12:00 ਹੋਇਆ ਉਹ ਗਿੱਲ ਸਾਹਿਬ ਲੰਗੋਵਾਲ ਨੇੜੇ ਸੰਗਰੂਰ ਜ਼ਿਲ੍ਹੇ 'ਚ ਪਿੰਡ ਪੈਂਦਾ ਮਡੇਰ ਕਲਾਂ, ਉੱਥੇ ਇੱਕ ਪੁੱਤਰ ਦੇ ਵੱਲੋਂ ਕਹੀ ਮਾਰ ਕੇ ਆਪਦੀ ਮਾਂ ਦਾ ਕਤਲ ਕਰ ਦਿੱਤਾ ਗਿਆ। ਔਰਤ ਦੀ ਉਮਰ 60 ਸਾਲ ਦੱਸੀ ਜਾਂਦੀ ਹੈ, ਮਡੇਰ ਪਿੰਡ ਦੀ ਅਮਰਜੀਤ ਕੌਰ ਪਤਨੀ ਮਿੱਠੂ ਸਿੰਘ। ਔਰ ਦੁਪਹਿਰ ਸਮੇਂ ਉਹ ਘਰ 'ਚ ਮੰਜੇ ਤੇ ਸੁੱਤੀ ਪਈ ਸੀ, ਉਹਦੇ ਪੁੱਤ ਨੇ 35 ਸਾਲਾਂ ਦੇ ਨੇ ਕਹੀ ਮਾਰ ਕੇ ਜਿਹੜਾ ਉਹਦਾ
ਕਤਲ ਆਗਾ ਉਹ ਕਰ ਦਿੱਤਾ। ਤਿੰਨ ਘਟਨਾਵਾਂ ਵਾਪਰੀਆਂ, ਚੌਥੀ ਇੱਕ ਸ਼ੇਰਪੁਰ ਨੇੜੇ ਵੀ ਕਤਲ ਹੋਇਆ। ਸਰ ਪੰਜਾਬ ਅਸਲ ਦੇ ਵਿੱਚ ਗਿੱਲ ਸਾਹਿਬ ਦੇਖੋ ਇਹ ਹਨ ਸਾਰੀਆਂ ਘਟਨਾਵਾਂ ਨਿੱਜੀ ਸਾਰੀਆਂ ਪਰਸਨਲ ਜਿਹੜੇ ਮਸਲੇ ਨੇ, ਲੇਕਿਨ ਪੰਜਾਬ ਅੱਜ ਇਸ ਤ੍ਰਾਸਦੀ ਦੇ ਵਿੱਚ ਚਲਿਆ ਗਿਆ ਹੈਗਾ ਕਿ ਹਿੰਸਕ ਮਾਹੌਲ ਹੈਗਾ ਜਿਹੜਾ ਪੰਜਾਬ ਦੇ ਵਿੱਚ ਉਹ ਬਣ ਰਿਹਾ। ਪੰਜਾਬ ਦਾ ਆਬੋ ਹਵਾ, ਪੰਜਾਬ ਦਾ ਪਾਣੀ, ਵਾਤਾਵਰਨ ਜਿਹੜਾ ਅੱਜ ਗਿੱਲ ਸਾਹਿਬ ਇਸ ਤਰ੍ਹਾਂ ਦਾ ਹੋ ਗਿਆ ਕਿ ਲੜਾਈ ਝਗੜੇ ਲੜਨਾ ਕਿਹਦੇ ਨਾਲ ਆ ਇਹ ਮਤਲਬ ਸਮਝ ਨਹੀਂ ਆ ਰਿਹਾ। ਠੀਕ ਆ, ਹੱਕਾਂ ਦੇ ਲਈ ਲੜਨਾ ਇੱਕ ਵੱਖਰੀ ਤਰ੍ਹਾਂ ਦਾ ਲੜਨਾ ਹੁੰਦਾ, ਹਕੂਮਤ ਦੇ ਨਾਲ ਟੱਕਰ ਲੈਣੀ ਇੱਕ ਵੱਖਰੀ ਤਰ੍ਹਾਂ ਦੀ ਆ, ਲੇਕਿਨ ਜਿਹੜਾ ਆਪਸੀ ਇੱਕ ਦੂਜੇ ਦੇ ਨਾਲ ਝਗੜਿਆ ਜਾ ਰਿਹਾ, ਉਹਦੇ ਚ ਕਤਲ ਹੋ ਰਹੇ ਨੇ, ਇਹ ਬੜਾ ਗੰਭੀਰ ਮਸਲਾ ਹੈਗਾ ਜੀ ਗੱਲ ਸਾਹਿਬ। ਮੈਰਿਜ ਪੈਲਸ ਵਾਲਿਆਂ ਨੇ ਗਲਤ ਕੋਈ ਹਰਕਤ ਕੀਤੀ ਹੋਣੀ ਆ, ਇਸ ਤਰ੍ਹਾਂ ਕੋਈ ਨਹੀਂ ਮਾਰਦਾ ਇਸਤਰੀਆਂ ਦਾ, ਜਿਹੜਾ ਵਿਰੋਧ ਜਾਣਾ ਉਹਦਾ ਕੋਈ ਕਾਰਨ ਹੁੰਦਾ ਵੱਡਾ, ਬਾਕੀ ਸਮਾਂ ਦੱਸੇਗਾ। ਪਰ ਮੈਨੂੰ ਲੱਗਦਾ ਜਿਵੇਂ ਹਰ ਰੋਜ਼ ਪੰਜਾਬ ਰਾਸ਼ਟਰਪਤੀ ਰਾਜ ਵੱਲ ਨੂੰ ਵੱਧ ਰਿਹਾ, ਇਸ ਤਰ੍ਹਾਂ ਹੀ ਹੋ ਰਿਹਾ। ਮਨੀਸ਼ ਸਿਸੋਦੀਆ ਦੀ ਕੀ ਗੱਲ ਕਹਾਣੀ ਬਣੂ, ਹੁਣ ਛੱਡਣਗੇ ਜਾਂ ਨਹੀਂ? ਮੈਨੂੰ ਲੱਗਦਾ ਚਾਰ ਪੰਜ ਦੇ ਪੰਜ ਦਿਨਾਂ ਦੇ ਰਿਮਾਂਡ ਦੇ ਵਿੱਚੋਂ ਕੁਛ ਚੀਜ਼ ਨਿਕਲੂਗੀ ਨਵੀਂ। ਜੀ ਜੀ ਗਿੱਲ ਸਾਹਿਬ, ਦੇਖੋ ਅੱਧੀ ਸਰਕਾਰ ਦੇ ਮਹਿਕਮੇ ਉਹਦੇ ਕੋਲ ਨੇ, ਦਿੱਲੀ ਦਾ ਫਾਈਨਾਂਸ ਮਿਨਿਸਟਰ ਵੀ ਉਹ, ਦਿੱਲੀ ਦਾ ਐਜੂਕੇਸ਼ਨ ਮਿਨਿਸਟਰ ਵੀ ਉਹ। ਵੈਸੇ ਅਰਵਿੰਦ ਕੇਜਰੀਵਾਲ ਬੰਦਾ ਬੜਾ ਤੇਜ਼ ਹੈ, ਇਹਨੇ ਗਿੱਲ ਸਾਹਿਬ ਆਪਦੇ ਕੋਲੇ ਮਹਿਕਮੇ ਬੜੇ ਘੱਟ ਰੱਖੇ ਹੋਏ ਆ। ਜਿੰਨੇ ਮਤਲਬ ਮਹਿਕਮੇ ਮੇਨ ਨੇ ਉਹ ਮਨੀਸ਼ ਸਿਸੋਦੀਆ ਨੂੰ ਸੰਭਾਏ ਹੋਏ ਨੇ ਸਾਰੇ ਮੇਨ ਮਹਿਕਮੇ। ਚਲੋ ਗ੍ਰਹਿ ਵਿਭਾਗ ਹੁੰਦਾ ਪੁਲਿਸ, ਤਾਂ ਉੱਥੇ ਦੀ ਐਂਟਰੀ ਹੈ ਨੀ, ਉਹਦਾ ਸਿੱਧੀ ਸੈਂਟਰ ਦੇ ਅੰਦਰ ਹੈ। ਉਸ ਤੋਂ ਬਾਅਦ ਆ ਗਿਆ ਐਜੂਕੇਸ਼ਨ ਤੇ ਫਾਈਨਾਂਸ, ਉਹ ਦੋਨੇ ਮਨੀਸ਼ ਸਿਸੋਦੀਆ ਕੋਲ। ਮਨੀਸ਼ ਸਿਸੋਦੀਆ ਕੋਲੇ ਅੱਧੇ ਵੱਧ ਮਹਿਕਮੇ ਨੇ ਜਿੰਨੇ ਦਿੱਲੀ ਸਰਕਾਰ ਦੇ ਨੇ, ਅੱਧੇ ਵੱਧ ਸਰਕਾਰ ਦਾ ਮੰਤਰੀ ਹੈ। ਮਨੀਸ਼ ਸਿਸੋਦੀਆ ਨੂੰ ਜਿਹੜਾ ਗਾ ਸੀਬੀਆਈ ਨੇ ਆ ਜਿਹੜਾ ਸ਼ਰਾਬ ਮਸਲਾ ਗਾ, ਅਬਕਾਰੀ ਨੀਤੀ ਘੁਟਾਲੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਾ, ਔਰ ਅਧਿਕਾਰੀਆਂ ਨੇ 8 ਘੰਟੇ ਦੇ ਲਗਭਗ ਇਹ ਤੋਂ ਪੁੱਛ ਪੜਤਾਲ ਕੀਤੀ। ਇੱਕ ਵਾਰ ਪਹਿਲਾਂ ਵੀ ਇਹ ਤੋਂ ਪੁੱਛ ਪੜਤਾਲ ਹੋ ਗਈ ਆ, ਔਰ ਕੱਲ੍ਹ ਜਦੋਂ ਇਹਨੂੰ ਪੁੱਛ ਪੜਤਾਲ ਦੇ ਲਈ ਬੁਲਾਇਆ ਗਿਆ ਤਾਂ ਲੱਗਦਾ ਹੀ ਸੀਗਾ ਕਿ ਇਹਦੀ ਗ੍ਰਿਫਤਾਰੀ ਹੋਊ, ਸ਼ਾਇਦ ਇਹ ਵੀ ਮੈਂਟਲੀ ਪ੍ਰਪੇਅਰ ਸੀ। ਇਸੇ ਕਰਕੇ ਇਹ ਪੁੱਛ ਪੜਤਾਲ ਤੋਂ ਪਹਿਲਾਂ ਗਿੱਲ ਸਾਹਿਬ ਮਹਾਤਮਾ ਗਾਂਧੀ ਦੀ ਜਿਹੜੀ ਸਮਾਧੀ ਆ ਰਾਜਘਾਟ ਉੱਥੇ ਪਹੁੰਚਿਆ, ਔਰ ਉੱਥੇ ਜਾ ਕੇ ਇਹਨੇ ਜਿਹੜਾ ਗਾ ਉਹ ਮੱਥਾ ਟੇਕਿਆ। ਨਾਲ ਇਹਦੇ ਆਮ ਆਦਮੀ ਪਾਰਟੀ ਦੇ ਵਰਕਰ ਸੀ, ਉਹ ਸਿੱਖਿਆ ਮੰਤਰੀ ਤੇ ਸਲਾਮ ਦੇ ਪੋਸਟਰ ਫੜੇ ਹੋਏ ਸੀ। ਉਦੋਂ ਬਾਅਦ ਸੀਬੀਆਈ ਕੋਲੇ ਪੇਸ਼ ਹੋਇਆ, ਸੀਬੀਆਈ ਨੇ ਇਹਨੂੰ ਗ੍ਰਿਫਤਾਰ ਕਰ ਲਿਆ। ਅੱਜ ਇਹਨੂੰ 5 ਦਿਨ ਦੇ ਲਈ ਜਿਹੜਾ ਪੁਲਿਸ ਰਿਮਾਂਡ ਦੇ ਉੱਤੇ ਸੀਬੀਆਈ ਨੇ ਲੈ ਲਿਆ। ਹੁਣ ਲਗਾਤਾਰ 5 ਦਿਨ ਇਹਨੂੰ ਰਿੜਕਿਆ ਜੋ ਅੱਜ ਪੂਰੇ ਦੇਸ਼ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਵਰਕਰ ਸੜਕਾਂ ਤੇ ਉਤਰੇ, ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਿਹੜਾ ਪ੍ਰੋਟੈਸਟ ਉਹ ਕੀਤਾ। ਗਿੱਲ ਸਾਹਿਬ ਇੱਕ ਬੜੀ ਅਹਿਮ ਗੱਲ ਜਿਹੜੀ ਮੈਂ ਸਰੋਤਿਆਂ ਨੂੰ ਦੱਸਣੀ ਚਾਹੁੰਦਾ ਵੀ ਆਪਣੇ ਨਾ ਪੰਜਾਬ ਵਾਲੇ ਜਿੰਨੇ ਕੈਬਨਿਟ ਮੰਤਰੀ ਨੇ ਆਮ ਆਦਮੀ ਪਾਰਟੀ, ਇਹਨਾਂ ਨੇ ਦਿੱਲੀ ਚ ਜਾ ਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ। ਠੀਕ ਹੈ, ਇਹਨਾਂ ਦਾ ਹੱਕ ਬਣਦਾ ਮੁਜ਼ਾਹਰਾ ਕਰਨ। ਪਰ ਇੱਕ ਪਾਸੇ ਹੁਣ ਤੁਸੀਂ ਦੇਖੋ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਚੱਲ ਰਿਹਾ, ਉਹਨਾਂ ਨੂੰ ਮੋਹਾਲੀ ਵਾਲਾ ਬਾਰਡਰ ਨੀ ਟੱਪਣ ਦਿੰਦੇ, ਕਹਿੰਦੇ ਧਾਰਾ 144 ਲੱਗੀ ਹੋਈ ਆ, ਤੁਸੀਂ ਚੰਡੀਗੜ੍ਹ ਜਾ ਕੇ ਧਰਨਾ ਨੀ ਦੇ ਸਕਦੇ। ਚੰਡੀਗੜ੍ਹ ਵਾਲੇ ਰੋਕਣ, ਗੱਲ ਸਮਝ ਆਉਂਦੀ ਹੈ, ਚੰਡੀਗੜ੍ਹ ਤੋਂ ਪਹਿਲਾਂ ਪੰਜਾਬ ਵਾਲੀ ਰੋਕੀ ਜਾਂਦੇ ਨੇ, ਉਹਨਾਂ ਨੂੰ ਤਾਂ ਰੋਕ ਰਹੇ ਨੇ ਧਾਰਾ 144 ਦਾ ਹਵਾਲਾ ਦੇ ਕੇ ਚੰਡੀਗੜ੍ਹ ਚ ਵੜਨ ਨੀ ਦਿੰਦੇ, ਆਪ ਅੱਜ ਚੰਡੀਗੜ੍ਹ ਚ ਵੜ ਕੇ ਧਰਨਾ ਦੇ ਕੇ ਆਏ ਨੇ। ਤਾਂ ਜੇ ਤੁਸੀਂ ਧਰਨਾ ਦੇ ਸਕਦੇ ਹੋ ਤਾਂ ਉਹਨਾਂ ਜਿਹੜੇ ਸਿੱਖ ਕਾਰਕੁਨ ਨੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਇੱਕ ਜਾਇਜ਼ ਤੇ ਹੱਕੀ ਮੰਗ ਦੇ ਲਈ ਐਜੀਟੇਸ਼ਨ ਕਰ ਰਹੇ ਨੇ, ਫਿਰ ਉਹਨਾਂ ਨੂੰ ਵੀ ਚੰਡੀਗੜ੍ਹ ਜਾ ਕੇ ਧਰਨਾ ਦੇਣ ਦੀ ਇਜਾਜ਼ਤ ਮਿਲਣੀ ਚਾਹੀਦੀ ਆ। ਸੋ ਆਪ ਧਰਨਾ ਦੇ ਆਏ, ਉਹਨਾਂ ਨੂੰ ਦੇਣ ਨੀ ਦਿੰਦਾ। ਸੋ ਇਹ ਵੀ ਬੜਾ ਅਹਿਮ ਮਸਲਾ ਗਾ ਜਿਹੜਾ ਉਹ ਬਣਿਆ ਹੋਇਆ ਗਾ। ਸੋ ਗਿੱਲ ਸਾਹਿਬ ਹੁਣ ਦੇਖਦੇ ਹਾਂ ਕਿਸ ਤਰ੍ਹਾਂ ਦੀ ਸਥਿਤੀ ਆ ਜਿਹੜੀ ਉਹ ਬਣਦੀ ਆ। ਬੜਾ ਅਹਿਮ ਮੰਤਰੀ ਆ ਮਨੀਸ਼ ਸਿਸੋਦੀਆ, ਉਸ ਆਬਕਾਰੀ ਸ਼ਰਾਬ ਨੀਤੀ ਦੇ ਮਸਲੇ ਚ ਫੜਿਆ ਗਾ, ਜਿਹਦੇ ਚ ਗਿੱਲ ਸਾਹਿਬ ਇਹਨਾਂ ਨੇ ਦਿੱਲੀ ਚ ਨਵੀਂ ਸ਼ਰਾਬ ਨੀਤੀ, ਕਿਉਂਕਿ ਦਿੱਲੀ ਚ ਸ਼ਰਾਬ ਦੇ ਠੇਕੇ ਮੋਸਟਲੀ ਸਰਕਾਰੀ ਨੇ, ਗੌਰਮੈਂਟ ਚਲਾਉਂਦੀ ਆ, ਲੇਕਿਨ ਇਹਨਾਂ ਨੇ 2020 ਚ ਇੱਕ ਨੀਤੀ ਬਣਾਈ ਸੀ ਜਿਹਨੂੰ 2021 ਚ ਲਾਗੂ ਕੀਤਾ ਗਿਆ। ਉਹਦੇ ਤਹਿਤ ਦਿੱਲੀ ਨੂੰ ਇਹਨਾਂ ਨੇ 32 ਭਾਗਾਂ ਚ ਵੰਡਿਆ, ਹਰ ਭਾਗ ਚ ਸ਼ਰਾਬ ਦੇ 27 ਠੇਕੇ ਖੋਲਣੇ ਸੀ, ਔਰ ਇਸ ਨੀਤੀ ਦੇ ਤਹਿਤ ਨਿੱਜੀ ਦੁਕਾਨਾਂ ਤੇ ਜਿਵੇਂ ਪ੍ਰਚੂਨ ਦੀਆਂ ਦੁਕਾਨਾਂ ਨੇ ਉੱਥੇ ਸ਼ਰਾਬ ਵੇਚੀ ਜਾ ਸਕਦੀ ਸੀ, ਭਾਵ ਸਰਕਾਰੀ ਦੁਕਾਨਾਂ ਤੇ ਸ਼ਰਾਬ ਦੀ ਵਿਕਰੀ ਬੰਦ ਕਰਕੇ ਪ੍ਰਚੂਨ ਦੇ ਵਿੱਚ ਵੇਚਣੀ ਸੀ। ਔਰ ਇਹਦਾ ਮਕਸਦ ਆ ਜਿਹੜਾ ਉਹ ਦੱਸਦੀ ਸੀ ਸਰਕਾਰ ਕਿ ਅਸੀਂ ਸ਼ਰਾਬ ਮਾਫੀਆ ਤੇ ਕਾਲਾ ਬਜ਼ਾਰੀ ਨੂੰ ਖਤਮ ਕਰਨਾ ਹੈ, ਸ਼ਰਾਬ ਦੀਆਂ ਦੁਕਾਨਾਂ ਦੀ ਬਰਾਬਰ ਵੰਡ ਕਰਕੇ ਗਰਾਊਂਡ ਲੈਵਲ ਦੇ ਉੱਤੇ ਜਾ ਕੇ ਸ਼ਰਾਬ ਆ ਜਿਹੜੀ ਵੇਚਣੀ ਹੈ। ਔਰ ਇਹ ਸਾਰੇ ਕਾਸੇ ਦਾ ਜਿਮਾ ਕਿਹਨੂੰ ਦਿੱਤਾ ਜਾ ਰਿਹਾ ਸੀ, ਆ ਜਿਹੜਾ ਜੀਰੇ ਸ਼ਰਾਬ ਫੈਕਟਰੀ ਵਾਲਾ ਦੀਪ ਮਲਹੋਤਰਾ, ਸਾਰੀ ਜ਼ਿੰਮੇਵਾਰੀ ਉਹਦੀ ਸੀ।
ਇਸੇ ਕਰਕੇ ਉਹਦੇ ਵੀ ਪਿਛਲੇ ਦਿਨਾਂ ਦੇ ਵਿੱਚ ਛਾਪੇ ਨੇ ਜਿਹੜੇ ਉਹ ਪਏ ਨੇ। ਸੋ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਹੋਈ ਆ। ਮਨੀਸ਼ ਸਿਸੋਦੀਆ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਤੋਂ ਪਹਿਲਾਂ ਇੱਕ ਸੋਸ਼ਲ ਵਰਕਰ ਸੀ, ਪੱਤਰਕਾਰ ਦੇ ਤੌਰ ਦੇ ਉੱਤੇ ਕੰਮ ਕਰਦਾ ਸੀਗਾ ਔਰ ਉੱਥੋਂ ਇਹ ਮਤਲਬ ਸਿਆਸਤ ਦੇ ਵਿੱਚ ਕੇਜਰੀਵਾਲ ਦੇ ਨਾਲ ਆਇਆ ਸੀ ਜੀ। ਇਹ ਸਿੱਧੂ ਮੂਸੇਵਾਲੇ ਦੇ ਕਤਲ ਦੇ ਨਾਲ ਜੁੜੇ ਬੰਦਿਆਂ ਦਾ ਕਤਲ ਜੇਲ੍ਹ 'ਚ ਹੋਣਾ, ਇਹਨੂੰ ਅਨਫੋਲਡ ਹੋਰ ਕਰਿਓ। ਕਹਿੰਦੇ ਇਹਦੇ 'ਚ ਗੋਲਡੀ ਬਰਾੜ ਦਾ ਵੀ ਨਾਂ ਉਹਦਾ, ਜਿਹੜਾ ਕੈਲੀਫੋਰਨੀਆ ਦੀ ਜੇਲ੍ਹ 'ਚ ਇੱਕ ਪੱਤਰਕਾਰ ਨੇ ਫੜਾਇਆ ਹੋਇਆ, 2 ਮਹੀਨੇ ਹੋ ਗਏ ਘੱਟੋ ਘੱਟ, ਬਹੁਤ ਅਤੇ ਇੰਨੇ ਸਾਲ ਕੀਤਾ, ਇੱਥੇ ਕੀਤਾ, ਇੱਥੇ ਐਡੀਟੋਰੀਅਲ 'ਤੇ ਰਹੇ, ਆਹ ਐਡੀਟਰ ਰਹੇ, ਅਸੀਂ ਪੜ੍ਹਦਾ ਪੜ੍ਹਦਾ ਬੰਦਾ ਥੱਕ ਜਾਂਦਾ, ਥੁੱਕ ਮੁੱਕ ਜਾਂਦਾ ਪੜ੍ਹਦੇ ਪੇਪਰ ਅਲੱਦ ਦੇ, ਅਤੇ ਸੰਗ ਜਮਾ ਹੀ ਹੈ ਨਹੀਂ। ਕਹਿੰਦਾ ਦਾਲ ਭੁੰਜੇ ਗਿਰ ਗਈ, ਕਹਿੰਦੇ ਬਹਿ ਕੇ ਖਾ ਲਾਂਗੇ, ਭੁੰਜੇ ਬਹਿ ਲਾਂਗੇ। ਅਤੇ ਇਹ ਇਹ ਜੇਲ੍ਹ ਵਾਲ ਦੇ ਵਿੱਚ ਹੋਏ ਕਤਲ ਨੂੰ ਹੋਰ ਅਨਫੋਲਡ ਥੋੜ੍ਹਾ ਜਿਹਾ ਕਰਿਓ। ਹਥਿਆਰ ਕਿਵੇਂ ਪਹੁੰਚੇ, ਕਿਹੜਿਆਂ 'ਤੇ ਦੋਸ਼ ਹੈ, ਇਹ ਬੰਦੇ ਕਿਵੇਂ ਮਾਰੇ ਗਏ ਅੰਦਰ, ਅਤੇ ਇਹ ਹੈਰਾਨੀ ਦੀ ਗੱਲ ਆ, ਫਿਰ ਜੇਲ੍ਹਾਂ 'ਚ ਇਉਂ ਕਤਲ ਹੋ ਰਹੇ ਨੇ। ਜੀ ਗੱਲ ਸਾਹਿਬ, ਇਹ ਤਾਂ ਬਹੁਤ ਹੈਰਾਨੀ ਦੀ ਗੱਲ ਹੈ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਬਾਹਰ ਆਉਣੀਆਂ ਸੀ। ਇੱਕ ਗੱਲ ਹੈ, ਪਹਿਲਾਂ ਵੀ ਦੋ ਨੌਜਵਾਨ ਨੇ ਜਿਹੜੇ ਮਤਲਬ ਗੈਂਗਸਟਰ ਕਹਿ ਲਈਏ ਉਹ ਮਾਰੇ ਗਏ ਨੇ ਪੁਲਿਸ ਮੁਕਾਬਲੇ ਦੇ ਵਿੱਚ। ਹੁਣ ਸਵਾਲ ਇਹ ਖੜਾ ਹੁੰਦਾ, ਉਹ ਵੀ ਪੰਜਾਬੀ ਸੀ, ਇਹ ਵੀ ਪੰਜਾਬ ਵਾਲੇ ਨੇ, ਹਾਲਾਂਕਿ ਜਿਹੜੇ ਕਤਲ ਦੀ ਸਾਜਿਸ਼ ਘੜਨ ਵਾਲੇ ਜਾਂ ਕਤਲ ਦੀ ਸਾਜਿਸ਼ ਰਚਣ ਵਾਲੇ ਉਹ ਮੋਸਟਲੀ ਜਿਹੜੇ ਉਸ ਵਕਤ ਫੜੇ ਸੀ ਦਿੱਲੀ ਪੁਲਿਸ ਨੇ, ਉਹ ਗੈਰ ਪੰਜਾਬੀ ਸੀਗੇ। ਤਾਂ ਦੂਜਾ ਮਸਲਾ ਇਹ ਹੈਗਾ ਕਿ ਇਸ ਤਰੀਕੇ ਦੇ ਨਾਲ ਜੇ ਜੇਲ੍ਹਾਂ ਦੇ ਵਿੱਚ ਕਤਲ ਦੀਆਂ ਘਟਨਾਵਾਂ ਹੋਣ ਲੱਗ ਗਈਆਂ, ਜੇ ਜੇਲ੍ਹਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਨ ਲੱਗ ਗਿਆ, ਤਾਂ ਫਿਰ ਪੁਲਿਸ ਦੀ ਜਵਾਬਦੇਹੀ ਕਿੱਥੇ ਹੈ? ਕੋਈ ਬੰਦਾ ਮਤਲਬ ਜੇਲ੍ਹ ਦੇ ਵਿੱਚ ਆ, ਉਹਦੀ ਜਾਨ ਮਾਲ ਦੀ ਰਾਖੀ ਕਰਨੀ, ਕਾਨੂੰਨ ਅਨੁਸਾਰ ਸਜ਼ਾ ਦਵਾ ਕੇ ਉਹਨੂੰ ਸਜ਼ਾ ਕਟਾਉਣੀ, ਇਹ ਪੁਲਿਸ ਪ੍ਰਸ਼ਾਸਨ ਦਾ, ਸਰਕਾਰ ਦਾ ਜ਼ਿੰਮੇਵਾਰੀ ਹੁੰਦੀ ਹੈ। ਬਾਕੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਆ ਜਿਹੜੀ, ਉਹ ਤਾਂ ਬੜੀ ਹੀ ਗਿੱਲ ਸਾਹਿਬ ਸੁਰੱਖਿਆ ਦੇ ਪੱਖੋਂ ਜਿਹੜੀ ਹੈਗੀ ਮਜ਼ਬੂਤ ਮੰਨੀ ਜਾਂਦੀ ਹੈ। ਹੁਣ ਇਹ 'ਚ ਜਿਹੜੇ ਦੋਨੇ ਨੌਜਵਾਨਾਂ ਦਾ ਕਤਲ ਹੋਇਆ, ਮਨਮੋਹਨ ਸਿੰਘ ਮੋਹਣਾ ਤੇ ਮਨਪ੍ਰੀਤ ਸਿੰਘ ਤੂਫਾਨ, ਮਨਮੋਹਨ ਸਿੰਘ ਮੋਹਣਾ ਮਾਨਸਾ ਜ਼ਿਲ੍ਹੇ ਦੇ ਕਸਬਾ ਬੁਲਾਡਾ ਨੇੜੇ ਪਿੰਡ ਰੱਲੀ ਪਿੰਡ ਹੈ, ਰੱਲੀ ਪਿੰਡ ਦਾ ਰਹਿਣ ਵਾਲਾ, ਇਹਦਾ ਪਿਓ ਗਿੱਲ ਸਾਹਿਬ ਆਰ ਐਮ ਪੀ ਡਾਕਟਰ ਹੈ, ਪਿੰਡ ਦੇ ਵਿੱਚ ਆਮ ਜਿਹੜਾ ਪ੍ਰੈਕਟੀਸ਼ਨਰ ਹੈ, ਡਾਕਟਰੀ ਦੀ ਦੁਕਾਨ ਚਲਾਉਂਦਾ, ਵੱਡਾ ਭਰਾ ਇਹਦਾ ਨੌਕਰੀ ਕਰਦਾ, ਔਰ ਪਿੰਡ ਦੇ ਵਿੱਚ ਬੜਾ ਗਮਗੀਨ ਮਾਹੌਲ ਹੈਗਾ ਜਿਹੜਾ ਹੈਗਾ ਕਿ ਕਿਸੇ ਸਮੇਂ ਟਰੱਕ ਯੂਨੀਅਨ ਦਾ ਪ੍ਰਧਾਨ, ਪਿੰਡ ਦੇ ਵਿੱਚ ਚੰਗੀ ਚੜ੍ਹਤ ਵਾਲਾ ਮੁੰਡਾ, ਉਹ ਸਿੱਧੂ ਮੂਸੇਵਾਲੇ ਦੀ ਰੈਕੀ ਦੇ ਮਸਲੇ ਦੇ ਵਿੱਚ ਜੇਲ੍ਹ ਜਾਂਦਾ ਹੈਗਾ। ਔਰ ਇਹ ਦੂਸਰਾ ਜਿਹੜਾ ਗਿੱਲ ਸਾਹਿਬ ਇਸ ਕੇਸ ਦੇ ਵਿੱਚ ਕਤਲ ਹੋਇਆ ਨੌਜਵਾਨ, ਉਹ ਹੈਗਾ ਗਾ ਬਟਾਲੇ ਦਾ, ਔਰ ਬਟਾਲੇ ਦਾ ਗਿੱਲ ਸਾਹਿਬ ਇਹ ਮੁੰਡਾ, ਇਹਦਾ ਭਰਾ ਇੱਕ ਵਿਦੇਸ਼ ਦੇ ਵਿੱਚ ਹੈ, ਇਹ ਵੀ ਆਪਦੇ ਸਮੇਂ ਖਿਡਾਰੀ ਸੀਗਾ ਛੋਟੀ ਉਮਰ ਦੇ ਵਿੱਚ, ਔਰ ਜਿਹੜਾ ਰੱਲੀ ਪਿੰਡ ਵਾਲਾ ਮਾਨਸਾ ਵਾਲਾ ਮਨਮੋਹਨ ਇਹ ਵੀ ਖਿਡਾਰੀ ਸੀਗਾ। ਇਸ ਕੇਸ ਦੇ ਵਿੱਚ 7 ਜਣਿਆਂ ਨੂੰ ਗਿੱਲ ਸਾਹਿਬ ਜਿਹੜਾ ਨਾਮਜ਼ਦ ਕੀਤਾ ਤਰਨ ਤਾਰਨ ਪੁਲਿਸ ਨੇ, ਇੱਕ ਤਾਂ ਮਨਪ੍ਰੀਤ ਭਾਊ ਜਿਹੜਾ ਕਤਲ ਦੇ ਕੇਸ ਚ ਨਾਮਜ਼ਦ ਕੀਤੇ ਆ ਜੇਲ੍ਹ ਚ, ਇੱਕ ਸਚਿਨ ਭਵਾਨੀ, ਇੱਕ ਅੰਕਿਤ ਲਾਤੀ, ਇੱਕ ਕਸ਼ਿਸ਼, ਇੱਕ ਰਜਿੰਦਰ, ਇੱਕ ਅਰਸ਼ਦ ਖਾਨ ਤੇ ਇੱਕ ਮਲਕੀਤ ਸਿੰਘ, ਇਹ ਜਾਣੇ ਨੇ ਜਿਹੜੇ ਇਹਨਾਂ ਦੀ ਪਛਾਣ ਕਰਕੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਗਾ। ਔਰ ਇਸ ਕੇਸ ਨੇ ਬਹੁਤ ਸਾਰੇ ਸਵਾਲ ਨੇ ਜਿਹੜੇ ਉਹ ਪੁਲਿਸ ਦੇ ਉੱਤੇ, ਸਰਕਾਰੀ ਪ੍ਰਬੰਧ ਦੇ ਉੱਤੇ ਖੜੇ ਕੀਤੇ ਨੇ। ਔਰ ਜਿਹੜੇ ਗਿੱਲ ਸਾਹਿਬ ਹਥਿਆਰਾਂ ਦੀ ਗੱਲ ਆ, ਦੇਖੋ ਜੇਲ੍ਹ ਦੇ ਵਿੱਚ ਪੁਲਿਸ ਦਾ ਕਹਿਣਾ ਹੁਣ ਇਹ ਹੈਗਾ ਕਿ ਇਹਨਾਂ ਕੋਲੇ ਸਰੀਏ ਦੇ ਤਿੱਖੇ ਕੀਤੀਆਂ ਹੋਈਆਂ ਛੁਰੀਆਂ ਟਾਈਪ ਜਿਹੜੇ ਨੇ ਉਹ ਸੀਗੇ, ਔਰ ਇਹਨਾਂ ਨੇ ਕੋਲੇ ਕੁਛ ਹਥੌੜੇ ਵੀ ਜਿਹੜੇ ਉਹ ਦੱਸੇ ਜਾਂਦੇ ਨੇ। ਗੋਲਡੀ ਬਰਾੜ ਦਾ ਲਿੰਕ ਇਹ ਦੱਸਿਆ ਜਾਂਦਾ ਕਿ ਗੋਲਡੀ ਬਰਾੜ ਨੇ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਕਤਲ ਤੋਂ ਥੋੜੇ ਟਾਈਮ ਬਾਅਦ ਇੱਕ ਪੋਸਟ ਪੈਂਦੀ ਹੈ ਗੋਲਡੀ ਬਰਾੜ ਦੇ ਪੇਜ ਤੋਂ ਕਿ ਮੈਂ ਇਹਨਾਂ ਦੇ ਕਤਲ ਦੀ ਜ਼ਿੰਮੇਵਾਰੀ ਲੈਣਾ, ਜੱਗੂ ਭਗਵਾਨਪੁਰੀਆ ਨੇ ਸਾਡੇ ਨਾਲ ਵਧੀਆ ਨਹੀਂ ਕੀਤੀ, ਇਸ ਕਰਕੇ ਕੀਤਾ। ਹਾਲਾਂਕਿ ਪੁਲਿਸ ਨੇ ਉਦੋਂ ਬਾਅਦ ਇਹ ਰੱਦ ਕਰਤਾ ਕਿ ਇਹ ਫੇਕ ਅਕਾਊਂਟ ਹੈ, ਇਹ ਤਾਂ ਐਵੇਂ ਕਿਸੇ ਨੇ ਇੱਥੋਂ ਸ਼ੁਰਲੀ ਛੱਡਤੀ, ਕੋਈ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਨਹੀਂ ਲਈ। ਉਦੋਂ ਬਾਅਦ ਜਸਟੀਫਿਕੇਸ਼ਨ ਇਸ ਮਸਲੇ ਦੇ ਉੱਤੇ ਕੋਈ ਨਹੀਂ ਆਈ। ਹੁਣ ਇਹ ਸਵਾਲ ਇਹ ਵੀ ਖੜਾ ਹੁੰਦਾ ਕਿ ਇਹ ਇੱਕੋ ਗੈਂਗ ਸੀਗਾ ਜਿਹੜਾ ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਇਹ ਇੱਕੋ ਗੈਂਗ ਸੀਗਾ, ਇਹਨਾਂ ਨੇ ਮਤਲਬ ਇਕੱਠਿਆਂ ਨੇ ਸਾਜ਼ਿਸ਼ਾਂ ਰਚੀਆਂ। ਤਾਂ ਹੁਣ ਇਹਨਾਂ 'ਚ ਜਿਹੜਾ ਦਫੇੜ ਪਿਆ, ਜੱਗੂ ਭਗਵਾਨਪੁਰੀਆ ਅਲੱਗ ਹੋ ਗਿਆ, ਲਾਰੈਂਸ ਬਿਸ਼ਨੋਈ ਅੰਦਰ ਹੈ, ਉਹਦਾ ਗੋਲਡੀ ਬਰਾੜ ਨਾਲ ਲਿੰਕ ਬਣਦਾ ਨਹੀਂ ਬਣਦਾ ਇਹ ਵੱਖਰੀ ਗੱਲ ਹੈ, ਲੇਕਿਨ ਗੋਲਡੀ ਬਰਾੜ ਅਲੱਗ ਨਜ਼ਰ ਆ ਰਿਹਾ। ਪਰ ਇਹ ਸਾਰੀ ਚੀਜ਼ ਆ ਜਿਹੜੀ ਫਿਰ ਖੁਫੀਆ ਏਜੰਸੀਆਂ ਨੂੰ ਪਤਾ ਨਹੀਂ ਹੈ, ਜੇ ਨਹੀਂ ਪਤਾ ਫਿਰ ਉਹਨਾਂ ਦੇ ਸਵਾਲ ਖੜੇ ਹੁੰਦੇ ਨੇ, ਫਿਰ ਉਹ ਉਹਨਾਂ ਨੂੰ ਹੋਰ ਪਤਾ ਕੀ ਹੈ? ਜੇ ਪਤਾ ਉਹਨਾਂ ਨੂੰ ਤਾਂ ਫਿਰ ਉਹਨਾਂ ਨੇ ਮਤਲਬ ਜੇਲ੍ਹ ਚੇਂਜ ਕਿਉਂ ਨੀ ਕੀਤੀ, ਫਿਰ ਉਹਨਾਂ ਨੇ ਮਤਲਬ ਪਹਿਲਾਂ ਹੀ ਕਤਾਰਬੰਦੀ ਕਿਉਂ ਨੀ ਕੀਤੀ? ਉਹ ਤਮਾਮ ਸਵਾਲ ਨੇ ਜਿਹੜੇ ਉਹ ਇਸ ਸਿਸਟਮ ਦੇ ਉੱਤੇ ਖੜੇ ਹੁੰਦੇ ਨੇ ਜੀ। ਬਿਲਕੁਲ ਠੀਕ ਆ ਜੀ, ਇਹ ਸਾਰਾ ਹੀ ਜ਼ਿਆਦਾ ਰਾਜਕਤਾ ਫੈਲਦੀ ਹੈ, ਕਿਸੇ ਪਾਸੇ ਨੂੰ ਗੱਲ ਜਾਏਗੀ,
ਪੰਜਾਬ ਦੇ ਰਾਜਪਾਲ ਤੇ ਪੰਜਾਬ ਸਰਕਾਰ ਦਾ ਕਲੇਸ਼ ਸੁਪਰੀਮ ਕੋਰਟ ਪਹੁੰਚ ਗਿਆ ਜੀ। ਜੀ ਜੀ ਗੱਲ ਸਾਹਿਬ, ਸੁਪਰੀਮ ਕੋਰਟ ਜਾ ਪਹੁੰਚਿਆ ਮਸਲਾ। ਇੱਕ ਤੁਹਾਨੂੰ ਹੋਰ ਇਹਦੇ ਚ ਦੱਸ ਰਿਹਾ ਵੀ ਅੱਜ ਨਾ ਪੰਜਾਬ ਦੇ ਰਾਜਪਾਲ ਦੀ ਪੁੱਤੀ ਦਾ ਵਿਆਹ ਸੀ ਦਿੱਲੀ, ਔਰ ਇਹਨਾਂ ਦਾ ਮਸਲਾ ਸੁਪਰੀਮ ਕੋਰਟ ਵੀ ਪਹੁੰਚਿਆ ਹੋਇਆ, ਤਣਾਤਣੀ ਦਾ ਮਾਹੌਲ ਵੀ ਹੈ, ਪਰ ਅੱਜ ਰਾਜਪਾਲ ਦੀ ਪੋਤੀ ਦੇ ਵਿਆਹ ਚ ਭਗਵੰਤ ਮਾਨ ਗੁਲਾਬ ਜਾਮਣਾ ਵੀ ਖਾਈ ਜਾਂਦਾ ਸੀ। ਕਮਾਲ ਹੋ ਗਈ। ਸੋ ਗਿੱਲ ਸਾਹਿਬ, ਹੁਣੇ ਮਸਲਾ ਸੁਪਰੀਮ ਕੋਰਟ ਹੈਗਾ ਜਿਹੜਾ ਉਹ ਜਾ ਪਹੁੰਚਿਆ, ਕਿਉਂਕਿ ਪੰਜਾਬ ਕੈਬਨਿਟ ਨੇ ਜਿਹੜਾ ਹੈਗਾ ਉਹ ਬਜਟ ਸੈਸ਼ਨ ਬੁਲਾਇਆ ਸੀ। ਬਜਟ ਸੈਸ਼ਨ ਦੀ ਇਜਾਜ਼ਤ ਆ ਜਿਹੜੀ ਉਹ ਪੰਜਾਬ ਦੇ ਗਵਰਨਰ ਸਾਹਿਬ ਤੋਂ ਮੰਗੀ ਗਈ ਸੀ, ਲੇਕਿਨ ਉਹਨਾਂ ਦੇ ਵੱਲੋਂ ਜਿਹੜੀ ਹੈਗੀ ਉਹ ਇਜਾਜ਼ਤ ਨਹੀਂ ਦਿੱਤੀ ਗਈ, ਔਰ ਉਹਨਾਂ ਨੇ ਕਿਹਾ ਕਿ ਮੇਰੇ ਪਹਿਲਾਂ ਸਵਾਲਾਂ ਦੇ ਜਵਾਬ ਦਿਓ, ਉਸ ਤੋਂ ਬਾਅਦ ਮੈਂ ਕਾਨੂੰਨੀ ਮਾਹਰਾਂ ਦੀ ਰਾਏ ਲੈ ਕੇ ਜਿਹੜਾ ਉਹ ਇਸ ਵਿਸ਼ੇ ਦੇ ਵਿੱਚ ਗੱਲ ਕਰਾਂਗਾ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਇਸ ਮਸਲੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁੱਖ ਕੀਤਾ ਗਿਆ, ਔਰ ਹੁਣ ਇਸ ਮਸਲੇ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਬਕਾਇਦਾ ਦਾਇਰ ਕਰ ਦਿੱਤੀ ਗਈ ਹੈ, ਤੇ ਹੁਣ ਦੇਖਣਾ ਹੋਊਗਾ ਸੁਪਰੀਮ ਕੋਰਟ ਕੀ ਫੈਸਲਾ ਦਿੰਦੀ ਹੈ, ਕਿਉਂਕਿ ਪਹਿਲਾਂ ਵੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਉੱਥੋਂ ਦੀਆਂ ਸਟੇਟ ਗੌਰਮੈਂਟਾਂ ਨੇ ਜਿਹੜੀਆਂ ਉਹ ਸੁਪਰੀਮ ਕੋਰਟ ਦਾ ਰੁੱਖ ਕਰ ਚੁੱਕੀਆਂ ਨੇ, ਔਰ ਗਵਰਨਰ ਦੇ ਅਧਿਕਾਰਾਂ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚੋਂ ਵੀ ਕਈ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਉਹ ਆ ਚੁੱਕੀਆਂ ਨੇ ਕਿ ਗਵਰਨਰ ਇੱਕ ਚੁਣੀ ਹੋਈ ਬਹੁਮਤ ਵਾਲੀ ਸਰਕਾਰ ਨੂੰ ਜਿਹੜਾ ਇਸ ਤਰੀਕੇ ਨਾਲ ਉਲੰਘ ਨਹੀਂ ਸਕਦੀ, ਲੇਕਿਨ ਹੋਰ ਬਹੁਤ ਸਾਰੇ ਸੂਬਿਆਂ 'ਚ ਇਹ ਰਿਹਾ, ਖਾਸ ਕਰਕੇ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ ਉੱਥੇ ਭਾਰਤੀ ਜਨਤਾ ਪਾਰਟੀ ਦੇ ਉੱਤੇ ਦੋਸ਼ ਲੱਗਦੇ ਨੇ ਕਿ ਉਹ ਗਵਰਨਰਾਂ ਦੇ ਜ਼ਰੀਏ ਪੈਰਲਲ ਗੌਰਮੈਂਟ ਚਲਾਉਣ ਦੀ ਕੋਸ਼ਿਸ਼ ਕਰਦੀ ਆ, ਔਰ ਲੋਕਤੰਤਰਿਕ ਤਰੀਕੇ ਦੇ ਨਾਲ ਚੁਣੀ ਹੋਈ ਬਹੁ ਗਿਣਤੀ ਵਾਲੀ ਗੌਰਮੈਂਟ ਨੂੰ ਜਿਹੜਾ ਹੈਗਾ ਉਹ ਉਲੰਘਿਆ ਜਾ ਰਿਹਾ ਹੈਗਾ। ਜੀ, ਮਹਾਂ ਪੰਚਾਇਤਾਂ ਹਰਿਆਣੇ 'ਚ ਕੀ ਕਰ ਰਹੀਆਂ ਨੇ ਜੀ, ਕਿਉਂ ਇਕੱਠੀਆਂ ਹੋ ਰਹੀਆਂ ਨੇ? ਜਿਸਾ ਹਰਿਆਣੇ ਦੇ ਵਿੱਚ ਨਾ ਇੱਕ ਮਸਲਾ ਬੜਾ ਭਖਿਆ ਪਿਛਲੇ ਦਿਨਾਂ ਦੇ ਵਿੱਚ, ਰਾਜਸਥਾਨ ਦੇ ਦੋ ਮੁਸਲਮਾਨ ਭਾਈਚਾਰੇ ਦੇ ਮੁੰਡੇ ਗੱਡੀ ਬਲੈਰੋ ਗੱਡੀ ਦੇ ਵਿੱਚ ਗਿੱਲ ਸਾਹਿਬ ਹਰਿਆਣੇ ਦੇ ਵਿੱਚ ਉਹ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਗਲੀਆਂ ਹੋਈਆਂ, ਔਰ ਉਦੋਂ ਬਾਅਦ ਗਿੱਲ ਸਾਹਿਬ ਇਹ ਮਸਲਾ ਭਖ ਗਿਆ ਵੀ ਰਾਜਸਥਾਨ ਦੇ ਵਿੱਚੋਂ ਪਤਾ ਲੱਗਿਆ ਸੀ ਕਿ ਉਹ ਮੁੰਡਿਆਂ ਨੂੰ ਅਗਵਾ ਕੀਤਾ ਗਿਆ, ਅਗਵਾ ਕਰਨ ਤੋਂ ਬਾਅਦ ਉਹਨਾਂ ਨੂੰ ਕੁੱਟ ਕੁੱਟ ਕੇ ਜਿਹੜਾ ਮਾਰ ਦਿੱਤਾ ਗਿਆ। ਇੱਕ ਮੁੰਡੇ ਦਾ ਨਾਂ ਜੁਨੈਦ ਸੀ, ਇੱਕ ਦਾ ਨਾਂ ਨਾਸਿਰ ਸੀ, ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਗਊ ਰੱਖਿਅਕਾਂ ਵਜੋਂ ਉਹਨਾਂ ਨੂੰ ਪੇਸ਼ ਕਰਕੇ, ਉਸ ਤੋਂ ਬਾਅਦ ਗੱਡੀ ਦੇ ਵਿੱਚ ਪਾ ਕੇ ਉਹਨਾਂ ਦੇ ਡੈਡ ਬੋਡੀਜ਼ ਨੂੰ ਜਿਹੜਾ ਉਹ ਅੱਗ ਲਾ ਦਿੱਤੀ ਗਈ ਗੱਡੀ ਨੂੰ, ਔਰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਵੀ ਇੱਕ ਗੱਡੀ ਦੇ ਵਿੱਚ ਦੋ ਜਿਹੜੀਆਂ ਮੌਤਾਂ ਹੋਈਆਂ ਨੇ। ਬਹੁਤ ਸਾਰੇ ਪਿੰਡ ਵਾਸੀਆਂ ਨੇ ਜਿਹੜੇ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਗੋਪਾਲਗੜ੍ਹ ਪਿੰਡ ਦੇ ਇਹ ਦੋਨੇ ਰਹਿਣ ਵਾਲੇ ਸੀ, ਜੁਨੈਦ ਤੇ ਨਾਸਰ, ਜਿਹਨਾਂ ਨੂੰ ਅਗਵਾਹ ਕਰਕੇ ਕੁੱਟਮਾਰ ਕਰਕੇ ਉਸ ਤੋਂ ਬਾਅਦ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਵਿੱਚ ਅੱਗ ਨਾਲ ਸੜੀ ਜੀਪ ਦੇ ਵਿੱਚ ਉਹਨਾਂ ਦੇ ਝੁਲਸੇ ਹੋਏ ਸਰੀਰ ਮਿਲੇ ਸੀ, ਔਰ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਸੀ ਕਿ ਆਪਣੇ ਆਪ ਨੂੰ ਗਊ ਰੱਖਿਅਕਾਂ ਵਜੋਂ ਪੇਸ਼ ਕਰ ਰਹੇ ਅਪਰਾਧੀਆਂ ਨੇ ਜੁਨੈਦ ਤੇ ਨਾਸਰ ਦੀ ਹੱਤਿਆ ਕੀਤੀ ਆ। ਇਸ ਸੰਬੰਧ ਦੇ ਵਿੱਚ ਬਜਰੰਗ ਦਲ ਦੇ ਆਗੂ ਮੋਨੂ ਮਾਨੇਸਰ ਦਾ ਨਾਂ ਉਭਰਿਆ, ਉਹ ਤੋਂ ਬਾਅਦ ਇਹ ਨਾਂ ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਵਿੱਚ ਗਿੱਲ ਸਾਹਿਬ ਇੱਕ ਹੋਰ ਮਸਲੇ ਦੇ ਵਿੱਚ ਵੀ ਉਭਰਿਆ ਸੀਗਾ। ਤਾਂ ਬਜਰੰਗ ਕਾਰਕੁਨਾਂ ਨੇ ਜੁਨੈਦ ਤੇ ਨਾਸਰ ਦਾ ਜਿਹੜਾ ਇਹ ਦੋਸ਼ ਲੱਗੇ ਸੀਗੇ ਕਿ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਕਤਲ ਕੀਤਾ ਗਿਆ। ਹੁਣ ਹਰਿਆਣੇ 'ਚ ਮਹਾਂ ਪੰਚਾਇਤਾਂ ਹੋ ਰਹੀਆਂ ਨੇ, ਔਰ ਹਰਿਆਣੇ 'ਚ ਹੋਈਆਂ ਮਹਾਂ ਪੰਚਾਇਤਾਂ 'ਚ ਰਾਜਸਥਾਨ ਪੁਲਿਸ ਨੂੰ ਚੁਣੌਤੀ ਦਿੱਤੀ ਗਈ ਆ ਕਿ ਜੇ ਉਹਨਾਂ ਨੇ ਜੁਨੈਦ ਤੇ ਨਾਸਰ ਦੇ ਹਥਿਆਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਔਰ ਹਰਿਆਣੇ 'ਚ ਹੋ ਰਹੀਆਂ ਇਹਨਾਂ ਮਹਾਂ ਪੰਚਾਇਤਾਂ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਵਿਰੁੱਧ ਹਿੰਸਾ ਕਰਨ ਦਾ ਸੱਦਾ ਦਿੱਤਾ ਗਿਆ ਗਾ। ਔਰ ਗਿੱਲ ਸਾਹਿਬ, ਹਰਿਆਣਾ ਦੇ ਵਿੱਚ ਜਦੋਂ ਕਿਸਾਨ ਅੰਦੋਲਨ ਹੋਇਆ, ਬੜਾ ਭਾਈਚਾਰਕ ਏਕਤਾ ਦਾ ਸਬੂਤ ਮਿਲਿਆ, ਬੜਾ ਪ੍ਰੋਗਰੈਸਿਵ ਉੱਥੋਂ ਦਾ ਮਾਹੌਲ ਜਿਹੜਾ ਨਜ਼ਰ ਆਇਆ, ਉੱਥੇ ਲੱਗਦਾ ਹੀ ਨੀ ਸੀਗਾ ਹਰਿਆਣੇ ਦੇ ਵਿੱਚ, ਮੈਂ ਵੀ ਬੜਾ ਮਤਲਬ ਉਹਨਾਂ ਦੀਆਂ ਪੂਰੀਆਂ ਉਹਨਾਂ ਦੀ ਲੱਸੀ ਤਾਊ ਹਰਿਆਣਾ ਬੈਠੇ ਰਹੇ ਆ ਹਰਿਆਣੇ ਦੇ ਨਾਲ, ਉੱਥੇ ਬੜਾ ਘੁਲ ਮਿਲ ਕੇ ਉਦੋਂ ਲੱਗਦਾ ਨੀ ਸੀ ਕਿ ਮਤਲਬ ਇਹ ਹਰਿਆਣੇ ਦੀਆਂ ਉਹੀ ਮਹਾਂ ਪੰਚਾਇਤਾਂ ਨੇ ਜਿਹੜੀਆਂ ਪ੍ਰੇਮ ਵਿਆਹ ਕਰਾਉਣ ਦੇ ਉੱਤੇ ਮਤਲਬ ਇਹ ਕਈ ਤਰ੍ਹਾਂ ਦੇ ਜਿਹੜੇ ਉਹ ਫੈਸਲੇ ਲੈਂਦੀਆਂ ਰਹੀਆਂ ਨੇ। ਤਾਂ ਹੁਣ ਫਿਰ ਮੁਸਲਿਮ ਭਾਈਚਾਰੇ ਦੇ ਮਸਲੇ ਦੇ ਉੱਤੇ ਹਰਿਆਣਾ ਦੀਆਂ ਮਹਾਂ ਪੰਚਾਇਤਾਂ ਦੇ ਵੱਲੋਂ ਜਿਸ ਤਰ੍ਹਾਂ ਦਾ ਰਵੱਈਆ ਅਖਤਿਆਰ ਕੀਤਾ ਜਾ ਰਿਹਾ, ਉਹ ਰਵੱਈਆ ਠੀਕ ਨਜ਼ਰ ਨਹੀਂ ਆ ਰਿਹਾ ਜੀ। ਅਖੀਰਲੀ ਖਬਰ ਸੁਣਾਇਓ ਜੀ, ਰਾਜਾ ਬੜਿੰਗ ਤੇ ਮਨਪ੍ਰੀਤ ਬਾਦਲ ਦਾ ਜਿਹੜਾ ਕਲੇਸ਼ ਆ, ਰਾਜੇ ਬੜਿੰਗ ਦੀਆਂ ਤਾਂ ਚੜ ਮੱਚੀਆਂ ਹੋਣਗੀਆਂ। ਚੜ ਮੱਚੀਆਂ ਜੀ ਪੂਰੀਆਂ ਬਠਿੰਡੇ ਦੇ ਵਿੱਚ, ਕਿਉਂਕਿ ਰਾਜਾ ਬੜਿੰਗ ਨੇ ਅਸਲ ਦੇ ਵਿੱਚ ਜਿੱਦਣ ਦਾ ਪ੍ਰਧਾਨ ਬਣਾਇਆ ਗਿੱਲ ਸਾਹਿਬ, ਜੇ ਲਿਸਟ ਕੱਢਣੀ ਹੋਵੇ ਵੀ ਇਹਨੇ ਪਾਰਟੀ ਚੋਂ ਬਾਹਰ ਵੱਧ ਕੱਟੇ, ਪਾਰਟੀ ਚ ਸ਼ਾਮਿਲ ਘੱਟ ਕੀਤੇ। ਇੱਕ ਤਾਂ ਚਲੋ ਪਾਰਟੀ ਦਾ ਮਾਹੌਲ ਹੀ ਇਹੋ ਜਿਹਾ ਵੀ ਇਹਨੂੰ ਪਾਰਟੀ ਦੀ ਪ੍ਰਧਾਨਗੀ ਉਦੋਂ ਮਿਲੀ ਜਦੋਂ ਕੋਈ ਪ੍ਰਧਾਨ ਬਣ ਕੇ ਰਾਜੀ ਨਹੀਂ ਸੀ, ਕਾਂਗਰਸ ਪੰਜਾਬ ਚ ਡਾਊਨ ਹਾਲਤ ਚ ਗਈ।
ਇਸੇ ਕਰਕੇ ਉਹਨੂੰ ਨੰਬਰਦਾਰੀ ਮਿਲ ਗਈ, ਨਹੀਂ ਤਾਂ ਉਹ ਨੰਬਰਦਾਰੀ ਵਾਲੀ ਕਹਾਵਤ ਇਹਦੇ ਤੇ ਹੋ ਜਾਣੀ ਸੀ ਵੀ ਸਾਰਾ ਪਿੰਡ 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 ਚਲਿਆ ਜਾਵੇ ਤਾਂ ਨਾ ਨੰਬਰਦਾਰੀ ਮਿਲੇ, ਇਹਨੂੰ ਫੇਰ ਵੀ ਚਲੋ ਨੰਬਰਦਾਰੀ ਮਿਲ ਗਈ। ਹੁਣ ਇਹ ਤਾਂ ਨੰਬਰਦਾਰੀ ਚ ਹੀ ਖੁਸ਼ ਹੋਇਆ ਫਿਰਦਾ, ਇਹ ਤਾਂ ਇਹਨੂੰ ਆਏ ਆ ਵੀ ਮੇਰਾ ਪਿੰਨ ਹੋਰ ਕਿਸੇ ਲੋੜ ਤਾਂ ਚੱਲਦਾ ਨੀ, ਪੰਜ ਚਾਰ ਰੁਆਸਾਂ ਨੂੰ ਕੱਢ ਕੇ ਸੌਂਦਾ ਇਹ। ਹੁਣ ਬਠਿੰਡੇ ਚ ਗਿੱਲ ਸਾਹਿਬ ਮਸਲਾ ਇਹ ਬਣਿਆ ਸੀ ਕਿ ਬਠਿੰਡੇ ਦੇ ਵਿੱਚ ਕਾਂਗਰਸ ਪਾਰਟੀ ਨੇ ਬਹੁਤ ਸਾਰੀਆਂ ਸੀਟਾਂ ਜਿੱਤੀਆਂ ਸੀ, ਬਠਿੰਡਾ ਨਗਰ ਨਿਗਮ ਦੀਆਂ 50 ਸੀਟਾਂ ਨੇ, ਉਹ ਚ 43 ਕੌਂਸਲਰ ਨੇ ਜਿਹੜੇ ਉਹ ਕਾਂਗਰਸ ਦੇ ਜਿੱਤੇ ਸੀ ਮਨਪ੍ਰੀਤ ਬਾਦਲ ਦੀ ਅਗਵਾਈ ਵਾਲੇ। ਉਹਨਾਂ ਚੋਂ ਦੋ ਜਾਣੇ, ਇੱਕ ਜਗਰੂਪ ਗਿੱਲ ਜਿਹੜਾ ਹੁਣ MLA ਹੈ, ਇੱਕ ਉਹਦਾ ਭਾਣਜਾ, ਉਹ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਸੀ, 48 ਕਾਂਗਰਸ ਦੇ ਕੌਂਸਲਰ ਸੀ। ਹੁਣ ਜਦੋਂ ਮਨਪ੍ਰੀਤ ਬਾਦਲ ਭਾਜਪਾ ਜੁਆਇਨ ਕਰ ਗਿਆ ਤਾਂ ਉੱਥੇ ਜਿਹੜੀ ਮੇਅਰ ਬਣਾਈ ਸੀਗੀ ਕਾਂਗਰਸ ਨੇ ਰਮਨ ਗੋਇਲ, ਉਹਦੇ ਸਮੇਤ ਬਾਕੀ ਕੌਂਸਲਰਾਂ ਦੀ ਜਿਹੜੀ ਆ ਉਹ ਮਨਪ੍ਰੀਤ ਬਾਦਲ ਦੇ ਨਾਲ ਨੇੜਤਾ ਪਹਿਲਾਂ ਹੀ ਆਲਰੇਡੀ ਹੈਗੀ ਆ, ਉਹਦੇ ਕਰਕੇ ਹੁਣ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਜਿਹੜਾ, ਇੱਕ ਤਾਂ ਮੇਅਰ ਰਮਨ ਗੋਇਲ ਉਹਨੂੰ ਕਾਂਗਰਸ ਚੋਂ ਬਰਖਾਸਤ ਕਰਤਾ, ਕੌਂਸਲਰ ਇੰਦਰਜੀਤ, ਕੌਂਸਲਰ ਆਤਮਾ ਸਿੰਘ, ਕੌਂਸਲਰ ਸਕਰਾਰ ਸਿੰਘ, ਰਜਤ ਰਾਹੀ, ਇਹਨਾਂ ਕੌਂਸਲਰਾਂ ਨੂੰ ਜਿਹੜਾ ਗਾ ਉਹ ਬਰਖਾਸਤ ਕਰਤਾ। ਹੁਣ ਮਸਲਾ ਉੱਥੇ ਬਣ ਗਿਆ ਵੀ ਕਾਂਗਰਸ ਜਿਹੜੀ 50 ਚੋਂ 43 ਸੀਟਾਂ ਜਿੱਤੀਆਂ, ਦੋ ਦੇ ਜਾਣੇ ਵੀ 50 ਚੋਂ 43 ਸੀਟਾਂ ਸੀ, ਐਡਾ ਵੱਡਾ ਬਹੁਮਤ ਮੇਅਰ ਉਹਦਾ ਹਿਲਾ ਹੀ ਨਹੀਂ ਸਕਦੇ ਆਮ ਆਦਮੀ ਪਾਰਟੀ ਵਾਲੇ। ਲੇਕਿਨ ਹੁਣ ਕਾਂਗਰਸ ਪਾਰਟੀ ਨੂੰ ਦੋ ਥਾਂ ਵੰਡੀ ਗਈ, ਇੱਕ ਮਨਪ੍ਰੀਤ ਬਾਦਲ ਦਾ ਗਰੁੱਪ ਜਿਹੜਾ ਭਾਜਪਾ ਚ ਚਲਿਆ ਗਿਆ, ਇੱਕ ਗਰੁੱਪ ਆ ਜਿਹੜਾ ਰਾਜੇ ਵੜਿੰਗ ਵਾਲਾ। ਹੁਣ ਰਾਜਾ ਵੜਿੰਗ ਜਿਹੜੇ ਹਿਸਾਬ ਨਾਲ ਸ਼ਾਂਟੀਆਂ ਕਰ ਰਿਹਾ, ਉਹਦੇ ਚੋਂ ਮੈਨੂੰ ਐਂ ਲੱਗਦਾ ਗਿੱਲ ਸਾਹਿਬ ਵੀ ਭਾਰਤੀ ਜਨਤਾ ਪਾਰਟੀ ਜਾਂ ਆਮ ਆਦਮੀ ਪਾਰਟੀ ਦੀਆਂ ਚੜ ਮੱਚਣਗੀਆਂ ਉੱਤੇ, ਸੋ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਆਉਣ ਵਾਲੇ ਦਿਨਾਂ ਚ ਦੇਖਣਾ ਹੋਊ। ਲੇਕਿਨ ਰਾਜੇ ਵੜਿੰਗ ਤੇ ਮਨਪ੍ਰੀਤ ਬਾਦਲ ਦੀ ਬਠਿੰਡੇ ਪੂਰੀ ਇੱਕ ਦੂਜੇ ਨਾਲ ਜਿਹੜੀ ਸਿਆਸੀ ਤੌਰ ਦੇ ਉੱਤੇ ਜਿੱਦ ਜਦਾਈ ਉਹ ਦੇਖਣ ਨੂੰ ਮਿਲ ਰਹੀ ਆ ਜੀ। ਆਮ ਗੱਲ 'ਚ ਮੈਂ ਇਹ ਗੱਲ ਕਰਨੀ ਚਾਹੁੰਦਾ, ਪੰਜਾਬ ਦੀਆਂ ਕੋਈ ਹੱਕੀ ਮੰਗਾਂ ਦੀ, ਪੰਜਾਬ ਦੀ ਚੜ੍ਹਦੀ ਕਲਾ ਲਈ, ਪੰਜਾਬ 'ਚ ਬਰਾਬਰਤਾ ਦੀ ਕੋਈ ਗੱਲ ਕਰੇ ਤਾਂ ਭਾਈਚਾਰੇ ਤੋਂ ਬਿਨਾਂ ਪੱਤਰਕਾਰ ਵੀ ਜਿਹੜੇ ਨੇ ਉਹ ਵੀ ਉਹਨੂੰ ਅੱਤਵਾਦੀ, ਉਹ ਵੱਖਵਾਦੀ ਏ, ਹਲਕਾ ਜੀ ਏ, ਭਾਰਾ ਜੀ, ਇਹਨੂੰ ਅਕਲ ਨਹੀਂ। ਸੇਮ ਟੋਕਨ 'ਤੇ ਹਰਿਆਣੇ ਦੇ ਵਿੱਚ ਗਊ ਰੱਖਿਅਕ ਦਲ ਮੋਨੂ ਮਨੇਸਰ ਦੀ ਸ਼ਰੇਆਮ ਫੋਟੋਆਂ ਨੇ ਵੱਡੇ ਵੱਡੇ ਰਾਜਨੀਤਿਕਾਂ ਦੇ ਨਾਲ ਛਪੀਆਂ ਨੇ, ਦੋ ਬੰਦਿਆਂ ਨੂੰ ਚੱਕ ਕੇ ਮਾਰ ਦਿੱਤਾ ਜਾਂਦਾ ਹੈ ਤਾਂ ਕੋਈ ਗੱਲ ਨਹੀਂ ਹੁੰਦੀ। ਇਹ ਜਿਹੜਾ ਕੁਛ ਉੱਥੇ ਹੋ ਰਿਹਾ, ਵੱਧ ਗਿਣਤੀ ਅਤੇ ਘੱਟ ਗਿਣਤੀ ਦਾ ਕੋਈ ਫਰਕ ਮਹਿਸੂਸ ਹੋ ਰਿਹਾ? ਜੀ ਗੱਲ, ਦੇਖੋ ਇਹ ਗੱਲ ਤਾਂ ਹੈਗੀ ਹੈਗੀ ਕਿ ਜਦੋਂ ਘੱਟ ਗਿਣਤੀ ਭਾਈਚਾਰੇ ਦੇ ਲੋਕ ਇਕੱਠੇ ਹੁੰਦੇ ਨੇ ਤਾਂ ਉਦੋਂ ਗਿੱਲ ਸਾਹਿਬ ਉਹਨਾਂ ਨੂੰ ਹੋਰ ਤਰੀਕੇ ਦੇ ਨਾਲ ਮੀਡੀਆ ਪੇਸ਼ ਕਰਦਾ, ਜਦੋਂ ਬਹੁ ਗਿਣਤੀ ਦੇ ਪੇਸ਼ ਹੁੰਦੇ ਨੇ ਉਹਨਾਂ ਨੂੰ ਹੋਰ ਤਰੀਕੇ ਦੇ ਨਾਲ ਪੇਸ਼ ਕਰਦਾ ਮੀਡੀਆ। ਇਹ ਜਿਹੜਾ ਮਤਲਬ ਨੈਸ਼ਨਲ ਮੀਡੀਆ ਜਿਹਨੂੰ ਗੋਦੀ ਮੀਡੀਆ ਵੀ ਕਿਹਾ ਜਾਂਦਾ, ਉਹੋ ਜਿਹਾ ਹੀ ਸਾਡਾ ਪੰਜਾਬੀ ਮੀਡੀਆ ਹੋਇਆ ਪਿਆ। ਕਹਿਣ ਨੂੰ ਇਹ ਗੋਦੀ ਮੀਡੀਆ ਖਿਲਾਫ਼ ਬੋਲ ਵੀ ਰਹੇ ਨੇ ਲੇਕਿਨ ਹਕੀਕਤ ਦੇ ਵਿੱਚ ਮਤਲਬ ਪੈਰ 'ਚ ਪੈਰ ਧਰਨ ਵਾਲੀ ਗੱਲ ਹੈ ਜੀ। ਜਦੋਂ ਗੱਲ ਗਿੱਲ ਸਾਹਿਬ ਦਲਿਤਾਂ ਦੀ ਹੁੰਦੀ ਹੈ, ਜਦੋਂ ਗੱਲ ਧਾਰਮਿਕ ਘੱਟ ਗਿਣਤੀਆਂ ਦੀ ਹੁੰਦੀ ਹੈ, ਕੌਮੀਅਤਾਂ ਦੀ ਹੁੰਦੀ ਹੈ, ਉਦੋਂ ਮਸਲੇ ਨੇ ਜਿਹੜੇ ਉਹਨਾਂ ਨੂੰ ਵੱਖਵਾਦੀ ਜਾਂ ਹੋਰ ਬਹੁਤ ਸਾਰੇ ਨਾਵਾਂ ਨਾਲ ਤਖੱਲਸਾਂ ਦੇ ਨਾਲ ਨਵਾਜਿਆ ਜਾਂਦਾ ਹੈਗਾ। ਲੇਕਿਨ ਗੱਲ ਜਦੋਂ ਹੱਕਾਂ ਦੀ ਹੁੰਦੀ ਹੈ ਉਦੋਂ ਹੱਕਾਂ ਦੇ ਰੂਪ ਦੇ ਵਿੱਚ ਉਸ ਗੱਲ ਨੂੰ ਜਿਹੜਾ ਨਹੀਂ ਦੇਖਿਆ ਜਾਂਦਾ। ਹੁਣ ਜੇ ਹਰਿਆਣੇ ਵਾਲਾ ਮਸਲਾ ਦੇਖੀਏ, ਉੱਥੇ ਧਾਰਮਿਕ ਘੱਟ ਗਿਣਤੀ ਦੇ ਨਾਲ ਮਤਲਬ ਵਤੀਰਾ ਗਾ ਜਿਹੜਾ ਉਹ ਠੀਕ ਨਹੀਂ ਹੋ ਰਿਹਾ ਬਹੁ ਗਿਣਤੀ ਦੇ ਵੱਲੋਂ, ਤਾਂ ਉਸ ਮਸਲੇ ਨੂੰ ਉਭਾਰਿਆ ਹੀ ਨਹੀਂ ਜਾ ਰਿਹਾ, ਉਹ ਮਸਲਾ ਚਰਚਾ 'ਚ ਹੀ ਨਹੀਂ ਆ ਰਿਹਾ। ਲੇਕਿਨ ਜਿੱਥੇ ਗਿੱਲ ਸਾਹਿਬ ਮਸਲਾ ਗਾ ਜਿਹੜਾ ਉਹ ਹੱਕਾਂ ਦਾ ਹੁੰਦਾ ਉੱਥੇ ਉਸ ਮਸਲੇ ਨੂੰ ਦੱਬਿਆ ਜਾਂਦਾ। ਹੁਣ ਜੱਗੀ ਜੌਹਲ ਦਾ ਮਸਲਾ ਲਾ ਲਈਏ, ਜੱਗੀ ਜੌਹਲ ਮਤਲਬ ਇੰਗਲੈਂਡ ਤੋਂ ਮੁੰਡਾ ਵਿਆਹ ਕਰਾਉਣਾ ਹੈ ਤੇ ਫੜ ਕੇ ਪੁਲਿਸ ਨੇ ਜਿਹੜਾ ਉਹ ਅੰਦਰ ਦਿੱਤਾ ਹੋਇਆ ਅਜੇ ਤੱਕ, ਚਾਹੇ ਸਾਡੀ ਬਦਲਾਅ ਵਾਲੀ ਸਰਕਾਰ ਹੈ ਚਾਹੇ ਦੂਜੀ ਸਰਕਾਰ ਹੈ, ਕੋਈ ਨੀ ਬੋਲ ਰਿਹਾ। ਜਦੋਂ ਕੋਈ ਉਹਦੇ ਹੱਕਾਂ ਦੀ ਗੱਲ ਕਰਦਾ, ਜਦੋਂ ਕੋਈ ਉਸ ਮਸਲੇ ਨੂੰ ਉਭਾਰਦਾ ਗਾ ਤਾਂ ਉਸ ਨੂੰ ਕਿਸ ਐਨਕ ਦੇ ਲੈਂਜ ਨਾਲ ਦੇਖਣਾ ਇਹ ਮੀਡੀਆ ਡਿਸਾਈਡ ਕਰਦਾ। ਸੋ ਇਵੇਂ ਜਿਵੇਂ ਪੰਜਾਬ ਦੇ ਵਿੱਚ ਹੋ ਰਿਹਾ, ਪੰਜਾਬ ਦੇ ਤਮਾਮ ਮੁੱਦੇ ਨੇ, ਪੰਜਾਬ ਦੇ ਤਮਾਮ ਮਸਲੇ ਨੇ। ਦੇਖੋ ਹੁਣ ਆਪਾਂ ਗੱਲ ਕਰਕੇ ਹਟੇ ਆ ਵੀ ਜਿਹੜੇ ਬੰਦੀਆਂ ਦੀ ਰਿਹਾਈ ਦੀ ਮੰਗ ਕਰਦੇ ਉਹਨਾਂ ਨੂੰ ਚੰਡੀਗੜ੍ਹ ਵੜਨ ਨੀ ਦਿੰਦੇ, ਮਨੀਸ਼ ਸਿਸੋਦੀਆ ਫੜ ਲਿਆ ਚੰਡੀਗੜ੍ਹ ਜਾ ਕੇ ਧਰਨਾ। ਸੋ ਦੋਨੇ ਚੀਜ਼ਾਂ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਹੈਗਾ ਉਹ ਵੱਖਰਾ ਵੱਖਰਾ ਨਜ਼ਰ ਆ ਰਿਹਾ ਹੈਗਾ ਜੀ। ਧੰਨਵਾਦ ਜੀ, ਤੇ ਕੱਲ ਸਵੇਰੇ ਫਿਰ ਸਾਂਝ ਪਵੇਗੀ, ਸ਼ੁਭ ਸ਼ਾਮ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਅੱਜ 12 ਵਜੇ ਇੱਕ ਵੱਡੀ ਰੈਲੀ ਐਵਸ ਫੋਰਟ ਸਿਟੀ ਹਾਲ ਦੇ ਸਾਹਮਣੇ, ਫਰੇਜ਼ਰ ਵੈਲੀ ਦੇ ਜਿਹੜੇ ਟ੍ਰਾਂਜਿਟ ਵਰਕਰਸ ਨੇ, ਜਿਹੜੇ ਫਰੇਜ਼ਰ ਵੈਲੀ ਦੇ ਵਿੱਚ ਬੱਸਾਂ ਚਲਾਉਂਦੇ ਨੇ, ਉਹ ਕਰ ਰਹੇ ਨੇ। ਕਾਰਨ ਹੈ ਬਈ
ਉਹਨਾਂ ਦੀਆਂ ਤਨਖਾਹਾਂ ਟਰਾਂਸਲੇਟ ਦੇ ਡਰਾਈਵਰਾਂ ਨਾਲੋਂ $10 ਘੱਟ ਨੇ ਘੰਟੇ ਦੀਆਂ। ਪੈਨਸ਼ਨ ਪਲਾਨ ਕੋਈ ਨਹੀਂ। ਆਪਣੇ ਭਾਈਚਾਰੇ ਦੇ ਬਹੁਤ ਵਰਕਰ ਇਸ ਦੇ ਵਿੱਚ ਕੰਮ ਕਰਦੇ ਨੇ। QP 561 ਟ੍ਰਾਂਜਿਟ ਵਰਕਰ ਯੂਨੀਅਨ ਆ ਇਹ, ਅਤੇ 32% ਦੇ ਕਰੀਬ ਉਹ ਕਹਿੰਦੇ ਅਸੀਂ ਘੱਟ ਬਣਾ ਰਹੇ ਹਾਂ। ਸਰਵਿਸ ਡਿਸਟਰਪਸ਼ਨ ਅੱਜ ਹੀ ਸ਼ੁਰੂ ਹੋ ਰਹੀ ਹੈ February 27 ਤੋਂ। ਤਾਂ ਹੁਣ ਫੇਅਰਨੈਸ ਦੀ ਗੱਲ ਚੱਲ ਰਹੀ ਹੈ। ਬਾਕੀ ਜਿਹੜੇ ਵੀ ਡਰਾਈਵਰ ਨੇ ਲੈਂਗਲੀ ਦੇ, ਮੇਪਰ ਰਿਜ ਦੇ, ਸਰੀ ਦੇ, ਬਰਨਵੀ ਦੇ, ਸਕੋਮਿਸ਼ ਦੇ, ਵਿਕਟੋਰੀਆ ਦੇ, ਸਾਰਿਆਂ ਤੋਂ ਘੱਟ ਤਨਖਾਹ ਇਹਨਾਂ ਡਰਾਈਵਰਾਂ ਦੀ ਹੈ। ਅਤੇ ਹੁਣ ਇਹ ਵੀ ਬੱਸਾਂ ਹੀ ਚਲਾਉਂਦੇ ਨੇ ਜਿਹੋ ਜਿਹੀਆਂ ਬੱਸਾਂ ਟਰਾਂਸਲਿਕ ਚਲਾਉਂਦੀਆਂ। ਅਸੀਂ ਇਹ ਨਹੀਂ ਗੱਲ ਕਰਦੇ ਵੀ ਟਰਾਂਸਲਿਕ ਨੂੰ ਬੰਦ ਕਿਉਂ ਦਿੰਦੇ ਹੋ, ਇਹਨਾਂ ਨੂੰ ਵੀ ਬਰਾਬਰ ਦਿਓ। ਸੋ ਇਹ ਇੱਕ ਅੱਜ ਵੱਡੀ ਹੜਤਾਲ ਐਬਸਫੋਰਡ ਸਿਟੀ ਹਾਲ ਦੇ ਸਾਹਮਣੇ ਹੋ ਰਹੀ ਹੈ 12 ਵਜੇ, ਅਤੇ ਜਿਹੜੇ ਟ੍ਰਾਂਜਿਟ ਯੂਜ਼ਰ ਨੇ ਜਾਂ ਜਿਹੜੇ ਬੱਸਾਂ ਚੜ੍ਹਦੇ ਨੇ, ਇਕੱਲੇ ਡਰਾਈਵਰ ਨਾ ਜਾਣ ਉੱਥੇ, ਕਾਮੇ ਨਾ ਜਾਣ, ਜਿਹੜੇ ਬੱਸਾਂ ਦੇ ਵਿੱਚ ਚੜ੍ਹਦੇ ਆ ਉਹ ਵੀ ਸਹੂਲਤਾਂ ਜਿਹੜੇ ਲੈਂਦੇ ਆ ਉੱਥੇ ਪਹੁੰਚਣ, ਇਹਨਾਂ ਦੀ ਮਦਦ 'ਚ ਭਾਈ ਵੀ ਇਹਨਾਂ ਨੂੰ ਤਨਖਾਹ ਦਿਓ, ਵੱਧ ਕਿਉਂ ਘੱਟ ਦਿੰਦੇ ਹੋ। ਟ੍ਰਾਂਜਿਟ ਡਰਾਈਵਰ ਜਿੰਨੇ ਨੇ ਜਾਂ ਵਰਕਰ ਕਾਮੇ ਜਿੰਨੇ ਨੇ ਫਰੇਜ਼ਰ ਵੈਲੀ ਦੇ ਵਿੱਚ ਕੰਮ ਕਰਦੇ ਬੱਸਾਂ 'ਤੇ, ਤਾਂ ਉਹ ਜਦ ਇਹਦੇ 'ਚ ਇਕੱਠੇ ਹੋ ਰਹੇ ਨੇ, ਉਹਦੇ 'ਚ ਆਪਣੇ ਭਾਈਚਾਰੇ ਦੇ ਬਹੁਤ ਡਰਾਈਵਰਾਂ ਨੇ ਕਿਹਾ ਵੀ ਭਾਈਚਾਰੇ ਨੂੰ ਬੇਨਤੀ ਆ ਕਿ ਉਹ ਸਾਡੇ ਨਾਲ ਖੜ੍ਹਨ ਇਸ 12 ਵਜੇ ਅੱਜ ਐਬਸਫੋਰਡ ਸਿਟੀ ਹਾਲ ਦੇ ਸਾਹਮਣੇ ਵੱਡਾ ਇਹ ਇਕੱਠ ਹੋ ਰਿਹਾ। ਅਤੇ ਕਿਉਂਕਿ ਜੇ ਬਾਕੀ ਜਗ੍ਹਾ ਤਨਖਾਹ ਵਧੀਆ ਤਾਂ ਇਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ। ਇਹ ਵੀ ਬੱਸਾਂ ਹੀ ਚਲਾਉਂਦੇ ਨੇ, ਇਹ ਵੀ ਸੇਵਾਵਾਂ ਦਿੰਦੇ ਨੇ। ਸੋ ਇਹਦੇ ਲਈ ਵੱਡੀ ਸਟ੍ਰਾਈਕ ਜਿਹੜੀ ਅੱਜ ਜਿਹੜੀ ਹੁਣ ਤੋਂ ਘੰਟੇ ਨੂੰ ਹੋਣੀ ਆ ਸਿਟੀ ਹਾਲ ਦੇ ਸਾਹਮਣੇ ਐਬਸਫੋਰਡ, ਅਤੇ ਸਾਰੇ ਜਿਹੜੇ ਫਰੇਜ਼ਰ ਵੈਲੀ ਦੇ ਟ੍ਰਾਂਜਿਟ ਓਪਰੇਟਰ ਨੇ ਉਹ ਇਕੱਠੇ ਹੋ ਰਹੇ ਨੇ, ਅਤੇ ਨਾਲ ਉਹਨਾਂ ਦੇ ਜਿਹੜੇ ਭਾਈਚਾਰੇ ਦੀ ਵੀ ਮਦਦ ਗਰੁੱਪਸ ਨੇ ਜਿਹੜੇ ਭਾਈਚਾਰੇ ਦੇ, ਉਹ ਸਮਾਂ ਕੱਢ ਕੇ ਜਾਣ, ਜਿਹੜੇ ਸੁਣਦੇ ਆ, ਜਿਹੜੇ ਜਿਨ੍ਹਾਂ ਨੇ ਇਹਨਾਂ ਬੱਸਾਂ 'ਤੇ ਚੜ੍ਹਦੇ ਨੇ, ਜਿਹੜੇ ਸੇਵਾਵਾਂ ਦਿੰਦੇ ਨੇ, ਸਾਡੀਆਂ ਸਭਾ ਸੁਸਾਇਟੀਆਂ ਉੱਥੇ ਖੜ੍ਹਨ ਜਾ ਕੇ ਨਾਲ, ਅਤੇ ਜਿੱਥੇ ਇਹਨਾਂ ਦੀ ਮਦਦ ਹੈ ਉੱਥੇ ਨਾਲ ਭਾਈਚਾਰਾ ਇੱਕ ਮੁੜਤਾ ਦਾ ਸਬੂਤ ਦੇਵੇ। ਇਸ ਤਰ੍ਹਾਂ ਹੀ ਇਕੱਠੇ ਹੋਵੋ ਜਿੱਥੇ ਸਾਂਝੇ ਕੰਮ ਨੇ, ਜਿਵੇਂ ਯੂਨਾਈਟਿਡ ਟਰੱਕਰਸ ਐਸੋਸੀਏਸ਼ਨ ਦੀ ਮੀਟਿੰਗ 'ਤੇ, ਚਾਹੇ ਹੁਣ ਕੋਈ ਰੰਗ ਦੇਈ ਚੱਲੇ, ਕੋਈ ਬੰਦਾ ਕੁਛ ਰਾਜਨੀਤੀ ਕੁਛ ਕਹੀ ਚੱਲੇ, ਕਿਲ ਕੇ ਜਿਹੜਾ ਕੋਈ ਮਰਜ਼ੀ ਕਹੀ ਚੱਲੇ, ਜਿਹੜਾ ਕੁਛ ਹੈ ਉਹ ਸਾਹਮਣੇ ਹੈ। ਇਹ ਇਕੱਲਾ ਇਸ਼ੂ ਨਹੀਂ ਹੈ, 2014 ਦੇ ਉਹ ਜਬਕਦੇ ਫਿਰਦੇ ਆ, ਕਿੱਥੇ ਹੋ, ਸਿਸਟੈਮਿਕ ਜੀ ਰੇਸਿਜ਼ਮ ਹੈ ਜੀ, ਇਹ ਕਲੀਅਰ ਹੈ ਜੀ, ਤੁਸੀਂ ਕਹਿ ਤਾਂ ਦਿੰਦੇ ਹੋ ਸਟੇਜ 'ਤੇ, ਫਿਰ ਕਹੋ ਉੱਥੇ ਜਾ ਕੇ ਧੱਫਾ ਮਾਰ ਕੇ ਟੇਬਲ 'ਤੇ ਜਿੱਥੇ ਬੈਠੇ ਹੋ, ਜਾ ਕੇ ਕਹੋ ਉੱਥੇ ਜਿਹੜੇ ਸਰਕਾਰਾਂ ਨਾਲ ਸੰਬੰਧਿਤ MP ਨੇ ਇਹਨਾਂ ਨੂੰ ਆ ਕੇ ਕਹਿਣ ਦੇ ਨਾਲੋਂ ਉੱਥੇ ਖੜ ਕੇ ਕਹੋ ਵੀ ਮੈਂ ਭਾਈ ਖੜ ਕੇ ਬੋਲਣਾ, ਦੇ ਮੈਨੂੰ ਪਾਰਟੀ ਵਿਪ ਨੂੰ ਕਹਿ ਦੇ ਮੈਨੂੰ ਸਮਾਂ, ਮੇਰੇ ਵਰਕਰ ਸਾਡੇ 1000 ਬੰਦਾ ਟਰੱਕਰਸ ਉਹ ਤੰਗੀ 'ਚ ਹੈ, ਇੱਥੇ ਗੱਲ ਹੋਰ ਕਹਿ ਕੇ ਆਟਵਾ ਜਾ ਕੇ ਹੋਰ ਗੱਲ ਕਰ ਲੈਣੀ, ਇਹਦੇ ਨਾਲੋਂ ਮੇਰੇ ਖਿਆਲ ਜਦ ਸਮਾਂ ਹੁੰਦਾ ਉੱਥੇ ਲੀਡਰਸ਼ਿਪ ਦਿਖਾਈ ਜਾ ਸਕਦੀ ਹੈ। ਬਾਕੀ ਲੋਕ ਸਿਆਣੇ ਹੋਣ, ਲਾਓ ਕਾਗਜ਼ ਪੱਤਰ ਜਿਵੇਂ ਘਰ ਦਾ ਹਿਸਾਬ ਕਰਦੇ ਹੋ, ਇਹਨਾਂ ਰਾਜਨੀਤਿਕਾਂ ਦਾ ਵੀ ਹਿਸਾਬ ਕਰੋ, ਕੌਣ ਕੀ ਕਰ ਰਿਹਾ, ਕਿੱਥੇ ਕਿੱਥੇ ਤੁਹਾਡੇ ਨਾਲ ਖੜ੍ਹ ਰਿਹਾ, ਕੋਈ ਹੋਵੇ ਪੋਲੀਟੀਕਲ ਪਾਰਟੀ ਦਾ ਨਹੀਂ ਮਤਲਬ ਹੈ, ਅਪੋਜੀਸ਼ਨ ਹੋਵੇ, ਗਵਰਨਮੈਂਟ ਦੇ ਵਿੱਚ ਹੋਣ, ਸਾਰਿਆਂ ਨੂੰ ਪੁੱਛੋ ਵੀ ਭਾਈ ਦੱਸ ਕਿੱਥੇ ਖੜ੍ਹਦਾ। ਕੱਲ੍ਹ ਨੂੰ ਵੋਟਾਂ ਵੇਲੇ ਬਗਲੀ ਪਾਈ ਹੁੰਦੀ ਆ ਮੋਢੇ 'ਚ, ਅਤੇ ਦਰ ਦਰ ਫਿਰਦੇ ਹੋ ਤੁਰੇ ਵੀ ਆਹ ਕਰ ਦਾਂਗੇ ਆਹ ਕਰ ਦਾਂਗੇ, ਸਾਡੇ ਵਰਗੇ ਲੱਗ ਕੇ ਦਿਖਾਉਂਗੇ ਅਤੇ ਵਧੀਆ ਬੋਲੋਂਗੇ, ਉਹਦੇ ਨਾਲੋਂ ਆਪ ਰੈਲ ਆ ਜਾਣਾ 2 ਮਹੀਨੇ ਨੂੰ, ਦੇਖ ਲਿਓ ਰੰਗ ਬੰਨ, ਉਰਲੇ ਬੰਨੇ ਨੂੰ ਰਹਿਣਗੇ ਨਾਲੇ, ਜਿੱਥੇ ਦਹੀਂ ਭੱਲੇ ਵਗੈਰਾ ਖਾਂਦੇ ਨੇ ਸਟੇਜ ਵੱਲ ਨੂੰ ਘੱਟ ਜਾਂਦੇ ਨੇ, ਵੀ ਜਿੱਥੇ ਉੱਪਰ ਖੜ੍ਹੇ ਨੇ ਨਾ ਗੋਲ ਦੁਮਾਲੇ ਸਜਾਈ, ਉੱਧਰ ਨੂੰ ਨਹੀਂ ਜਾਂਦੇ ਹੁੰਦੇ, ਫਿਰ ਘੱਟ ਜਾਂਦੇ ਨੇ। ਸੋ ਪਰ ਹਾਜ਼ਰੀ ਵੀ ਲਵਾਉਣੀ ਹੈ। ਖੈਰ ਰਾਜਨੀਤਿਕ ਨੇ ਰਾਜਨੀਤੀ ਕਰਨੀ ਹੈ, ਅਕਾਊਂਟੇਬਿਲਟੀ ਲੋਕਾਂ ਦੀ ਹੈ। ਆ ਪਿਆ ਹੁਣ ਖਲਾਰਾ, ਦੂਜਾ ਦੇਸ਼ ਕੌਮਨਿਸਟਿਕ ਦੇਸ਼ ਤੁਹਾਡੇ ਦੇਸ਼ ਦੀਆਂ ਰਾਜਨੀਤਿਕ ਗਤੀਵਿਧੀਆਂ 'ਚ ਸ਼ਰੇਆਮ ਦਖਲਅੰਦਾਜ਼ੀ ਕਰ ਰਿਹਾ, ਨੋਮੀਨੇਸ਼ਨਾਂ ਜਿਤਾ ਰਿਹਾ, ਹਾਲੇ ਤੁਸੀਂ ਫੇਅਰ ਇਲੈਕਸ਼ਨਾਂ ਦੀਆਂ ਗੱਲਾਂ ਕਰਦੇ ਹੋ। ਸੋ ਇਹ ਜਿਹੜੀ ਜ਼ਰੂਰੀ ਗੱਲ ਹੈ ਕਿ ਜਦ ਕਿਤੇ ਸਾਂਝਾ ਕੰਮ ਹੁੰਦਾ ਉੱਥੇ ਸਾਂਝੇ ਤੌਰ 'ਤੇ ਇਕੱਠੇ ਹੋਇਆ ਕਰੋ, ਚਾਹੇ ਟਰੱਕ ਚਲਾਉਂਦੇ ਹੋ ਨਹੀਂ ਚਲਾਉਂਦੇ, ਬੱਸ ਚਲਾਉਂਦੇ ਹੋ ਨਹੀਂ ਚਲਾਉਂਦੇ, ਭਾਈਚਾਰੇ ਦਾ, ਕਿਉਂਕਿ ਟਾਰਗੇਟ ਭਾਈਚਾਰਾ ਹੀ ਹੋਣਾ। ਫਿਰ ਦਿੱਲੀ ਦੇ ਵਿੱਚ ਦਾੜੀਆਂ ਕੇਸਾਂ ਨਹੀਂ ਦੇਖੀਆਂ ਉਹਨਾਂ ਨੇ, ਹੱਥ 'ਚ ਪਾਇਆ ਕੜਾ ਦੇਖਿਆ,
ਇਹ ਲੱਗਦਾ ਹੁੰਦਾ ਕਈ ਵਾਰ ਨਹੀਂ ਮੈਂ ਤਾਂ ਸਾਊ ਸਿੱਖ ਹਾਂ ਉਹ ਗਰਮ ਸਿੱਖ ਹੈ ਮੇਰੇ ਦਾੜ੍ਹੀ ਛੋਟੀ ਹੈ ਮੇਰੇ ਪੱਗ ਛੋਟੀ ਹੈ ਮੇਰਾ ਫਲਾਣੇ ਨਾਲ ਨਹੀਂ ਸੰਬੰਧ ਮੇਰੇ ਫਲਾਣੇ ਨਾਲ ਨਹੀਂ ਸੰਬੰਧ ਜਿੱਦਣ ਫਿਰ ਮੋਹਰਾਂ 'ਤੇ ਵਰਦੀਆਂ ਛੇ ਛੇ ਪੋਰੀ ਦੀਆਂ ਉਹ ਇੱਕ ਪਾਸੇ ਨੂੰ ਹੀ ਵਰਦੀਆਂ ਨੇ ਉਹ 'ਚ ਐਂ ਨਹੀਂ ਦੇਖਦਾ ਵੀ ਤੁਹਾਡਾ ਦੱਸ ਬਾਈ ਤੇਰਾ ਕਿਹੜਾ ਇਹ ਕਈ ਵਾਰ ਗਲਤ ਫਹਿਮੀ ਹੁੰਦੀ ਆ ਅਸੀਂ ਹੁਣ ਨਵੀਨਵਾਦੀ ਬਣ ਜਾਂਗੇ ਹੁਣ ਅਸੀਂ ਫਲਾਣੇ ਦੇ ਖਿਲਾਫ਼ ਬੋਲ ਕੇ ਚੰਗੇ ਬਣ ਜਾਂਗੇ ਚੰਗਾ ਚੁੰਗਾ ਨਹੀਂ ਕੋਈ ਬਣਦਾ ਹੁੰਦਾ ਚੰਗਾ ਬਣਦਾ ਭਾਈਚਾਰੇ ਨਾਲ ਖੜ ਕੇ ਸੱਚ ਹੱਕ ਅਤੇ ਸੱਚ ਦੀ ਗੱਲ ਕਰਕੇ ਐਬਸਫੋਰਡ ਦੇ ਵਿੱਚ ਟ੍ਰਾਂਜ਼ਿਟ ਡਰਾਈਵਰਸ ਦੀ ਗੱਲ ਜਿਹੜੀ ਸੁਣੀ ਉਹਦੇ ਵਿੱਚ ਇੱਕ ਹੋਰ ਨਵਾਂ ਮੁੱਦਾ ਹੁਣ ਮੈਂ ਖੈਰ ਥੋੜ੍ਹੀਆਂ ਕਾਲਜ ਤਾਂ ਨਹੀਂ ਲੈ ਸਕਦਾ 12 ਤੋਂ ਬਾਅਦ ਸੇਖੋ ਸਾਹਿਬ ਨਾਲ ਗੱਲ ਕਰਨ ਤੋਂ ਬਾਅਦ ਗੱਲ ਕਰਾਂਗਾ ਪਰ ਹਨੇਰ ਕਰਦੀ ਇਹ ਆ ਵੀ BC ਟ੍ਰਾਂਜ਼ਿਟ ਬੱਸ ਸਰਵਿਸ BC ਟ੍ਰਾਂਜ਼ਿਟ ਦੀ ਹੈ ਡਰਾਈਵਰ ਉਹਦੇ 'ਚ ਹਾਇਰ ਕਰਦੀ ਅਮਰੀਕਾ ਦੀ ਕੰਪਨੀ ਜਿਹਦਾ ਨਾਂ ਫਸਟ ਕੈਨੇਡਾ ਕਮਾਲ ਦੀਆਂ ਗੱਲਾਂ ਨੇ ਕੀ ਚੱਲ ਰਿਹਾ ਲੂਪ ਹੋਲ ਸਾਡਾ ਸੈਂਟਾਂ ਦੇ ਹਿਸਾਬ ਨਾਲ ਲੀਟਰਾਂ ਦੇ ਲੀਟਰ ਪਾਣੀ ਚੱਕ ਕੇ ਹੋਪ ਕੋਲੋਂ ਸਾਨੂੰ $2.5 ਦਾ ਇੱਕ ਲੀਟਰ ਵੇਚਦੇ ਨੇ ਬੋਤਲਾਂ 'ਚ ਪਾ ਕੇ ਅਤੇ ਉਹਦੀ ਗਿਣਤੀ ਹੋਈ ਨਹੀਂ ਕੋਈ ਮਿਲੀਅਨਸ ਆਫ ਡੀਲਰ ਲੀਟਰ ਕਹਿੰਦੇ ਪਤਾ ਕੀ ਨੇ ਉਹ ਕਹਿੰਦੇ ਆਰਟੀਜ਼ਨ ਬੈਲਾ ਊਂ ਵੀ ਇਹ ਵਗੇ ਜਾਣਾ ਸੀ ਇਹਨੂੰ ਅਸੀਂ ਬੋਟਲਾਂ 'ਚ ਪਾਉਂਦੇ ਹਾਂ ਵਗ ਜਾਣਾ ਸੀ ਕਿਸੇ ਸਾਈਕਲ 'ਚ ਜਾਣਾ ਸੀ ਉਹ ਓਸ਼ਨ 'ਚ ਜਾਣਾ ਸੀ ਓਸ਼ਨ ਤੋਂ ਬਾਸ਼ਪੀਕਰਨ ਕਰਕੇ ਉੱਪਰ ਜਾ ਕੇ ਫਿਰ ਮੀਂਹ ਵਰਨਾ ਸੀ ਇਹ ਕੀ ਕਹਾਣੀ ਹੈ ਇਉਂ ਤਾਂ ਫਿਰ ਤੇਲ ਵੀ ਧਰਤੀ 'ਚੋਂ ਹੀ ਆਉਂਦਾ ਹੈ ਉਹਦੇ ਪੈਸੇ ਕਿਉਂ ਲੈਂਦੇ ਆ ਸੋ ਇਹਦੇ ਬਾਰੇ ਵੱਡਾ ਇਸ਼ੂ ਹੈ ਬਈ ਇਹ BC ਟ੍ਰਾਂਜ਼ਿਟ ਦੀਆਂ ਬੱਸਾਂ ਡਰਾਈਵਰ ਚਲਾਉਣ ਵਾਲੇ ਅਮਰੀਕਾ ਦੀ ਕੰਪਨੀ ਹਾਇਰ ਕਰਦੀ ਹੈ $10 ਘੰਟੇ ਦੇ ਸਾਡੇ ਇਹਨਾਂ ਡਰਾਈਵਰਾਂ ਨੂੰ ਮਿਲਦੇ ਨੇ ਪੈਨਸ਼ਨ ਕੋਈ ਨਹੀਂ ਕਿਵੇਂ ਸੇਵਾਵਾਂ ਦੇਣਗੇ ਉਹ ਦੂਜੇ ਬੰਨੇ ਤੁਸੀਂ ਪੋਲਿਊਸ਼ਨ ਘੱਟ ਕਰਨ ਦੀਆਂ ਗੱਲਾਂ ਕਰਦੇ ਹੋ ਸੜਕਾਂ 'ਤੇ ਜਿਹੜੀਆਂ ਕਾਰਾਂ ਘੱਟ ਹੋਣ ਅਤੇ ਇਹ ਮਿਹਨਤਾਂ ਕਰਕੇ ਜਿਹੜੀਆਂ ਸਾਡੇ ਬਜ਼ੁਰਗਾਂ ਨੂੰ ਮਾਵਾਂ ਨੂੰ ਸਾਡੇ ਹੋਰਾਂ ਨੂੰ ਜਿਨ੍ਹਾਂ ਨੂੰ ਬੱਸਾਂ ਪ੍ਰਦਾਨ ਕਰਦੇ ਨੇ ਜੇ ਉਹ ਡਰਾਈਵਰ ਹੀ ਖੁਸ਼ ਨਹੀਂ ਉਹ ਕਿਹੋ ਜਿਹੀ ਸਰਵਿਸ ਦਊਗਾ ਜਿਹਦੀ ਰੋਟੀ ਉਹ ਨਹੀਂ ਚੱਲ ਰਹੀ ਘਰ ਦੀ ਗਰੋਸਰੀ ਪੂਰੀ ਨਹੀਂ ਹੁੰਦੀ ਉਹ ਸੇਵਾਵਾਂ ਪਬਲਿਕ ਟ੍ਰਾਂਜ਼ਿਟ ਦੀਆਂ ਕਿਵੇਂ ਦਊਗਾ ਸਰਵਿਸ ਉਹ ਕਿਵੇਂ ਕਰੂਗਾ ਸੋ ਇਹ ਇੱਕ ਮੁੱਦਾ ਸੀ ਜਿਹੜਾ ਮੇਰੇ ਤੱਕ ਪਹੁੰਚਦਾ ਕੀਤਾ ਅਤੇ ਮਾਣ ਹੈ ਤੁਸੀਂ ਮੈਨੂੰ ਚਾਹੁੰਦੇ ਹਾਂ ਵੀ ਮੈਂ ਤੁਹਾਡੀ ਗੱਲ ਕਰਾਂ ਪਰ ਇਹ ਜ਼ਰੂਰੀ ਬਹੁਤ ਹੈ 32% ਦੇ ਕਰੀਬ ਘੱਟ ਇਹਨਾਂ ਨੂੰ ਸੈਲਰੀ ਕਿਉਂ ਮਿਲਦੀ ਹੈ ਅਤੇ ਨਾਲ ਮੈਂ ਤਾਂ ਭਾਈਚਾਰੇ ਨੂੰ ਕਹਾਂ ਮੈਂ ਫਰਾਈਡੇ ਨੂੰ ਭੁੱਲ ਗਿਆ ਮੇਰਾ ਫਰਾਈਡੇ ਨੂੰ ਸੁਨੇਹਾ ਦੇਣਾ ਬਣਦਾ ਸੀ ਕਿ ਵੱਡਾ ਇਕੱਠ ਹੋਵੇ ਭਾਈਚਾਰੇ ਦੇ ਸਪੋਰਟਿੰਗ ਗਰੁੱਪ ਉੱਥੇ ਪਹੁੰਚਣ ਇਹਨਾਂ ਦੇ ਨਾਲ 12 ਵਜੇ ਹਲੇ ਵੀ 1.25 ਘੰਟਾ ਜਿਹੜਾ ਜਾ ਸਕਦਾ ਹੈ ਜਾ ਕੇ ਮੈਨੂੰ ਦੱਸਿਓ ਕੌਣ ਕੌਣ ਪਹੁੰਚਿਆ ਭਾਈਚਾਰੇ ਦਾ ਜਿਹੜਾ ਸੋਸ਼ਲ ਸਾਡੇ ਗਰੁੱਪ ਨੇ ਧਾਰਮਿਕ ਗਰੁੱਪ ਨੇ ਕਲਚਰਲ ਗਰੁੱਪ ਨੇ ਐਬਸਫੋਰਡ ਤੁਸੀਂ ਯੂਨਾਈਟ ਹੋ ਕੇ ਇਕੱਠੇ ਹੋਵੋ ਇਹਨਾਂ ਡਰਾਈਵਰਾਂ ਦੇ ਨਾਲ ਖੜੋ ਕਿਉਂ ਇਹਨਾਂ ਨੂੰ $10 ਘੰਟ ਮਿਲਣ ਇਹ ਛੋਟੀ ਬੱਸ ਚਲਾਉਂਦੇ ਆ ਇਹ ਸੇਵਾਵਾਂ ਨਹੀਂ ਦਿੰਦੇ ਇਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਇਹ ਫਿੱਟ ਨਹੀਂ ਹੈ ਇਹ ਵਰਦੀ ਨਹੀਂ ਪਾਉਂਦੇ ਪੈਨਸ਼ਨ ਕੋਈ ਨਹੀਂ ਕਿੱਧਰ ਨੂੰ ਜਾਣਗੇ ਸੈਲਫ ਇੰਪਲਾਇਡ ਹੋ ਗਏ ਫਿਰ ਇਹ ਟੈਕਸੀਆਂ ਲੱਗ ਜਾਣਗੇ ਚਲਾਉਣ ਉਹ ਵਧੀਆ ਇਹਨਾਂ ਨੂੰ ਵਪਾਰਕ ਸੁਨੇਹਾ ਤੋਂ ਬਾਅਦ ਸਰਦਾਰ ਬਰਚਰਨ ਸਿੰਘ ਸੇਖੋਂ ਜੀ ਸਟੂਡੀਓ ਦੇ ਵਿੱਚ ਨੇ ਮੇਰੇ ਨਾਲ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਦੇ ਸ਼ੰਕੇ ਅਤੇ ਸਮਾਧਾਨ ਉਸਦੇ ਬਾਰੇ ਗੱਲਬਾਤ ਚੱਲ ਰਹੀ ਹੈ ਪੰਜਵੀਂ ਅੱਜ ਕੜੀ ਹੈ ਕੋਸ਼ਿਸ਼ ਕਰ ਰਿਹਾ ਮੈਂ ਬਿਲਕੁਲ ਇਹਦੇ 'ਚ ਐਕਸਪਰਟ ਨਹੀਂ ਹਾਂ ਮੈਂ ਪੜ੍ਹਿਆ ਨਹੀਂ ਹੋਇਆ ਪਰ ਮੈਂ ਕੋਸ਼ਿਸ਼ ਕਰ ਰਿਹਾ ਉਹਨਾਂ ਦੀ ਕਿਤਾਬ ਤੋਂ ਜਾਣ ਕੇ ਅਤੇ ਉਹਨਾਂ ਦੀ ਗੱਲ ਨੂੰ ਮੈਂ ਅੱਗੇ ਵਧਾਉਣ ਲਈ ਇੱਕ ਹੁੰਗਾਰੇ ਵਾਲੀ ਗੱਲ ਕਰ ਰਿਹਾ ਸਰਦਾਰ ਸਾਹਿਬ ਦੀ ਉਹ ਪਕੜ ਹੈ ਉਹਨਾਂ ਦੀ ਉਹ ਖੋਜ ਹੈ ਅਤੇ ਮੈਂ ਫਿਰ ਤੁਹਾਡੇ ਵੱਲੋਂ ਪੁੱਛੇ ਸਵਾਲ ਵੀ ਉਹਨਾਂ ਦੇ ਸਨਮੁੱਖ ਕਰਾਂਗਾ ਅਗਲੇ ਸੋਮਵਾਰ ਨੂੰ ਤੁਸੀਂ ਸਵਾਲ ਉਹਨਾਂ ਤੋਂ ਪੁੱਛਿਓ ਇੱਕ ਸਾਡੀ ਡਿਬੇਟ ਨਹੀਂ ਹੈ ਇੱਕ ਪਲੈਟਫਾਰਮ ਆ ਜਿਹਦੇ 'ਤੇ ਉਹਨਾਂ ਦਾ ਪੱਖ ਹੈ ਜਿਨ੍ਹਾਂ ਨੇ ਸਾਲਾਂ ਵਧੀ ਉਹਦੇ 'ਤੇ ਕੰਮ ਕੀਤਾ ਤੁਸੀਂ ਉਹਨਾਂ ਤੋਂ ਸਵਾਲ ਪੁੱਛੋ ਸਾਡੇ ਲਿਸਨਰ ਨੇ ਕੋਮਲਪ੍ਰੀਤ ਕੌਰ ਸੰਧੂ ਜੀ ਉਹ ਬ੍ਰੈਂਪਟਨ ਟ੍ਰਾਂਜ਼ਿਟ 'ਚ ਕੰਮ ਕਰਦੇ ਨੇ ਉਹਨਾਂ ਨੇ ਸੁਨੇਹਾ ਭੇਜਿਆ ਉਹ ਕਹਿੰਦੇ ਬਈ ਮੈਂ $40 ਸਾਨੂੰ ਘੰਟੇ ਦੇ ਮਿਲਦੇ ਆ ਬ੍ਰੈਂਪਟਨ ਟ੍ਰਾਂਜ਼ਿਟ 'ਚ 100% ਬੈਨੀਫਿਟ ਪਲੱਸ ਪੈਨਸ਼ਨ ਆਈ ਕੈਨ ਰਿਟਾਇਰ ਐਟ 55+ ਅਤੇ ਟਾਈਮ ਐਂਡ ਹਾਫ ਆਫਟਰ 40 ਆਵਰਸ ਪਲੱਸ ਟਾਈਮ ਐਂਡ ਹਾਫ ਔਨ ਸੰਡੇਜ਼ ਵਰਕ ਅਤੇ ਉਹ ਕਹਿੰਦੇ ਇਹ ਤਾਂ ਵਰਥ ਹੀ ਨਹੀਂ ਕਰਦਾ ਇੰਨੇ ਪ੍ਰੈਸ਼ਰ ਦੇ ਵਿੱਚ ਤੁਸੀਂ ਰਹਿਣਾ ਅਤੇ $10 ਘੰਟੇ ਦੇ ਬਣਾਉਣੇ ਬਿਨਾਂ ਪੈਨਸ਼ਨ ਤੋਂ ਕੋਈ ਨਾ ਇਸ 'ਤੇ ਗੱਲ ਕਰਾਂਗੇ ਲੋਕ ਰਾਹੇ ਨਾਲ ਖੜ੍ਹਨੀ ਚਾਹੀਦੀ ਹੈ ਹੁਣ ਸੇਖੋਂ ਸਾਹਿਬ ਨਾਲ ਗੱਲਬਾਤ ਸ਼ੁਰੂ ਕਰਦੇ ਸੇਖੋਂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਬਦ ਮੂਰਤ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਦੇ ਸ਼ੰਕੇ ਅਤੇ ਸਮਾਧਾਨ ਇਹ ਕਿਤਾਬ ਦਾ ਨਾਂ ਹੈ ਜਿਹੜੀ ਸੇਖੋਂ ਸਾਹਿਬ ਨੇ ਛਾਪੀ ਹੈ ਲਿਖੀ ਹੈ
ਪਹਿਲੀ ਤਾਂ ਗੱਲ ਜੀ ਇਹ ਦੱਸਿਓ ਵੀ ਉਹ ਕਿਤਾਬ ਕਿੱਥੋਂ ਮਿਲਦੀ ਆ, ਬਹੁਤ ਸਵਾਲ ਆ ਰਹੇ ਨੇ ਉਸ ਕਿਤਾਬ ਬਾਰੇ। ਹਾਂਜੀ, ਇੱਥੇ ਸਰੀ ਦੇ ਵਿੱਚ ਤਾਂ ਜਿਹੜਾ ਯੂਰਕ ਸੈਂਟਰ ਆ ਜੀ, ਇਹਦੇ ਵਿੱਚ ਇੰਡੀਆ ਬੁੱਕ ਵਰਲਡ ਆ, ਉੱਥੋਂ ਇਹ ਮਿਲ ਸਕਦੀ ਆ। ਮੇਰਾ ਨਾਂ ਲੈ ਕੇ ਵੀ ਚਾਹੇ ਦਸਵੀਂ ਕਲਾਸ 'ਤੇ ਕਿਤਾਬ ਕਹਿ ਦਿਓ ਜਾ ਕੇ, ਅਤੇ ਉੱਥੋਂ ਮਿਲ ਸਕਦੀ ਆ। ਬਾਕੀ ਜਿਹੜੀ ਵਰਲਡ ਵਾਈਡ ਮੇਰਾ ਖਿਆਲ ਆ, ਤੁਸੀਂ ਜੇ ਐਮਾਜ਼ੋਨ 'ਤੇ ਚੱਲ ਜਾਓ ਉੱਥੋਂ ਵੀ ਮਿਲੂ। ਹਾਂਜੀ, ਗੁਰਚਰਨ ਸਿੰਘ ਸੇਖੋਂ ਬੁੱਕਸ ਪਾ ਲਓ ਐਮਾਜ਼ੋਨ 'ਤੇ, ਉੱਥੋਂ ਵੀ ਮਿਲ ਜੂਗੀ ਕਿਤਾਬ ਇਹ। ਹਾਂਜੀ, ਅਤੇ ਇੱਕ ਐਕਚੁਲੀ ਕਿਤਾਬ ਦੇ ਵਿੱਚ ਬਹੁਤ ਗੱਲਾਂ ਸੀ ਜਿਹੜੀਆਂ ਇੱਥੇ ਨਹੀਂ ਕਵਰ ਕਰ ਸਕਦੇ। ਹਾਂਜੀ, ਬਹੁਤ ਲੰਮੀ ਆ। ਹਾਂ, ਉਹਦੇ ਵਿੱਚ ਈਵਨ ਗੁਰੂ ਗੋਬਿੰਦ ਸਿੰਘ ਜਿਹੜੀ ਲਿਪੀ ਇੱਕ ਤਿਆਰ ਕੀਤੀ ਹੋਈ ਸੀ ਆਪਦੀ, ਖੁਫੀਆ ਲਿਪੀ ਸੀਗੀ ਉਹਨਾਂ ਦੀ, ਅਤੇ ਮੈਂ ਕੱਲ੍ਹ ਪੜ੍ਹੀ ਹੰਸੇ ਜ਼ੀਰੋ ਜ਼ੀਰੋ ਵਾਲੀ। ਹਾਂਜੀ ਹਾਂਜੀ, ਉਹ ਚੀਜ਼ਾਂ ਮਤਲਬ ਉਹ ਕਿਤਾਬ 'ਚ ਸਮਝੀਆਂ ਜਾ ਸਕਦੀਆਂ ਨੇ। ਜਿਹੜੇ ਸਿੰਘਾਂ ਦੇ ਕੋਡ ਵਰਡ ਨੇ ਉਹ ਵੀ ਦਸਮ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਆਏ ਨੇ? ਬਣਾਉਣੇ ਤਾਂ ਗੁਰੂ ਸਾਹਿਬ ਨੇ ਸਿਖਾਏ ਹੋਏ ਆ ਜੀ, ਉਹਨਾਂ ਨੇ ਹਥਿਆਰਾਂ ਦੇ ਸਿਖਾਏ ਹੋਏ ਆ ਬਣਾਉਣੇ। ਬਾਅਦ 'ਚ ਫਿਰ ਉਹਨਾਂ ਸਮਿਆਂ 'ਤੇ ਕਿਤੇ ਪ੍ਰਚਲਿਤ ਹੁੰਦੇ ਆ, ਜਿੱਦਾਂ ਹੁਣ ਨਿਹੰਗ ਸਿੰਘਾਂ ਦੇ ਬੋਲੇ ਜਿਹੜੇ ਮੇਰੇ ਸੁਥਰੀ ਝਾੜੂ ਨੂੰ ਕਹਿ ਦਿੰਦੇ ਆ, ਸਿਰਖਿੰਡੀ ਸ਼ੱਕਰ ਨੂੰ ਮੈਂ ਬਹੁਤ ਵਾਰ ਸੁਣਾਇਆ ਜੀ, ਲੜਾਕੀ ਮਿਰਚ ਮਿਰਚ ਨੂੰ। ਹਾਂਜੀ, ਇਹ ਭਾਈ ਕਾਨ ਸਿੰਘ ਨਾਭਾ ਦੇ ਜਿਹੜਾ ਗੁਰਮਤਿ ਮਾਰਤੰਡ ਆ ਉਹਦੇ ਵਿੱਚ ਕਾਫੀ ਇਹਦੀ ਇਨਫੋਰਮੇਸ਼ਨ ਦਿੱਤੀ ਹੋਈ ਆ। ਸੇਖੋਂ ਸਾਹਿਬ, ਇਹ ਗੱਲ ਸਹੀ ਹੈ ਕਿ ਗੁਰੂ ਦੀਆਂ ਲਾਡਲੀਆਂ ਫੌਜਾਂ ਆ ਅਕਾਲੀ ਸਿੰਘ ਜਿਹੜੇ ਨਿਹੰਗ ਸਿੰਘ ਨੇ, ਜਿਨ੍ਹਾਂ ਨੂੰ ਅਸੀਂ ਸਮਾਜ ਦੇ ਵਿੱਚ, ਕਿਉਂਕਿ ਅਸੀਂ ਹੁਣ ਉੱਚੇ ਹੋ ਗਏ, ਕਾਰਾਂ ਵਾਲੇ ਕੋਠੀਆਂ ਵਾਲੇ ਹੋ ਗਏ, ਉਹ ਅਰਾਕਿਆਂ 'ਤੇ ਫਿਰਦੇ, ਘੋੜਿਆਂ 'ਤੇ ਰਹਿੰਦੇ, ਅਤੇ ਗੁਰੂ ਮਹਾਰਾਜ ਦੇ ਸਰੂਪ ਨਾਲ ਚੱਲਦੇ, ਜਿੱਥੇ ਮਰਜ਼ੀ ਪੜਾਅ ਪਾਉਂਦੇ ਅਤੇ ਬਰਸੀਮ ਵੱਢ ਲੈਂਦੇ, ਅਤੇ ਹੁਣ ਉਹਨਾਂ ਦੀ ਤਾਂ ਜਾਇਦਾਦ ਹੈ ਨਹੀਂ, ਉਹਨਾਂ ਨੇ ਘੋੜਿਆਂ ਨੂੰ ਬਰਸੀਮ ਕਿੱਥੋਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਲਾਉਣਾ? ਅਤੇ ਉਹ ਗੱਲਾਂ ਚੱਲਦਿਆਂ ਜੀ ਇਹਨਾਂ ਚਟੰਗਾ ਝਟਕਾਤਾ ਜੀ, ਇਹ ਕਰਤਾ ਜੀ, ਉਹ ਕਰਤਾ, ਉਹਨਾਂ ਨੂੰ ਡਿਨਾਊਂਸ ਕੀਤਾ। ਪਰ ਪਿਛਲੇ 5-7 ਸਾਲਾਂ ਤੋਂ ਅਕਾਲੀ ਫੌਜਾਂ ਦਾ ਸਤਿਕਾਰ ਵਧਿਆ ਮੇਰਾ ਮਨ ਦੇ ਵਿੱਚ ਬਹੁਤ ਜ਼ਿਆਦਾ ਵਧਿਆ। ਜਦ ਮੈਂ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨੰਦੇੜ ਰਹਿ ਕੇ ਆਇਆ, ਉਹਨਾਂ ਨੂੰ ਤੁਸੀਂ ਉੱਥੇ ਦੇ ਦੱਖਣੀ ਸਿੰਘਾਂ ਦੇ ਤੁਸੀਂ ਨੇੜੇ ਜਾਂਦੇ ਹੋ ਨਾ, ਛਾਂ ਛਾਂ ਦੀ ਆਵਾਜ਼ ਆਉਂਦੀ ਆ, ਉਹਨਾਂ ਦੇ ਇੰਨੇ ਸੋਧੇ ਹੋਏ ਸਰੀਰ ਅਤੇ ਇੰਨੇ ਵਧੀਆ ਉਹਨਾਂ ਦੇ ਸ਼ਾਸਤਰ। ਉਹਨਾਂ ਨੂੰ ਕਿਹਾ ਜਾਂਦਾ ਜੀ ਇਹ ਧੂਫ ਲਾਉਂਦੇ ਨੇ ਜੀ, ਇਹ ਤਿਲਕ ਲਾਉਂਦੇ ਨੇ ਜੀ, ਇਹ ਸ਼ੰਖ ਵਜਾਉਂਦੇ ਨੇ। ਉਹ ਕਹਿੰਦੇ ਸਾਡੇ ਵੱਲ ਨਾ ਤੁਸੀਂ ਝਾਕੋ, ਤੁਸੀਂ ਸ਼ੰਖ ਨਾ ਵਜਾਓ, ਸਾਡੀਆਂ ਆਪਣੀਆਂ ਚੀਜ਼ਾਂ ਨੇ, ਅਸੀਂ ਕਿਸੇ ਨੂੰ ਨਹੀਂ ਕਹਿੰਦੇ। ਉਹ ਜੀ ਬੱਕਰਾ ਝਟਕਾਤਾ ਜੀ, ਉਹ ਪਾਪ ਕਰਤਾ ਜੀ, ਉਹ ਸ਼ਸਤਰਾਂ ਨੂੰ ਇਹ, ਉਹ ਚਲੋ ਉਹਨਾਂ ਦੀ ਮਰਿਆਦਾ ਹੈ, ਪਰ ਮੈਨੂੰ ਲੱਗਦਾ ਤਵਾਰੀਖਾਂ ਤੋਂ ਜਦ ਤੋਂ ਲੈ ਕੇ ਸਾਹਿਬ ਇੱਥੋਂ ਛੱਡ ਕੇ ਗਏ ਨੇ ਇਸ ਸੰਸਾਰ ਨੂੰ, ਮੈਨੂੰ ਲੱਗਦਾ ਇਹ ਤਵਾ ਜਿਹੜੀ ਉਹ ਤਵਾਰੀਖ ਜਾਂ ਉਹ ਚੀਜ਼ਾਂ ਇਹ ਅਕਾਲੀ ਫੌਜਾਂ ਲਈ ਫਿਰਦੀਆਂ ਨਾਲ। ਬਿਲਕੁਲ, ਇਹਨਾਂ ਦੀ ਬਹੁਤ ਵੱਡੀ ਦੇਣ ਆ ਜੀ ਪੰਥ ਨੂੰ। ਇਹਨਾਂ ਦੇਖੋ ਆਪਦਾ ਆਪ ਨਹੀਂ ਇਹ ਕੋਈ ਬਿਲਕੁਲ ਬਣਾਉਣ ਦਾ ਸੋਚਦੇ, ਨਾ ਕੋਈ ਟੱਬਰ ਨਾ ਕੋਈ ਟੀਹਿਰ। ਹਾਂਜੀ, ਆਪਣੇ ਮਤਲਬ ਇਹ ਉਹ ਪਰੰਪਰਾਵਾਂ ਸਾਰੀਆਂ ਸੰਭਾਲੀ ਬੈਠੇ ਨੇ। ਅਸੀਂ ਲੋਕ ਹੋ ਗਏ ਹਾਂ ਸੈਲਫਿਸ਼, ਪੈਸਾ ਜਿਹੜਾ ਮਤਲਬ ਸਾਡਾ ਇਹੀ ਧਰਮ ਬਣ ਚੁੱਕਿਆ, ਬਾਕੀ ਨਿੰਦਾ ਅਤੇ ਕਿੰਤੂ ਪਰੰਤੂ, ਆਰਤੀ ਸਾਡੇ 'ਚ ਮੁੜ ਤੋਂ ਤੁਰੀ ਆਉਂਦੀ ਹੈ। ਹਾਂਜੀ, ਇਹ ਸਾਰੀਆਂ ਪੁਰਾਣੀਆਂ ਉਦੋਂ ਗੁਰੂ ਸਾਹਿਬ ਤੋਂ ਚੀਜ਼ਾਂ ਤੁਰੀਆਂ ਆਉਂਦੀਆਂ ਨੇ, ਅੱਜ ਇਹਨਾਂ ਨੂੰ ਬ੍ਰਾਹਮਣਵਾਦ ਆ ਕੇ ਸਾਰਾ ਕੁਝ ਸਾਡੇ ਕੋਲੋਂ ਖੋਇਆ ਜਾ ਰਿਹਾ। ਵਿਲੱਖਣਤਾ ਦਾ ਜਿਹੜਾ ਅਟੈਕ ਹੈ ਉਹ ਬਹੁਤ ਵੱਡਾ ਅਟੈਕ ਹੈ ਸਾਡੇ ਉੱਪਰ, ਜਦਕਿ ਵਿਲੱਖਣ ਹਰ ਇੱਕ ਧਰਮ ਹੁੰਦਾ, ਸਾਂਝਾਂ ਵੀ ਹੁੰਦੀਆਂ ਨੇ ਅਤੇ ਵਿਲੱਖਣਤਾਵਾਂ ਵੀ ਹੁੰਦੀਆਂ ਨੇ। ਈਵਨ ਇਨਸਾਨਾਂ 'ਚ ਵਿਲੱਖਣਤਾਵਾਂ ਹੁੰਦੀਆਂ ਨੇ, ਜੋੜੇ ਹੋਣਗੇ ਉਹ ਵੀ ਵਿਲੱਖਣ ਹੋਣਗੇ। ਬਿਲਕੁਲ, ਅਤੇ ਇਹਨਾਂ ਲੋਕਾਂ ਨੂੰ ਸਿਰਫ ਕਿੰਤੂ ਪ੍ਰੰਤ ਹੀ ਆਉਂਦਾ, ਅਤੇ ਪੁਰਾਣੀਆਂ ਜਥੇਬੰਦੀਆਂ ਦੀ ਬਹੁਤ ਵੱਡੀ ਦੇਣ ਆ ਪੰਥ ਨੂੰ। ਇੱਕ ਹੋਰ ਵੀ ਮੈਂ ਸੁਣਿਆ, ਮੈਨੂੰ ਇਹ ਆ ਵੀ ਧਰਮ ਦਾ, ਹਾਂਜੀ, ਧਰਮ ਦੇ ਨਾਲ ਜਿਉਣ ਦਾ, ਉਹ ਫਲਸਫੇ ਦਾ, ਹਾਂਜੀ, ਉਹ ਧਰਮ ਦੀ PhD ਦਾ ਆਲਮ ਕੀ ਮਤਲਬ ਆ? ਮੈਨੂੰ ਇਹ ਚੀਜ਼ ਹਾਲੇ ਤੱਕ ਸਮਝ ਨਹੀਂ ਆਈ ਵੀ ਮੈਂ ਧਰਮ ਦੀ PhD ਕੀਤੀ ਆ, ਉਹਦੇ ਨਾਲ ਮੈਂ ਵਧੀਆ ਸਿੱਖ ਕਿਵੇਂ ਹੋ ਸਕਦਾ? ਜੇ ਤੁਸੀਂ ਮੇਰੇ ਤੋਂ ਵਧੀਆ ਬਾਣੀ ਪੜ੍ਹਦੇ ਹੋ, ਵਧੀਆ ਬਾਣੀ ਕੰਠ ਹੈ ਤੁਹਾਡੀ, ਰਹਿਤ ਮੇਰੇ ਤੋਂ ਵਧੀਆ, ਮੇਰੀ PhD ਮੋਢੇ 'ਤੇ ਕੀ ਰੱਖ ਦੂੰ? ਮੈਨੂੰ ਕਿਵੇਂ ਵਧੀਆ ਸਿੱਖ ਬਣਾ ਦੂੰ? ਮੈਨੂੰ ਦੁਨਿਆਵੀ ਪੜ੍ਹਾਈ ਵਧੀਆ ਸਿੱਖ ਕਿਵੇਂ ਬਣਾ ਸਕਦੀ? PhD ਤਾਂ ਕੁਛ ਨਹੀਂ ਹੈਗੀ ਜੀ, PhD ਤਾਂ ਵਿਸ਼ਿਆਂ ਦੇ ਉੱਪਰ ਹੁੰਦੀ ਆ। ਹਾਂ, ਤੇ ਤੁਸੀਂ ਕਿਸੇ ਵੀ ਇੱਥੇ ਬੈਠੇ ਕਰੀ ਜਾਂਦੇ ਨੇ, ਲਾਈ ਜਾਂਦੇ ਨੇ ਨੌਵਾਂ ਦੇ ਨਾਲ ਡਾਕਟਰ, ਉਹ ਤਾਂ ਉਦਾਂ ਹੀ ਕਰੀ ਜਾਂਦੇ ਆ, ਆਉਂਦਾ ਜਾਂਦਾ ਕੱਖ ਨਹੀਂ ਹੈਗਾ ਉਹਨਾਂ ਨੂੰ। ਹਾਂਜੀ, ਇਹ ਜਿਹੜੀ ਸਟੱਡੀ ਆ ਧਰਮਾਂ ਦੀ ਨਾ, ਸਵਾਮੀ ਬ੍ਰਹਮਦੇਵ ਕਹਿੰਦੇ ਹੁੰਦੇ ਸੀਗੇ, ਕਹਿੰਦੇ ਵੀ ਜਿਨ੍ਹਾਂ ਨੇ ਜਿਹੜੇ ਉਸਤਾਦਾਂ ਦੇ ਚਰਨਾਂ 'ਚ ਨਹੀਂ ਬੈਠੇ, ਜਿਨ੍ਹਾਂ ਨੇ ਉਸਤਾਦਾਂ ਦੀਆਂ ਮਾਰਾਂ ਨਹੀਂ ਖਾਧੀਆਂ, ਉਹ 4 ਅੱਖਰ ਅੰਗਰੇਜ਼ੀ ਦੇ ਪੜ੍ਹ ਕੇ ਕਿਸੇ ਅਖਬਾਰ ਦੇ ਐਡੀਟਰ ਤਾਂ ਬਣ ਸਕਦੇ ਆ, ਦਸਵੇਂ ਗ੍ਰੰਥ ਦੇ ਵਿਦਵਾਨ ਨਹੀਂ ਬਣ ਸਕਦੇ। ਇਹਨਾਂ ਨੂੰ ਤਾਂ ਵਿੱਚੋਂ ਚੀਜ਼ਾਂ ਕੱਢ ਕੇ ਦੇ ਦਿਆਂਗੇ ਵੀ ਇਹਦੇ ਅਰਥ ਕਰ ਦਿਓ ਤੁਸੀਂ। ਬਿਲਕੁਲ ਠੀਕ ਆ। ਹਾਂਜੀ, ਉਹ ਨਿਹੰਗ ਸਿੰਘਾਂ 'ਚ ਤਾਂ ਬਹੁਤ ਗਿਆਨ ਆ ਜੀ। ਹਾਂਜੀ, ਉਹਨਾਂ 'ਚ ਉਹਨਾਂ ਦੀਆਂ ਕਦੇ ਯੂਟਿਊਬ 'ਤੇ ਹੁਣ ਸੁਣਦੇ ਆ ਨਾ ਜੀ, ਆਨੰਦ ਆਉਂਦਾ ਜਦ ਉਹ ਬੋਲਦੇ ਆ, ਉਹਨਾਂ 'ਚ ਜਵਾ, ਉਹਨਾਂ ਦੀ ਗੱਲ, ਉਹਨਾਂ ਦੇ ਆਲੇ ਦੁਆਲੇ ਇੱਕ ਚੀਜ਼ ਆ ਜਿਹੜੀ ਉਹਨਾਂ ਨੂੰ ਬੁਲਾਉਂਦੀ ਆ, ਇਨਸਾਨ ਨਹੀਂ ਬੋਲਦਾ। ਹਾਂਜੀ ਹਾਂਜੀ, ਐਂ ਉੱਡਦੇ ਜਿਵੇਂ ਸਰੀਰ ਫਿਰਦੇ ਆ, ਕਿਤੇ ਬੰਦਾ ਥੋੜ੍ਹਾ ਫਿਰ ਲੂ, ਲੈ ਘੁਮਾ ਕੇ ਦਿਖਾਓ ਸ੍ਰੀ ਸਾਹਿਬ, ਤੁਸੀਂ ਆਮ ਬੰਦਾ ਕਿਵੇਂ ਘੁਮਾ ਲਓ? ਬਿਲਕੁਲ ਬਿਲਕੁਲ। ਹਾਂ ਹਾਂਜੀ, ਅੱਛਾ ਜੀ,
ਜਿੱਥੋਂ ਸਭ ਤੋਂ ਵੱਧ ਦਸਮ ਗ੍ਰੰਥ 'ਤੇ ਜਿਹੜਾ ਅਟੈਕ ਹੁੰਦਾ ਉਹ ਇਸਤਰੀ ਦੀ ਮੁੜ ਮੁੜ ਕੇ ਗੱਲ ਕੀਤੀ ਜਾਂਦੀ ਵੀ ਇਸਤਰੀ ਨੂੰ ਚਿਠਲਾਇਆ ਗਿਆ, ਇਸਤਰੀ ਦੀ ਬੇਇੱਜ਼ਤੀ ਕੀਤੀ, ਉਹ ਚਰਿੱਤਰਿਆ ਵਿਖਿਆਨ ਦੇ ਵਿੱਚ ਉਹਦੇ ਚਰਿੱਤਰਾਂ ਦੀ ਗੱਲ ਕੀਤੀ ਗਈ, ਉੱਥੋਂ ਹੀ ਤੁਰੀਏ ਆਪਾਂ ਜਿੱਥੋਂ ਆਪਾਂ ਉਹ ਰਾਏ ਵਾਲੀ ਕਥਾ ਜਿਹਦੇ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਫਿੱਟ ਕਰ ਰਹੇ ਨੇ। ਬੇਸਿਕਲੀ ਉਹ ਗੁਰੂ ਗੋਬਿੰਦ ਤੁਸੀਂ ਪਿਛਲੀ ਵਾਰ ਦੱਸਿਆ ਸੀ ਕਿ ਗੁਰੂ ਸਾਹਿਬ ਨਹੀਂ, ਉਹਨਾਂ ਨੇ ਇੱਕ ਉਹਦੀ ਕਥਾ ਬਣਾਈ ਹੋਈ ਹੈ, ਸੁਣਾਈ ਹੋਈ ਹੈ, ਉੱਥੋਂ ਹੀ ਅੱਗੇ ਚੱਲੋ ਜੀ। ਹਾਂਜੀ, ਇਹ ਆ ਜਾਂਦਾ ਚਰਿੱਤਰ 21-23। ਠੀਕ ਜੀ, ਜੇ ਆਪਾਂ ਚਰਿੱਤਰ ਪੱਖ ਦੀ ਗੱਲ ਕਰਨ ਲੱਗੇ ਹਾਂ, ਜੇ ਪਹਿਲੇ ਚਾਰ ਕੁ ਚਰਿੱਤਰ ਸੁਣਾ ਦਈਏ, ਠੀਕ, ਉਹਦੇ ਵਿੱਚੋਂ ਫਿਰ ਬੇਸ ਪਤਾ ਲੱਗ ਜੀ ਵੀ ਕੀ ਹੋ ਰਿਹਾ। ਹੁਣ ਪਹਿਲਾਂ ਆਪਾਂ ਕਿਹਾ ਸੀਗਾ ਚੰਡੀ ਚਰਿੱਤਰ ਆ, ਹਾਂਜੀ, ਚੰਡੀ ਭਗੌਤੀ ਕੋਈ ਆ, ਇਹ ਸ਼ਾਸਤਰਾਂ ਲਈ ਵੀ ਵਰਤ ਲਏ ਜਾਂਦੇ ਨੇ ਨਾਮ ਇਹ। ਦੂਸਰਾ ਚਰਿੱਤਰ ਜਿਹੜਾ ਹੈਗਾ ਉਹ ਹੈ ਜਿਸ ਤਰ੍ਹਾਂ ਪੂਰਨ ਭਗਤ ਦੀ ਕਹਾਣੀ ਆ, ਉਹ ਕਹਾਣੀ ਆ ਤਕਰੀਬਨ ਸਿਮਿਲਰ ਜੀ, ਪਰ ਇਹ ਜਿਹੀਆਂ ਕਹਾਣੀਆਂ ਉਸ ਸਮੇਂ ਵਾਪਰਦੀਆਂ ਬਹੁਤ ਸੀ, ਅਤੇ ਜਿਹੜੇ ਰਾਜੇ ਮਤਲਬ ਅੱਧਖੜ ਉਮਰ 'ਚ 45-50 ਸਾਲ ਦੇ 16 ਸਾਲਾਂ ਦੀਆਂ ਵਿਆਹ ਕਰਾ ਲੈਂਦੇ ਸੀਗੇ, ਵਾਰਾਂ ਦੇ ਆਸਾ ਦੀ ਵਾਰ ਦੇ ਮੂਹਰੇ ਧੁਨੀ ਹੈ, ਇੱਕ ਧੁਨੀ ਦਾ ਮਤਲਬ ਤਰਜ, ਵਾਰਸ ਲੋਕਾਂ ਨਾਲ ਸੋਕ ਵੀ ਮੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਧੁਨੀ। ਟੁੰਡੇ ਅਸ ਰਾਜੇ ਦੀ ਕਹਾਣੀ ਵੀ ਸਿਮਿਲਰ ਕਹਾਣੀ ਆ, ਉਹ 'ਚ ਅਸੀਂ ਨਹੀਂ ਪਾਵਾਂਗੇ, ਚਿੱਤਰੋ ਪੱਖ ਨਾਲ ਨੂੰ ਤੁਰਦੇ ਹਾਂ। ਇਹਦੇ ਵਿੱਚ ਜਿਹੜਾ ਦੂਸਰਾ ਚਰਿੱਤਰ ਆ ਉਹਦੀ ਕਹਾਣੀ ਇਹ ਆ ਵੀ ਇੱਕ ਚਿੱਤਰਵਤੀ ਨਗਰੀ ਦਾ ਰਾਜਾ ਚਿੱਤਰ ਸਿੰਘ ਹੁੰਦਾ, ਬੜਾ ਸੁੰਦਰ ਸਰੂਪ ਵਾਲਾ ਹੁੰਦਾ, ਇੱਕ ਪੱਛਰਾ ਇੰਦਰ ਵੱਲ ਨੂੰ ਜਾ ਰਹੀ ਹੁੰਦੀ ਆ ਬਣ ਠਣ ਕੇ, ਉਹ ਰਾਜੇ ਦਾ ਰੂਪ ਦੇਖ ਕੇ ਅਟਕ ਜਾਂਦੀ ਆ, ਚੌਂਕ ਜਾਂਦੀ ਆ, ਮੋਹਿਤ ਹੋ ਜਾਂਦੀ ਆ, ਆਪਣੀ ਫਿਰ ਸਖੀ ਨੂੰ ਉਹ ਛਲ ਦੇ ਨਾਲ ਰਾਜੇ ਵੱਲ ਭੇਜਦੀ ਆ, ਅਤੇ ਰਾਜਾ ਫਿਰ ਢੋਲ ਮਰਦੰਗ ਵਜਾ ਕੇ ਬਾਜੀਆਂ ਗਾਜੀਆਂ ਉਹਨਾਂ ਵਿਆਹ ਕਰਵਾ ਲੈਂਦਾ। ਅੱਛਾ, ਉਹਨਾਂ ਦੇ ਘਰ ਇੱਕ ਪੁੱਤਰ ਹੋ ਜਾਂਦਾ ਅਤੇ ਪੁੱਤਰ ਦਾ ਨਾਮ ਹਨਵਤ ਸਿੰਘ ਰੱਖਿਆ ਜਾਂਦਾ, ਅਤੇ ਬਹੁਤ ਸਾਲ ਉਹਨਾਂ ਨੇ ਭੋਗ ਕਮਾਇਆ, ਫਿਰ ਉਹ ਇੰਦਰ ਵੱਲ ਉੱਡ ਗਈ। ਇਹ ਕਹਾਣੀ 'ਤੇ ਵਿਚਾਰ ਆਪਾਂ ਬਾਅਦ 'ਚ ਕਰਦੇ, ਪਹਿਲਾਂ ਕਹਾਣੀ ਦੱਸ ਲਈਏ। ਅਤੇ ਰਾਜਾ ਫਿਰ ਮੰਤਰੀਆਂ ਨੂੰ ਬੁਲਾਉਂਦਾ, ਰਾਣੀ ਦੇ ਚਿੱਤਰ ਬਣਾਉਂਦਾ, ਉਦੋਂ ਫੋਟੋਆਂ ਨਹੀਂ ਸੀ ਹੁੰਦੀਆਂ, ਹੱਥ ਨਾਲ ਡਰਾ ਕਰਨੇ ਪੈਂਦੇ ਸੀ। ਅੱਛਾ ਜੀ, ਅਤੇ ਉਹ ਫਿਰ ਰਾਣੀ ਲੱਭਣ ਤੁਰ ਪੈਂਦੇ ਆ, ਜਾ ਕੇ ਕਹਿੰਦੇ ਉੜੀਸਾ ਦੇ ਮਹਿਲਾਂ ਦੇ ਵਿੱਚ ਵੀ ਉਹ ਰਾਣੀ ਫਿਰ ਰਹੀ ਆ, ਲੇਕਿਨ ਉਹ ਰਾਣੀ ਨਹੀਂ ਹੁੰਦੀ, ਉੜੀਸਾ ਦੇ ਰਾਜੇ ਦੀ ਪੁੱਤਰੀ ਹੁੰਦੀ ਆ। ਅੱਛਾ ਜੀ, ਉਹ ਆ ਕੇ ਰਾਜਾ ਚਿੱਤਰ ਸਿੰਘ ਨੂੰ ਦੱਸ ਦਿੰਦੇ ਨੇ ਦੂਤ ਜਿਹੜੇ, ਅਤੇ ਉਹ ਫੌਜ ਲੈ ਕੇ ਅਟੈਕ ਕਰ ਦਿੰਦਾ, ਅਤੇ ਉਹ ਵੀ ਮੂਹਰੇ ਉਹ ਰਾਜਾ ਜੰਗ 'ਚ ਆ ਜਾਂਦਾ, ਅਤੇ ਹਿਮਾਲੀਆ ਤੋਂ ਲਲਕਾਰੇ ਮਾਰਦੇ ਉੱਤਰ ਆਉਂਦੇ ਆ ਉਹਦੇ ਫੌਜੀ, ਅਤੇ ਇੱਧਰੋਂ ਫਿਰ ਰਾਜਾ ਕੀ ਕਰਦਾ, ਰਾਜਾ ਆਪਣੇ ਪੁੱਤਰ ਹਨਵਤ ਸਿੰਘ ਨੂੰ ਜੰਗ 'ਚ ਮੂਹਰੇ ਕਰ ਦਿੰਦਾ, ਆਪ ਬਰਛਾ ਫੜ ਕੇ ਪਿੱਛੇ ਰਹਿੰਦਾ, ਅਤੇ ਉੜੀਸਾ ਦਾ ਰਾਜਾ ਮਾਰ ਲਿਆ ਜਾਂਦਾ। ਅਤੇ ਫਿਰ ਆਉਂਦੀ ਆ ਪੰਗਤੀ, ਬਰੀ ਰਾਏ ਸੁਖ ਪਾਏ ਮਨਮਾਨ ਸ਼ਾਸਤਰ ਕੀ ਰੀਤ, ਮਤਲਬ ਰਾਜਾ ਚਿੱਤਰ ਸਿੰਘ ਨੇ ਫਿਰ ਉਹ ਰਾਜੇ ਦੀ ਪੁੱਤਰੀ ਨੂੰ ਸ਼ਸਤਰ ਦੀ ਰੀਤ ਨੂੰ ਸਹੀ ਮੰਨ ਕੇ ਉਹਨਾਂ ਵਿਆਹ ਕਰਾ ਲਿਆ। ਉਹ ਫਿਰ ਉਹਦੇ ਵਿੱਚ ਰਾਜੇ 'ਚ ਭੱਜਦੀ ਨਹੀਂ, ਉਹਦਾ ਪੁੱਤਰ ਉਹਦੇ ਦਿਮਾਗ 'ਚ ਘੁੰਮਦਾ ਰਹਿੰਦਾ, ਅਤੇ ਇੱਕ ਰਾਜਾ ਉੱਧਰੋਂ ਕੀ ਕਰਦਾ, ਇੱਕ ਪੰਡਿਤ ਨੂੰ ਬੁਲਾਉਂਦਾ, ਆਪਦਾ ਪੁੱਤਰ ਉਹਨੂੰ ਸੌਂਪ ਦਿੱਤਾ ਪੜ੍ਹਾਈ ਲਈ, ਪੰਡਿਤ ਆਪਦਾ ਸ਼ੁਰੂ ਕਰਦਾ ਪਾਠ ਸਬਕ ਆਪਦਾ, ਅਤੇ ਉਹ ਮਗਰ ਬੋਲਦਾ ਨਹੀਂ, ਹੁੰਗਾਰਾ ਨਹੀਂ ਭਰਦਾ, ਮਹੀਨਾ ਇਸੇ ਤਰ੍ਹਾਂ ਬੀਜ ਜਾਂਦਾ, ਫਿਰ ਰਾਜਾ ਹਾਕ ਮਾਰ ਲੈਂਦਾ, ਰਾਜਾ ਕਹਿੰਦਾ ਸੁਣਾ ਵੀ ਜੋ ਤੂੰ ਹੁਣ ਤੱਕ ਪੜ੍ਹਿਆ, ਅਤੇ ਉਹ ਚੁੱਪ ਧਾਰ ਜਾਂਦਾ ਕਿਉਂਕਿ ਉਹਨੇ ਤਾਂ ਧਿਆਨ ਹੀ ਨਹੀਂ ਦਿੱਤਾ ਉੱਧਰ। ਰਾਜਾ ਫਿਰ ਉਹਨੂੰ ਫੜ ਕੇ ਬਾਹੋਂ ਉਹਨਾਂ ਮਹਿਲਾਂ ਲੈ ਜਾਂਦਾ ਜਿੱਥੇ ਪਰੀਆਂ ਵਰਗੀ ਰਾਣੀ ਸਖੀਆਂ ਸਮੇਤ ਖੜ੍ਹੀ ਹੁੰਦੀ ਹੈ, ਉੱਥੇ ਜਾ ਕੇ ਕਹਿੰਦਾ ਵੀ ਇਹ ਤਾਂ ਬੋਲਦਾ ਹੀ ਕੁਛ ਨਹੀਂ, ਮਤਲਬ ਸਿੱਖਿਆ ਨਹੀਂ ਇਹਨੇ ਕੁਛ। ਉਹ ਰਾਣੀ ਫਿਰ ਉਹਨੂੰ ਫੜ ਕੇ ਆਪਦੇ ਮਹਿਲਾਂ 'ਚ ਲੈ ਜਾਂਦੀ ਹੈ ਰਾਜਕੁਮਾਰ ਨੂੰ। ਹੁਣ ਕੀ ਆਖ ਕੇ ਗਈ ਹੋਊ, ਇਹ ਸੋਚਣਾ ਆਪਦੇ 'ਤੇ ਛੱਡਿਆ ਹੋਇਆ। ਨੈਚੁਰਲੀ ਉਹਨੇ ਇਹੀ ਕਿਹਾ, ਹੁਣ ਤੁਸੀਂ ਠੰਡੇ ਹੋਵੋ, ਗੁੱਸੇ ਹੋਈ ਜਾਂਦੇ ਹੋ, ਬਥੇਰਾ ਟਾਈਮ ਪਿਆ, ਸਿੱਖ ਲੂ ਇਹ, ਮੈਂ ਸਮਝਾਊਂ। ਅਤੇ ਅੰਦਰ ਲਿਆ ਕੇ ਫਿਰ ਆਪਦੇ ਮਨ 'ਚ ਸੋਚਦੀ ਹੈ ਵੀ ਜਿਹਦੇ ਉੱਪਰੋਂ ਮਨ ਨਿਸ਼ਾਵਰ ਕੀਤਾ ਹੋਵੇ ਸਭ ਕੁਛ ਵਾਰ ਦੇਣਾ ਚਾਹੀਦਾ। ਪਹਿਲਾਂ ਦੋਹਰਾ ਇਸ਼ਾਰਾ ਦਿੰਦੀ ਆ ਉਹਨੂੰ, ਫਿਰ ਉਹ ਮਨ ਦੀ ਗੱਲ ਆਖ ਦਿੰਦੀ ਹੈ ਮੇਰੇ 'ਤੇ ਤਮੋਹਤ ਆ। ਉਹ ਚੁੱਪ ਚਾਪ ਚਲਿਆ ਜਾਂਦਾ, ਫਿਰ ਉਹ ਖਿਸਕ ਜਾਂਦੀ ਆ, ਉਹ ਆਪਦੇ ਵਸਤਰ ਪਾੜਦੀ ਆ, ਨੌਹਾਂ ਦੇ ਨਿਸ਼ਾਨ ਲਾਉਂਦੀ ਆ, ਜਾ ਕੇ ਆਪਦੇ ਜਾ ਕੇ ਰਾਜੇ ਨੂੰ ਕਹਿੰਦੀ ਵੀ ਦੇਖ ਤੇਰਾ ਪੁੱਤਰ ਕਿੰਨਾ ਦੁਸ਼ਟ ਆ। ਰਾਜਾ ਫਿਰ ਉਹਨੂੰ ਆਪਦੇ ਪੁੱਤਰ ਨੂੰ ਮਾਰਨ ਲੈ ਜਾਂਦਾ, ਹਾਂਜੀ, ਅਤੇ ਮੰਤਰੀ ਆਉਂਦੇ ਆ, ਫਿਰ ਮੰਤਰੀ ਉਹਦਾ ਹੱਥ ਫੜ ਲੈਂਦੇ ਆ, ਰਾਜੇ ਨੂੰ ਰੋਕ ਲੈਂਦੇ ਆ ਬਈ ਤੈਨੂੰ ਤ੍ਰਿਆ ਚਿੱਤਰ ਦਾ ਨਹੀਂ ਪਤਾ। ਇੱਥੇ ਕਹਾਣੀ ਸਮਾਪਤ ਹੋ ਜਾਂਦੀ ਹੈ। ਦੂਸਰੀ ਕਹਾਣੀ ਸ਼ੁਰੂ ਹੁੰਦੀ ਆ ਵੀ ਜਿਹੜਾ ਰਾਜਾ ਆਪਦੇ ਪੁੱਤਰ ਨੂੰ ਬੰਦੀਖਾਨੇ 'ਚ ਭੇਜ ਦਿੰਦਾ, ਜੇਲ੍ਹ 'ਚ, ਸਵੇਰ ਹੁੰਦੀ ਆ ਤਾਂ ਉਹਨੂੰ ਸਭਾ 'ਚ ਬੁਲਾ ਲੈਂਦਾ ਬਰਾਬਰ, ਅਤੇ ਫਿਰ ਮੰਤਰੀ ਕਹਾਣੀਆਂ ਸੁਣਾਉਣੀ ਸ਼ੁਰੂ ਕਰ ਦਿੰਦੇ ਆ। ਹੁਣ ਪਹਿਲੀ ਕਹਾਣੀ ਸਮਝਣੀ ਬੜੀ ਜ਼ਰੂਰੀ ਆ, ਉਹ ਪੱਛਰਾ ਜਿਹੜੀ ਆ ਇੰਦਰ ਦੇ ਵੱਲ ਜਾ ਰਹੀ ਆ, ਇੰਦਰ ਦੇ ਦਰਬਾਰ 'ਚ ਨੱਚਣ ਵਾਲੀਆਂ ਮਤਲਬ ਉਹ ਹੈਗੀ ਆ, ਇਹ ਦੂਸਰਿਆਂ ਦੇ ਕਾਮ ਕਸਾਉਣ ਲਈ ਇੰਦਰ ਵਰਤਦਾ ਹੁੰਦਾ ਸੀ, ਅਤੇ ਉਹ ਛਲ ਨਾਲ ਆਪਦੀ ਸਖੀ ਨੂੰ ਰਾਜੇ ਵੱਲ ਭੇਜਦੀ ਆ। ਹੁਣ ਛਲ ਇਹੀ ਹੋਣਾ, ਉਹਨੇ ਇਹ ਥੋੜ੍ਹਾ ਦੱਸਣਾ ਮੈਂ ਨੱਚਣ ਵਾਲੀ ਹਾਂ, ਉਹਨੇ ਇਹ ਕਿਹਾ ਹੋਊਗਾ ਵੀ ਇਹ ਫਲਾਣੇ ਰਾਜ ਦੀ ਰਾਜਕੁਮਾਰੀ ਆ ਜੇ ਕੀ, ਅਤੇ ਉਹ ਰਾਜਾ ਉਹਦਾ ਸਰੂਪ ਦੇਖ ਕੇ ਉਹਨੇ ਵਿਆਹ ਕਰਾ ਲੈਂਦਾ, ਪੁੱਤਰ ਹੋ ਜਾਂਦਾ, ਅਤੇ ਭੋਗ ਕਮਾਉਣ ਦਾ ਮਤਲਬ ਬਹੁਤ ਸਾਲ ਇੱਕ ਨਹੀਂ ਗੱਲ ਹੁੰਦੀ, ਭੋਗ ਤਾਂ ਖਾਣਾ ਪੀਣਾ ਵੀ ਦੁਨੀਆਂ 'ਚ ਵਿਚਰਨ ਨੂੰ ਭੋਗ, ਹਾਂਜੀ, ਬਹੁਤ ਆ ਜਾਂਦੇ ਆ,
योगी अंदर योगी है तू भोगी अंदर दो राज राज ते योग यही चीज ने ते उदों फिर की हुंदा बाद च जदों कहा जांदा वी इंद्रवा लुट गई मैं अपनी किताब च लिखा होया वी परलोक सुधार गई ਇਹ ਵੀ ਕਿਤੋਂ ਪੜ੍ਹਿਆ ਫਿਰ ਬਾਅਦ 'ਚ ਫਿਰ ਜਦੋਂ ਗਹਿਰੀ ਤੁਸੀਂ ਖੋਜ ਕਰਦੇ ਹੋ ਜਾਂ ਹੋਰ ਨਿਹੰਗ ਸਿੰਘਾਂ ਤੋਂ ਸੁਣਦੇ ਹੋ ਉਹ ਪਤਾ ਲੱਗਦਾ ਵੀ ਇੰਦਰ ਵੱਲ ਭੱਜ ਗਈ ਆਪਦਾ ਸਾਰਾ ਕੁਝ ਛੱਡ ਕੇ ਵਾਪਸ ਉਸੇ ਕੰਮ 'ਚ ਚਲੇ ਗਈ ਮਤਲਬ ਕਿ ਰਾਜੇ ਨੇ ਪਰਖ ਨਹੀਂ ਕੀਤੀ ਕਿ ਇਹਨਾਂ ਵਿਆਹ ਕਰਾ ਰਿਹਾ ਇੱਥੇ ਸਮਝਾਇਆ ਗਿਆ ਵੀ ਪਰਖ ਕਰੋ ਹਾਂਜੀ ਫਿਰ ਉਹ ਲੱਭਣ ਤੁਰਦੇ ਆ ਤਾਂ ਭੁਲੇਖਾ ਖਾ ਜਾਂਦੇ ਆ ਰਾਈਟ ਵੀ ਉਹ ਫਿਰਦੀ ਆ ਰਾਣੀ ਉੜੀਸਾ ਦੇ ਰਾਜੇ ਦੀ ਕੁੜੀ ਨੂੰ ਉਹ ਫਿਰ ਮਤਲਬ ਇਹਦਾ ਕੱਦ ਕਾਠ ਵੀ ਰਾਣੀ ਜਿੱਡਾ ਹੋ ਗਿਆ ਰਾਈਟ ਅਤੇ ਨੁਹਾਰ ਵੀ ਇਹੋ ਜਿਹੀ ਆ ਲੇਕਿਨ ਆਪਦੇ ਬਾਪ ਦੇ ਘਰ 'ਚ ਆ ਮਤਲਬ ਉਹ ਵਿਆਹੁਣ ਵਾਲੀ ਉਮਰ 'ਚ ਆ ਗਈ ਹਾਂਜੀ ਉੱਧਰੋਂ ਜਦੋਂ ਅਟੈਕ ਹੁੰਦਾ ਆ ਹਾਂਜੀ ਅਤੇ ਉਹ ਵੀ ਅਟੈਕ ਕਰ ਦਿੰਦੇ ਉਹ ਵੀ ਆ ਜਾਂਦੇ ਆ ਕਿਸੇ ਨੇ ਦੂਤ ਨਹੀਂ ਭੇਜਿਆ ਇੱਥੇ ਗੁਰੂ ਸਾਹਿਬ ਸਮਝਾ ਰਹੇ ਨੇ ਵੀ ਦੂਤ ਭੇਜੋ ਸਾਹਿਬ ਦੇ 'ਚ ਤਸ਼ਵੀਰ ਜਿਹੜੀ ਤੁਸੀਂ ਦਿੱਤੀ ਹੋਵੇ ਹਿਮਾਲੀਆ ਪਾਰ ਕਰਨ ਦੀ ਉਹ ਤਸ਼ਵੀਰ ਕੀ ਹੈ ਬਹੁਤ ਵਧੀਆ ਸਵਾਲ ਤੁਸੀਂ ਪਿੱਕ ਕੀਤਾ ਕਿਉਂਕਿ ਮੈਨੂੰ ਇਹੀ ਨਹੀਂ ਸਮਝ ਲੱਗਦੀ ਉੜੀਸਾ ਆ ਅਤੇ ਉੱਧਰੋਂ ਹਿਮਾਲੀਆ ਕਿੱਥੇ ਆ ਇਹ ਫਿਰ ਨਿਹੰਗ ਸਿੰਘਾਂ ਨੇ ਇੱਕ ਇਸ਼ਾਰਾ ਦਿੱਤਾ ਮੈਨੂੰ ਅੱਛਾ ਇਹ 'ਚ ਸ਼ਬਦ ਆਉਂਦਾ ਹਨੂ ਸ਼ਬਦ ਹਨੂ ਸ਼ੋਰਟ ਫੋਰ ਹਨੂੰਮਾਨ ਆ ਉਹ ਹਨੂੰਮਾਨ ਦੀ ਕਹਾਣੀ ਇਹ ਹੈ ਵੀ ਜਦੋਂ ਪਰਬਤ ਚੁੱਕ ਕੇ ਲਿਆਇਆ ਸੀ ਤਾਂ ਉਹਦਾ ਇੱਕ ਹਿੱਸਾ ਟੁੱਟ ਕੇ ਉੜੀਸਾ 'ਚ ਡਿੱਗ ਪਿਆ ਸੀ ਉਹਨੂੰ ਗੰਧ ਮਰਦਨ ਪਰਬਤ ਕਹਿੰਦੇ ਆ ਇੱਧਰ ਆਹ ਕਹਾਣੀ ਵੱਲ ਸਾਰਾ ਇਸ਼ਾਰਾ ਹਾਂਜੀ ਨਿੱਕੀਆਂ ਨਿੱਕੀਆਂ ਚੀਜ਼ਾਂ ਬਹੁਤ ਨੇ ਹਾਂਜੀ ਇਹਦੇ ਵਿੱਚ ਅਤੇ ਫਿਰ ਕੀ ਹੁੰਦਾ ਮਤਲਬ ਗੁਰੂ ਸਾਹਿਬ ਸਮਝਾ ਰਹੇ ਨੇ ਵੀ ਦੂਤ ਭੇਜੋ ਪਹਿਲਾਂ ਗੱਲ ਖੋਲੋ ਜਿਹੜੀ ਜੰਗ ਆ ਬਿਨਾਂ ਗੱਲੋਂ ਹੋਈ ਦਿਖਾਈ ਆ ਹੁਣ ਉਹ ਰਾਜਕੁਮਾਰ ਨੂੰ ਮੂਹਰੇ ਕਰ ਦਿੰਦਾ ਹਰਮਤ ਸਿੰਘ ਨੂੰ ਇਹਦਾ ਮਤਲਬ ਆਪਦੀ ਲਾਲਸਾ ਦਾ ਵੀ ਉਹ ਮਿੱਤ ਕਹਿ ਸਕਦੇ ਹਾਂ ਇੱਕ ਆਉਂਦਾ ਹਾਂਜੀ ਇੱਕ ਇਹ ਆ ਵੀ ਰਾਜਕੁਮਾਰਾਂ ਨੂੰ ਸ਼ੁਰੂ ਤੋਂ ਹੀ ਸ਼ਸਤਰ ਵਿੱਦਿਆ ਸਿਖਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਸੀ ਉਹ ਜਵਾਨਾਂ ਨੂੰ ਲੜਨਾ ਚਾਹੀਦਾ ਜਦੋਂ ਜਵਾਨ ਹੁੰਦੇ ਆ ਜਦੋਂ 14-15 ਸਾਲ 'ਚ ਜਾਂ ਕੁਛ ਜਾਂਦੇ ਆ ਤਾਂ ਉਹਨਾਂ ਨੂੰ ਫਿਰ ਜਦੋਂ ਜੰਗਾਂ 'ਚ ਭੇਜਿਆ ਜਾਂਦਾ ਸੀ ਪਹਿਲਾਂ ਜ਼ਿਆਦਾ ਸੁਰੱਖਿਆ ਦਿੱਤੀ ਜਾਂਦੀ ਸੀ ਸੋ ਇੱਥੇ ਰਾਜਾ ਉਹਨੂੰ ਕਹਿ ਰਿਹਾ ਵੀ ਤੂੰ ਮੂਹਰੇ ਹੋ ਕਰ ਯੁੱਧ ਮੈਂ ਪਿੱਛੇ ਹੈਗਾ ਤੈਨੂੰ ਸੰਭਾਲਣ ਵਾਲਾ ਸੋ ਉਦੋਂ ਫਿਰ ਬਾਅਦ ਦੇ ਵਿੱਚ ਜਦੋਂ ਉੜੀਸਾ ਦਾ ਰਾਜਾ ਮਾਰ ਲਿਆ ਜਾਂਦਾ ਫਿਰ ਜਿਹੜੀ ਪੰਗਤੀ ਆਉਂਦੀ ਹੈ ਬੜੀ ਰਾਏ ਸੁੱਖ ਪਾਏ ਮਨਮਾਨ ਸ਼ਾਸਤਰ ਕੀ ਰੀਤ ਇੱਥੋਂ ਤੁਹਾਨੂੰ ਇਸ਼ਾਰਾ ਮਿਲ ਜਾਂਦਾ ਵੀ ਕਿਸੇ ਨਾ ਕਿਸੇ ਨੇ ਰਾਜੇ ਨੂੰ ਟੋਕਿਆ ਵੀ ਰਾਜਾ ਉਹਦੀ ਉਮਰ ਦੇਖ ਤੂੰ ਆਪਦੀ ਉਮਰ ਦੇਖ ਰਾਈਟ ਉਹ ਜਵਾਨ ਉਹਦਾ ਤੇਰਾ ਮੁੰਡਾ ਜਵਾਨੀ 'ਚ ਆ ਗਿਆ ਤੂੰ ਤੇਰੀ ਉਮਰ ਕੀ ਆ ਪਰ ਉਹ ਫਿਰ ਕਹਿੰਦਾ ਵੀ ਨਹੀਂ ਕਹਿੰਦਾ ਵੀ ਸ਼ਾਸਤਰ 'ਚ ਜੋ ਮੈਨੂੰ ਧਰਮ ਸ਼ਾਸਤਰ 'ਚ ਲਿਖਿਆ ਮੈਂ ਉਹਦੇ ਅਨੁਸਾਰ ਵਿਆਹ ਕਰਾ ਰਿਹਾ ਹਾਂਜੀ 8 ਵਿਵਾਹ ਵਿਧਾਨ ਨੇ ਜਿਹੜੇ ਮੈਂ ਕਿਤਾਬ 'ਚ ਦੱਸੇ ਹੋਏ ਆ ਅਤੇ ਇੱਥੇ ਗੁਰੂ ਸਾਹਿਬ ਸਮਝਾ ਰਹੇ ਨੇ ਵੀ ਜਿਹੜੇ ਗ੍ਰੰਥ ਨੇ ਨਾ ਇਹਨਾਂ ਦੇ ਗਲਤ ਅਰਥ ਨਾ ਕਰੋ ਆਪਦਾ ਫਾਇਦਾ ਦੇਖਣ ਲਈ ਔਰਤ 'ਤੇ ਮਤਲਬ ਧੱਕਾ ਨਾ ਕਰੋ ਤੁਸੀਂ ਸੁੱਖ ਨਹੀਂ ਪਾਵੋਗੇ ਹਾਂਜੀ ਅਤੇ ਉਹ ਫਿਰ ਜਦੋਂ ਹੁਣ ਉਹਦਾ ਹਾਣ ਪ੍ਰਵਾਨ ਉਹ ਹੁੰਦਾ ਉਹ ਨੈਚੁਰਲੀ ਉੱਧਰ ਉਹਦਾ ਧਿਆਨ ਜਾਂਦਾ ਫਿਰ ਜਿਹੜਾ ਪੰਡਿਤ ਕੋਲ ਪੜ੍ਹਾਉਣ ਲਾਉਂਦਾ ਰਾਜਾ ਹੁਣ ਉਹਨੇ ਊੜਾ ਆੜਾ ਨਹੀਂ ਸਿਖਾਉਣਾ ਹੁਣ ਇਸ ਉਮਰ 'ਚ ਨਾ ਉਹਨੇ ਕਾਖਾਗਾ ਸਿਖਾਉਣਾ ਆ ਜੰਗ ਜਿੱਤ ਕੇ ਆਇਆ ਰਾਜਕੁਮਾਰ ਉਹਨੂੰ ਰਾਜ ਵਿੱਦਿਆ ਸਿਖਾਈ ਜਾਊਗੀ ਹਾਂਜੀ ਪਰ ਉਹ ਹੁੰਗਾਰਾ ਨਹੀਂ ਭਰਦਾ ਮਤਲਬ ਕਿ ਉਹ ਰਾਜ ਭਾਗ ਦੀ ਲਾਲਸਾ ਤੋਂ ਉੱਪਰ ਆ ਧਨ ਦੌਲਤ ਐਸ਼ ਪ੍ਰਾਸਤੀ ਤੋਂ ਉੱਪਰ ਆ ਪਰੀਆਂ ਵਰਗੀ ਰਾਣੀ ਵੱਲੋਂ ਕਾਮ ਪੇਸ਼ ਕੀਤਾ ਜਾਂਦਾ ਉਹ ਠੁਕਰਾ ਜਾਂਦਾ ਮਨ ਉਹਦਾ ਕਾਮ ਵਾਸ਼ਨਾ ਤੋਂ ਉੱਪਰ ਆ ਝੂਠਾ ਇਲਜ਼ਾਮ ਲੱਗ ਜਾਂਦਾ ਰਾਜਾ ਉਹਨੂੰ ਮਾਰ ਲੈ ਤੁਰਦਾ ਫਿਰ ਨਹੀਂ ਇੱਕ ਵਾਰੀ ਵੀ ਕੁਛ ਕਹਿੰਦਾ ਵੀ ਮੈਂ ਬੇਕਸੂਰ ਹਾਂ ਉਹਦਾ ਜਿਹੜਾ ਮਤਲਬ ਆਪਦੇ ਸਰੀਰਕ ਮੋਹ ਤੋਂ ਵੀ ਉੱਪਰ ਆ ਉਹ ਦੋ ਰੂਹਾਂ ਸਾਨੂੰ ਇੱਥੇ ਦੇਤੀਆਂ ਗੁਰੂ ਸਾਹਿਬ ਨੇ ਪਰਸਨੈਲਿਟੀਜ਼ ਰਾਜਾ ਚਿੱਤਰ ਸਿੰਘ ਆ ਜਿਹੜਾ ਉਹ ਬਾਹਰਲੀ ਸੁੰਦਰਤਾ ਤੋਂ ਮੋਹਿਤ ਹੁੰਦਾ ਪਹਿਲੀ ਵਾਰੀ ਵੀ ਹੋਇਆ ਦੂਜੀ ਵਾਰੀ ਵੀ ਆਪਦੇ ਲਾਲਚ ਨੂੰ ਹਾਂਜੀ ਤਾਂ ਹੀ ਉਹਦਾ ਨਾਂ ਚਿੱਤਰ ਸਿੰਘ ਆਇਆ ਚਿੱਤਰ ਸਿੰਘ ਆ ਤਸਵੀਰ ਮਤਲਬ ਬਾਹਰਲੀ ਸੁੰਦਰਤਾ ਤੋਂ ਮੋਹਿਤ ਹੋਣ ਵਾਲਾ ਜਿੱਥੇ ਉਹ ਬਾਹਰਲੀ ਦੁਨੀਆਂ ਨਾਲ ਜੁੜਿਆ ਹੋਇਆ ਹਨਮਤ ਸਿੰਘ ਆਪਣੇ ਅੰਦਰ ਬੈਠੇ ਪਰਮਾਤਮਾ ਨਾਲ ਜੁੜਿਆ ਹੋਇਆ ਹਨਵਤ ਦਾ ਮਤਲਬ ਹੈ ਹਨ ਵੱਤ ਹਨਣਾ ਮਾਰਨਾ ਵੱਤ ਕੋਈ ਚੀਜ਼ ਧਰਤੀ ਉਹ ਹੁੰਦੀ ਆ ਜਿਹੜੀ ਉਪਜਾਊ ਹੋਵੇ ਮਤਲਬ ਕਿ ਤੁਸੀਂ ਆਪਦੀਆਂ ਸਾਰੀਆਂ ਚੀਜ਼ਾਂ ਖਤਮ ਕਰਕੇ ਇਹਨਾਂ ਚਰਿੱਤਰਾਂ 'ਚ ਜਦੋਂ ਜਾਣਾ ਇਹਦੇ ਵਿੱਚ ਸੱਚ ਦਾ ਬੀਜ ਆ ਜਿਹੜਾ ਉਹ ਉਗਾਉਣਾ ਆਪਣੇ ਦੇ ਅੰਦਰ ਸੱਚ ਲੱਭਣਾ ਹੁਣ ਚਰਿੱਤਰਾਂ ਦਾ ਪਾਠ ਵੇਲੇ ਜਿਹੜੀ ਵੀ ਅਸੀਂ ਬਿਰਤੀ ਤੋਂ ਦੇਖ ਸੋਚਾਂਗੇ ਜੇ ਰਾਜੇ ਚਿੱਤਰ ਸਿੰਘ ਦੀ ਬਿਰਤੀ ਤੋਂ ਦੇਖਾਂਗੇ ਤਾਂ ਚਰਿੱਤਰ ਹੋਰ ਲੱਗੂਗਾ ਜੇ ਹਨਵਤ ਸਿੰਘ ਦੀ ਬਿਰਤੀ ਤੋਂ ਦੇਖਾਂਗੇ ਤਾਂ ਚਰਿੱਤਰ ਹੋਰ ਲੱਗੂਗਾ ਹੁਣ ਇੱਥੇ ਇਹ ਵੀ ਦੇਖਣ ਵਾਲੀ ਗੱਲ ਆ ਵੀ ਸਭਾ ਕਿਉਂ ਬਿਠਾ ਲਈ ਰਾਜੇ ਦੇ ਘਰ ਦੀ ਗੱਲ ਸੀਗੀ ਮੰਤਰੀ ਇਕੱਲੇ ਰਾਜੇ ਨੂੰ ਸਮਝਾ ਸਕਦੇ ਸੀ ਸੋ ਪਹਿਲੀ ਗੱਲ ਤਾਂ ਗੁਰੂ ਸਾਹਿਬ ਇਹ ਸਮਝਾ ਰਹੇ ਨੇ ਵੀ ਜੋ ਕੁਛ ਤੁਸੀਂ ਦੂਸਰੀ ਪਬਲਿਕ 'ਤੇ ਲਾਗੂ ਕਰਨਾ ਆਪਦੇ ਪਰਿਵਾਰ 'ਤੇ ਉਹੀ ਸਿਧਾਂਤ ਲਾਗੂ ਕਰਨਾ ਪਹਿਲੀ ਇਹ ਸਿੱਖਿਆ ਹਨਵਤ ਸਿੰਘ ਨੂੰ ਇਸ ਲਈ ਬਿਠਾ ਲੈਣਾ ਕਿਉਂਕਿ ਮੰਤਰੀਆਂ ਨੂੰ ਕੁਛ ਨਹੀਂ ਪਤਾ ਵੀ ਕੀ ਹੋਇਆ ਅਸਲੀਅਤ ਪਿਓ ਪੁੱਤ ਨੂੰ ਪਤਾ
ਪਿਓ ਨੂੰ ਨਹੀਂ ਪਤਾ, ਪਿਓ ਨੂੰ ਪਤਾ, ਰਾਣੀ ਨੂੰ ਤੇ ਪੁੱਤ ਨੂੰ, ਹਨਮਤ ਨੂੰ ਪਤਾ। ਹਾਂਜੀ, ਹਨਮਤ ਸਿੰਘ ਬੋਲ ਨਹੀਂ ਰਿਹਾ, ਉਹਨੇ ਇਲਜ਼ਾਮ ਲਾ ਦਿੱਤਾ। ਸੋ ਉਹ ਮੰਤਰੀ ਨੇ ਪਰਖਣਾ ਵੀ ਜਦੋਂ ਇਹ ਚਰਿੱਤਰ ਸੁਣਾਉਣੇ ਆ ਕਿਤੇ ਇਹ ਉਤਸ਼ਾਹਤ ਤਾਂ ਨਹੀਂ ਹੁੰਦਾ, ਜੇ ਉਤਸ਼ਾਹਤ ਹੁੰਦਾ ਇਹ 'ਚ ਵੀ ਕਸੂਰ ਹੋ ਸਕਦਾ। ਹਾਂਜੀ, ਜਿੱਥੇ ਹਨਮਤ ਸਿੰਘ ਨੇ ਮੰਤਰੀਆਂ ਦੀ ਸਭਾ 'ਚ ਬੈਠਣਾ ਉੱਥੇ ਇਹਨਾਂ ਚਰਿੱਤਰਾਂ ਦਾ ਪਾਠ ਕਰਨ ਵੇਲੇ ਸਿੱਖ ਨੇ ਕਲਗੀਧਰ ਪਾਤਸ਼ਾਹੀ ਸਭਾ 'ਚ ਬੈਠਣਾ, ਇੱਥੇ ਪਰਖ ਹੋਣੀ ਆ। ਹਾਂਜੀ, ਤੁਹਾਡੀ ਪਰਖਣਾ ਗੁਰੂ ਸਾਹਿਬ ਨੇ ਵੀ ਤੁਹਾਡੇ ਅੰਦਰ ਕੀ ਚੱਲਦਾ। ਅਤੇ ਇਹ ਤੋਂ ਬਾਅਦ 'ਚ ਫਿਰ ਮੰਤਰੀ ਕਹਾਣੀ ਸ਼ੁਰੂ ਕਰਦਾ। ਹਾਂਜੀ, ਪਹਿਲਾਂ ਕਹਾਣੀ ਫਿਰ ਵਿਚਾਰ। ਕਹਾਣੀ ਇਹ ਆ, ਮੰਤਰੀ ਕਹਿੰਦਾ ਵੀ ਇੱਕ ਔਰਤ ਹੁੰਦੀ ਆ, ਹਾਂਜੀ, ਉਹ ਆਪਣੇ ਆਪ ਰਾਜ 'ਚ ਰਾਜ ਕਰਦੀ ਹੁੰਦੀ ਆ, ਉਹਦੇ ਪਰਿਵਾਰ ਦੀ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ, ਨਾ ਪੇਕਿਆਂ ਦੀ ਨਾ ਸਹੁਰਿਆਂ ਦੀ, ਇਹਦਾ ਮਤਲਬ ਇਕੱਲੀ ਸੀ ਰਾਜ ਕਰਦੀ, ਹੈ ਨਾ। ਉਹਦੀ ਬਹੁਤ ਸਾਰੇ ਮਰਦਾਂ ਨਾਲ ਜੁਹਾਰ ਹੁੰਦੀ ਸੀ। ਹੁਣ ਜੁਹਾਰ ਦਾ ਮਤਲਬ ਹੈ ਦੁਆ ਸਲਾਮ, ਗੱਲਬਾਤ ਕਰ ਲੈਂਦੀ ਸੀ ਬਥੇਰਿਆਂ ਨਾਲ ਉਹ। ਅਤੇ ਪਰ ਉਹਦੇ ਦੋ ਪ੍ਰੇਮੀ ਹੁੰਦੇ ਸੀ, ਇੱਕ ਮੋਟਾ ਹੁੰਦਾ ਸੀ ਇੱਕ ਪਤਲਾ ਹੁੰਦਾ ਸੀ, ਮੋਟਾ ਬਿਰਧ ਹੁੰਦਾ ਸੀ, ਪਤਲਾ ਜਵਾਨ ਸੀ, ਆਪ ਉਹ ਜਵਾਨ ਸੀਗੀ। ਉਹ ਕੀ ਕਰਦੀ ਆ ਵੀ ਜਦੋਂ ਫਿਰ ਮੋਟੇ ਵੱਲ ਉਹਨੂੰ ਕੋਈ ਜਾਣਾ ਪੈਂਦਾ ਤਾਂ ਨੱਕ ਮੂੰਹ ਚੜਾਉਂਦੀ ਆ, ਹਾਂਜੀ, ਅਤੇ ਮਨ 'ਚ ਪਛਤਾਉਂਦੀ ਆ। ਸੋ ਇੱਥੇ ਫਿਰ ਮੰਤਰੀ ਕਹਿੰਦਾ ਵੀ ਇਹ ਤਾਂ ਜਗ ਦੀ ਰੀਤ ਆ ਵੀ ਜਿਹੜਾ ਬਿਰਧ ਮਰਦ ਆ ਉਹਦਾ ਦਿਲ ਆ ਜਿਹੜਾ ਜਵਾਨ ਔਰਤ ਦੀ ਗ੍ਰਸਤ 'ਚ ਹੁੰਦਾ, ਅਤੇ ਜਿਹੜੀ ਜਵਾਨ ਔਰਤ ਆ ਉਹਦਾ ਦਿਲ ਜਵਾਨ ਮਰਦ ਦੀ ਗ੍ਰਸਤ 'ਚ ਹੁੰਦਾ। ਹਾਂਜੀ, ਅਤੇ ਫਿਰ ਕੀ ਹੁੰਦਾ, ਉਹ ਅੱਗੇ ਕਹਾਣੀ ਤੁਰਦੀ ਆ ਵੀ ਇੱਕ ਦਿਨ ਉਹ ਪਤਲੇ ਨਾਲ ਹੁੰਦੀ ਆ ਅਤੇ ਉੱਧਰੋਂ ਮੋਟਾ ਕੇ ਦਰਾਂ 'ਤੇ ਪੈਰਾਂ ਦਾ ਖੜਕਾ ਕਰ ਦਿੰਦਾ। ਉਹ ਫਿਰ ਘਬਰਾ ਕੇ ਉਹਨੂੰ ਕਹਿੰਦੀ ਭੱਜ ਜਾ ਇੱਥੋਂ ਛੇਤੀ, ਕੋਈ ਜਿੰਨ ਆ ਗਿਆ ਆਪਾਂ ਨੂੰ ਬੰਨ ਲੈਣਾ ਉਹਨੇ। ਉਹ ਉੱਧਰੋਂ ਜਦੋਂ ਉਹ ਭੱਜਦਾ ਅਤੇ ਅੱਬੜ ਵਾਹੀ ਉੱਠ ਕੇ ਉਹਨੂੰ ਕੜਾ ਵਿੱਚ ਲੈ ਲੈਂਦੀ ਅਤੇ ਉਹਦੇ ਵੀਰ 'ਚ ਥੱਲੇ ਡਿੱਗ ਜਾਂਦਾ। ਅਤੇ ਫਿਰ ਉਹ ਦੂਜਾ ਮੋਟਾ ਜਿਹੜਾ ਸੀ ਉਹ ਕਹਿੰਦਾ ਖਿੱਝ ਜਾਂਦਾ ਵੀ ਦੱਸ ਇੱਥੇ ਕੌਣ ਸੀ, ਹੁਣ ਕੀ ਇਹ ਕਹਾਣੀ ਹੈ, ਤੂੰ ਕਿਹਨਾਂ ਸੀਗੀ। ਉਹ ਕਹਿੰਦੀ ਕੀ ਗੱਲਾਂ ਕਰਦੇ ਹੋ, ਮੈਂ ਤਾਂ ਤੁਹਾਡਾ ਰੂਪ ਦੇਖ ਕੇ ਹੀ ਬਲਿਹਾਰੀ ਗਈ, ਮੈਂ ਤਾਂ ਆਹਾ ਹਾਲ ਤੂੰ ਮੈਂ ਤੋਂ ਆਪਦੇ ਆਪ ਨੂੰ ਸੰਭਾਲ ਹੀ ਨਹੀਂ ਹੋਇਆ। ਉਹ ਫਿਰ ਇੰਨਾ ਕੁ ਹੁੱਬਦਾ ਕਹਿੰਦਾ ਹਾਂ 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 ਇੱਦਾਂ ਹੀ ਹੋਇਆ ਹੋਣਾ, ਮੈਨੂੰ ਦੇਖ ਕੇ ਹੀ ਇਹ ਤੋਂ ਇਹ ਹਾਲਤ ਹੋ ਗਈ। ਹੁਣ ਜਿਹਨੂੰ ਉਹ ਮਤਲਬ ਨੱਕ ਬੁੱਲ ਚੜਾਉਂਦੀ ਸੀਗੀ ਉਹਨੂੰ ਉਹਨੇ ਗੱਲਾਂ 'ਚ ਲੈ ਲਿਆ। ਹਾਂਜੀ, ਹੁਣ ਇਹ ਰਿਐਲਿਟੀ 'ਚ ਇੱਥੇ ਕਹਾਣੀ ਕਿਉਂ ਸੁਣਾਈ ਗਈ ਆ, ਮੰਤਰੀ ਕੀ ਕਰ ਰਿਹਾ, ਮੰਤਰੀ ਨੇ ਰਾਜੇ ਦੇ ਘਰ ਦਾ ਦ੍ਰਿਸ਼ ਪੈਦਾ ਕਰਤਾ। ਮੋਟਾ ਅਤੇ ਬਿਰਧ ਉਹ ਰਾਜੇ ਨੂੰ ਕਹਿ ਰਿਹਾ, ਜਵਾਨ ਉਹ ਹਰਭਜਨ ਸਿੰਘ ਨੂੰ ਕਹਿ ਰਿਹਾ। ਹਾਂਜੀ, ਉਹ ਕਹਿ ਰਿਹਾ ਵੀ ਦੇਖ ਐਡਾ ਸਬੂਤ ਸੀ ਉਹਦੇ ਕੋਲ, ਉਹ ਫੇਰ ਮੂਰਖ ਬਣ ਗਿਆ, ਤੂੰ ਕੀ ਪਰਖਿਆ ਉਹਦਾ, ਤੈਨੂੰ ਤਾਂ ਪਤਾ ਹੀ ਕੁਛ ਨਹੀਂ। ਹਾਂਜੀ, ਇੱਥੇ ਸਮਾਪਤ ਹੋ ਜਾਂਦਾ। ਅਗਲਾ ਜਿਹੜਾ ਚਰਿੱਤਰ ਆ ਉਹ 'ਚ ਫਿਰ ਬੰਦੀ ਖਾਨੇ 'ਚ ਭੇਜ ਦਿੰਦਾ, ਫਿਰ ਵਾਪਸ ਆ ਆਉਂਦਾ। ਹੁਣ ਜਿਹੜਾ ਬੰਦੀ ਖਾਨੇ 'ਚ ਭੇਜਣਾ ਇਹ ਗਾਂਹਲੇ ਚਰਿੱਤਰ 'ਚ ਦੱਸਿਆ ਜਾਂਦਾ, ਇਹਦਾ ਮਤਲਬ ਕੜੀ ਜੋੜਤੀ ਗੁਰੂ ਸਾਹਿਬ ਨੇ ਪਿਛਲੇ ਨਾਲ। ਉਹ 'ਚ ਕੀ ਹੁੰਦਾ, ਉਹਦੇ ਵਿੱਚ ਇੱਕ ਮਹਾਨੰਦ ਨਾਮ ਦਾ ਵਿਅਕਤੀ ਹੁੰਦਾ ਬਿਰਧ, ਇੱਕ ਖੋਕਾਣਾ ਹੁੰਦਾ ਉਹ, ਉਹਦੀ ਜਵਾਨ ਔਰਤ ਦਾ ਨਾਮ ਹੁੰਦਾ ਘੁਰਕੀ। ਉਹ ਅੱਠਾਂ ਪੈਰਾਂ 'ਚ ਜਦੋਂ ਵੀ ਉਹਨੂੰ ਕ੍ਰੋਧ ਚੜ੍ਹਦਾ ਉਹ ਮਹਾਨੰਦ ਨੂੰ ਘੂਰ ਦਿੰਦੀ ਆ, ਬਹੁਤ ਸਾਰੇ ਮਰਦਾਂ ਨਾਲ ਉਹ ਭੋਗ ਕਮਾਉਂਦੀ ਆ। ਇੱਕ ਦਿਨ ਇੱਕ ਪਤਲੇ ਜਵਾਨ ਮਰਦ ਨਾਲ ਹੁੰਦੀ ਆ ਅਤੇ ਉੱਪਰੋਂ ਉਹ ਮਹਾਨੰਦ ਆ ਜਾਂਦਾ ਘਰ, ਟਾਈਮ ਤੋਂ ਪਹਿਲਾਂ ਆ ਜਾਂਦਾ ਜੀ, ਅਤੇ ਜਦੋਂ ਉਹਦਾ ਆਉਂਦਾ ਖੜਕਾ ਸੁਣਦੀ ਆ ਉੱਠ ਕੇ ਦਬਾ ਦਬਾ ਉਹਦੇ ਦੋਨੇ ਹੱਥ ਉਹਦੇ ਕੰਨਾਂ 'ਤੇ ਰੱਖ ਕੇ ਕੰਨ ਜ਼ੋਰ ਨਾਲ ਫੜ ਕੇ ਘੁੱਟ ਲੈਂਦੀ ਆ ਵੀ ਉਹਨੂੰ ਸੁਣੇ ਨਾ ਕੁਛ। ਜਿਹੜਾ ਇੱਕ ਅੱਖ ਤੋਂ ਦਿਖਦਾ ਹੁੰਦਾ ਉਹ ਤਾਂ ਉਹ ਚੁੰਮਣ ਕਰਨ ਲੱਗ ਜਾਂਦੀ ਹੈ ਅਤੇ ਉਹ ਦੂਸਰਾ ਖਿਸਕ ਜਾਂਦਾ ਉੱਥੋਂ, ਅਤੇ ਉਹ ਨਾਲ ਹੀ ਫਿਰ ਉਹ ਸਿਫਤਾਂ ਦੇ ਪੁਲ ਬੰਨ੍ਹ ਦਿੰਦੀ ਆ ਉਹਦੇ ਅਤੇ ਉਹ ਹੁੱਬ ਜਾਂਦਾ। ਇਹ ਕਹਾਣੀ ਐਕਚੁਅਲੀ ਸ਼ੁਰੂ ਜਦੋਂ ਹੁੰਦੀ ਆ, ਸ਼ੁਰੂ ਹੋਣ 'ਚ ਪਹਿਲਾਂ ਇਹ ਆਉਂਦਾ ਜਦੋਂ ਵੀ ਦੂਸਰੇ ਦਿਨ ਸਭਾ ਆਉਂਦੀ ਆ ਬੈਠਦੀ ਆ ਅਤੇ ਉਦੋਂ ਫਿਰ ਪੰਗਤੀ ਆਉਂਦੇ ਵੀ ਮੰਤਰੀ ਨੇ ਜੋ ਕੁਛ ਆਖਿਆ ਜਾਣੀ ਕਿ ਕੰਨਾਂ 'ਚ ਅੰਮ੍ਰਿਤ ਹੀ ਭਰ ਦਿੱਤਾ। ਕਹਾਣੀ ਬਾਅਦ 'ਚ ਆਉਂਦੀ ਆ, ਹੁਣ ਕੀ ਇੱਥੇ ਮੰਤਰੀ ਨੇ ਆਖਿਆ ਹੋਊਗਾ ਉਹ ਆਪਣੇ 'ਤੇ ਸਮਝਣਾ ਅਤੇ ਸੋਚਣਾ ਛੱਡਿਆ ਹੋਇਆ। ਹੁਣ ਦੇਖਣਾ ਪਊ ਵੀ ਰਾਤ ਦੇ ਵੇਲੇ ਰਾਜਾ ਰਾਣੀ ਕੋਲ ਗਿਆ ਹੋਊ, ਰਾਣੀ ਨੇ ਪੁੱਛਿਆ ਹੋਣਾ ਸਭਾ 'ਚ ਕੀ ਹੋਇਆ ਅੱਜ, ਅਤੇ ਉਹਨੇ ਫਿਰ ਰਾਜੇ ਨੂੰ ਦੱਸਤਾ ਹੋਣਾ ਵੀ ਮੰਤਰੀ ਨੇ ਆਹ ਕਹਾਣੀ ਸੁਣਾਈ ਸੀਗੀ ਬਿਰਧ ਮਰਦ ਮੋਟਾ, ਹੈ ਨਾ, ਅਤੇ ਉਹ ਰਾਜਾ ਤਾਂ ਨਹੀਂ ਸਮਝਿਆ, ਰਾਣੀ ਤਾਂ ਸਮਝ ਗਈ ਨਾ ਮੰਤਰੀ ਕੀ ਕਰ ਰਿਹਾ। ਸੋ ਤਾਂ ਉਹਨੇ ਰਾਜੇ ਨੂੰ ਮਤਲਬ ਕਿਹਾ ਹੋਣਾ ਵੀ ਜੇ ਉਹ ਦੁਸ਼ਟ ਇੱਥੇ ਰਹੂ ਤਾਂ ਮੈਂ ਨਹੀਂ ਰਹਿਣਾ, ਕਈ ਕੁਛ ਕਿਹਾ ਹੋਣਾ। ਸੋ ਉਹ ਜਦੋਂ ਰਾਜਾ ਆਇਆ ਉਦੋਂ ਉਹ ਖਿਜਿਆ ਹੋਇਆ ਆਇਆ, ਮਤਲਬ ਉਤਾਵਲਾ ਆਇਆ, ਅਤੇ ਮੰਤਰੀ ਨੇ ਫਿਰ ਜਿਹੜਾ ਕੀ ਕਹਿ ਕੇ ਅੰਮ੍ਰਿਤ ਭਰਿਆ ਹੋਊ ਵੀ ਜਿਹੜਾ ਰਾਜਾ ਹੁੰਦਾ ਪੂਜਣ ਯੋਗ ਹੁੰਦਾ, ਪਾਪ ਕਰਨਾ ਗਲਤ ਆ, ਕਿਸੇ ਬੇਕਸੂਰ ਨੂੰ ਮਾਰਨਾ ਨਰਕਾਂ 'ਚ ਜਾਂਦਾ, ਸੋ ਇਹੋ ਜਿਹੇ ਬੋਲ ਉਹਨੇ ਕਹੇ ਹੋਣਗੇ। ਪਰ ਬੇਸ਼ੱਕ ਉਹਨੇ ਇਹ ਕਰਕੇ ਉਹਨੂੰ ਠੰਡਾ ਕਰ ਲਿਆ ਰਾਜੇ ਨੂੰ, ਪਰ ਉਹਨੇ ਸੂਈ ਉੱਥੇ ਹੀ ਰੱਖੀ। ਇੱਥੇ ਫਿਰ ਉਹ ਮਤਲਬ ਉਹਨੂੰ ਮਹਾਨੰਦ ਉਹਨੂੰ ਰਾਜੇ ਨੂੰ ਕਹਿ ਰਿਹਾ, ਹਾਂਜੀ, ਅਤੇ ਜਿਹੜੀ ਇਹ ਕਹਿ ਰਿਹਾ ਵੀ ਇੱਕ ਅੱਖ ਦੀ ਗੱਲ ਆ ਅਤੇ ਕੰਨਾਂ 'ਤੇ ਜਿਹੜਾ ਰੁਕਣਾ, ਉਹ ਅਖੀਰ 'ਚ ਕਹਾਣੀ 'ਚ ਕਹਿੰਦਾ ਵੀ ਆ, ਕਹਿੰਦਾ ਇੱਕ ਤਾਂ ਉਹਨੂੰ ਕਹਿੰਦਾ ਸੁਣਿਆ ਵੀ ਥੋੜ੍ਹਾ ਹੀ, ਇੱਕ ਉਹਨੂੰ ਦਿਖਦਾ ਵੀ ਇੱਕ ਅੱਖ ਤੋਂ ਸੀ, ਉਹ ਮੂਰਖ ਮੇਰੇ ਪਿਆਰ ਹੈ ਪਿਆਰ ਰਹਿੰਦਾ। ਹੁਣ ਉਹ
मेरे प्यारें दा इस तरीके आ गया भी जिदा उहदे दफ्तर च होवे जां घर कोई होवे है ना, पर वो कह राजे नूं रहा इत्थे बोला ते काणा तू आ भी तू आ ओ जिहड़ा मूर्ख आ मेरे पास प्यार रहिंदा मैनूं मत्था मारना पैंदा उहदे नाल। बोले का मतलब भी असी तेनू कल जो सुनाया वह तो तू सुने ही नहीं, उधर तो ध्यान ही नहीं गया तेरे सुने ही थोड़ा उधर का। तो जिहड़ा वह उन्हूं काणा आख रहा एक अख तो यदा मतलब भी तेनू कली राणी दीदी है एक पासे नू देखदा तू सारे पासे नहीं देखदा। हुण आपां पुराने समयां च आपां नू बजुर्ग कहानियां सुणाउंदे हुंदे सी भी जे राणी कहिंदी हुंदी सी राजे नू मैं एक पैर ते खड़ो के तेरी सेवा करूँ, वह निके हुंदे सोची जाईदा सीगा भी जे वह चाह लिआउण नू कहे तां उह टप्पे मारदी है ना डोलिआउगी चाह, पर इहदा मतलब हुंदा सी भी मेरा मेन ध्यान तेरे विच ही रहू होर पासे नहीं जाऊ। हाँ जी हुण इत्थे एक कहानी समाप्त हो गई। दूसरे दिन जिहड़ी फिर वह बंदी साहब खाने च भेज दिंदा वापस बुला लैंदा फिर उहनू मंत्री ठंडा करदा। तो यह कहानी बहुत कमाल है, पहला कहानी सुनावांगे इह ते बहुत किंतु हुंदा कहानी ते। हाँ जी सो हरबंत फिर जेल च आ ते दूजे दिन फिर जल लिआउंदा फिर गल तोड़दा। हाँ जी हाँ जी अच्छा वह कहानी भी जोगी हुंदा एक ओह नगरवाल लाउंदा एक सहज कला नाम की किसी शाह की पुत्री नूं मंत्रवास करके लै जांदा। एक मोटा दरख्त खोद के उन्हें विच कुटिया बनाई हुंदी है, कुटिया च उन्हूं रखदा उन्हूं दिन रात भोगदा ते उन्हूं बहुत सुणाउंदा भी राजकला बिंसगी राजकला बिंसगी, पर सहज कला बिंसगी वह नहीं सुणाउंदा। बिंसगी मतलब छुट गई टुट गई है ना। तो वह की करदा सवेर वेले जिहड़ी उह कुवारी लाई हुंदी है उन्हूं कुटिया नूं कुवारी छोटा दरवाजा खिड़की आ वह बाहरों बंद कर जांदा ते नगरवाल चले जांदा मंगण। जदों वापस आउंदा तां बाहर आके ताड़ी मारदा तो अंदरों खोल दिंदी है मतलब दोनों पासों तो दरवाजे दरवाजा बंद हुंदा। तो उत्थे ओह फिर एक दिन की हुंदा एक राजकुमार उन्हूं देख लैंदा जोगी नूं मगर लग जांदा उहदे जदों देखदा भी आह तरीके अंदर वड़दा आप उह चढ़ के दरख्त ते बैठ जांदा सारी रात उत्थे बैठा रहिंदा। तो जदों सवेर वेले उह जांदा तो उतरदा दरख्त तों ताड़ी मार दिंदा वह अंदरों खोल दिंदी है दरवाजा तो उन्हूं फिर बहुत दृढ़ता नाल भोगदा उह। हाँ जी उन्हूं बहुत तरह के भोजन खवाउंदा है ना। वह फिर कहिंदी मैनूं तां तेरे नाल प्रेम आ मैनूं लै चल मैं नहीं इत्थे जोगी जी कोल रहना। फिर मंत्री राजे नूं उही समझाउण लई चीज़ां कहिंदा भी जिहनूं जवान मिलदा होवे बिरध तों की कराउणा जिहनूं धनवान मिलदा होवे कंगाल तों की कराउणा ये चीज़ां उहनूं कहिंदा। अगे फिर की हुंदा वह राजकुमार जदों कहिंदी मैनूं लै चल वह कहिंदा नहीं कहिंदा पहलां जोगी तों अखां बंद करके बीन वजवा मेरे हत्थां नाल ताल दवा फिर मैं तैनूं लैके जाऊँ। हुण जोगी जदों अखां बंद करके बीन वजाउंदा तां फिर वह सहज कला उहनां राजकुमार नाल भोग कमाउंदी आ चटाक चटाक ताल दीआं आवाज़ां आउंदीआं ने ते उह फिर कवाड़ी बंद करके उहनूं घोड़े ते बिठा के लै जांदा उत्थों कहानी समाप्त हो जांदी आ। हुण इह चीज़ की है इह तों तुहानूं तीन चीज़ां पहलां परखणियां पैंदियां तीन इशारे विच। एक तां है उहदा नौं सहज कला आ इहदा मतलब उह कामण औरत नहीं हैगी सहज रखण वाली आ। दूसरा वह सारी रात राजकुमार दरख्त से बैठा रहे को भोजन कितों आ गए तरह तरह के जिड़े उन्हें खवाए उन्होंने उतर के। तीसरा हैगा भी जोगी जिहड़ा सुना रहा उन्होंने राजकला बिंस गई वह सुना रहा सहज कला बिंस की नहीं सुना रहा यह की चीज़ है। हुण इत्थों सारी कुंडी खोली जानी है चरित्र दे जिहड़े जोगी हुंदे सी ब्याह नहीं कराउंदे सी। हुण जे ब्याह नहीं कराउणा तो बच्चे नहीं होने बच्चे नहीं होने तो तुहाडी संस्था कित्थों चलनी है। वह संस्था चलाने लिए फिर इन्हें ही सहज सहज टुटती सी आपकी कहते भी चलो होरां मंत्रवास करके लियाओ मंत्रवास हुंदा भी गल्लां चल जा के किहड़ियां गल्लां चल जाउंदे सी वह भी दस्सिया होया राजकला बिंसगी बहुत सुणाउंदा सी राजकला मतलब राज भाग महल माड़ी होई नासवंत ने इन्हीं नाल जाने छड्ड जाओ इन्हां नूं इत्थे वह ये तरीके करके वह इन्हां दे हुण निशाने ते औरतां नहीं सी हुंदियां बच्चे हुंदे सी 11 12 14 सालां दे। सो इत्थे जिहड़ी सहज कला आ कोई औरत नहीं हैगी वह कोई बचपन वाला जां व्यक्ति जां कोई चढ़दी उम्र वाला वह आ। हाँ जी बिरध नूं तां इन्हां ने कल ही लैके जाणा सी गां संस्था चलाउणी हुंदी सीगी। सो इत्थे सानूं जदों भी देखदे आ ना सानूं देखणा पैंदा भी औरत दुनियावी औरत दी गल हो रही है जां आत्मा दी गल हो रही है। हुण इह जिहड़े राजे जदों नूं राजकुमार देखदा हुण उह जिहड़ी आपदी सहज टुट्टी आ उह तां सुणाउंदा नहीं हैगा भी उहनूं कही जांदा भी इह छड्ड दे सारा कुछ इह नासवंत आ। हाँ जी ते जदों ਇਹ ਫਿਰ ਰਾਜਕੁਮਾਰ ਦੇਖਦਾ ਰਾਜਕੁਮਾਰ ਉਹਦੇ ਮਗਰ ਲੱਗ ਜਾਂਦਾ। ਜਿਹੜੇ ਰਾਜੇ ਹੁੰਦੇ ਸੀ ਉਹ ਦੂਰੋਂ ਦੂਰੋਂ ਲਿਆ ਕੇ ਲੋਕਾਂ ਨੂੰ ਆਪਦੇ ਰਾਜ 'ਚ ਵਸਾਉਂਦੇ ਹੁੰਦੇ ਸੀਗੇ ਵਧਾਉਣ ਨੂੰ ਪ੍ਰਫੁੱਲਤ ਕਰਨ ਨੂੰ ਜੋਗੀ ਲੈ ਜਾਂਦੇ ਹੁੰਦੇ ਸੀ। ਸੋ ਉਹ ਰਾਜੇ ਇਹਨਾਂ ਨੂੰ ਦਿਲੋਂ ਕੋਈ ਪਸੰਦ ਨਹੀਂ ਸੀ ਕਰਦੇ ਇਹਨਾਂ। ਸੋ ਰਾਜਕੁਮਾਰ ਮਗਰ ਲੱਗ ਜਾਂਦਾ ਵੀ ਇਹ ਕੋਈ ਪ੍ਰੋਬਲਮ ਪਾਊ ਇੱਥੋਂ ਲਿਆਊ ਬੰਦੇ।
ਉਹਦਾ ਟਿਕਾਣਾ ਵੀ ਲੱਭ ਲੈਂਦਾ ਅਤੇ ਦੇਖ ਵੀ ਲੈਂਦਾ ਕਿਹੜੇ ਤਰੀਕੇ ਅੰਦਰ ਵੜਦਾ ਉਹ, ਅਤੇ ਉਹ ਫਿਰ ਉਸ ਟਾਈਮ ਜਾਂਦਾ ਉਹਦੇ ਉੱਥੇ ਜਦੋਂ ਯੋਗੀ ਨਹੀਂ ਹੁੰਦਾ, ਫਿਰ ਉਹਨੂੰ ਜਿਹੜੀ ਸਮਝਾਉਂਦਾ ਸਾਰੀ ਗੱਲ ਗ੍ਰਹਿਸਥ ਜੀਵਨ ਦੀ, ਜਿਹੜੇ ਭੋਜਨ ਖਵਾਉਣ ਦਾ ਮਤਲਬ ਦ੍ਰਿੜਤਾ ਨਾਲ ਭੋਗਣ ਦਾ ਮਤਲਬ ਵਿਚਾਰਾਂ ਨੂੰ ਭੋਗਦਾ, ਹਾਂਜੀ, ਅਤੇ ਉਹ ਕਹਿੰਦਾ ਵੀ ਦੇਖ ਤੂੰ ਭਾਂਤ ਭਾਂਤ ਇੱਥੇ ਆ, ਤੈਨੂੰ ਖਾਣੇ ਮਿਲਦੇ ਆ, ਦੁੱਧ ਖੀਰ ਬਰਫੀਆਂ ਸਾਰਾ ਕੁਛ, ਮਠਿਆਈਆਂ ਇੰਨੀਆਂ ਚੀਜ਼ਾਂ ਤੈਨੂੰ ਖਾਣ ਨੂੰ, ਪਦਾਰਥ ਸਾਗ, ਵੀ ਉੱਥੇ ਕੀ ਆ, ਸੁੱਕੀਆਂ ਡੰਡੀਆਂ ਖਾਣੀਆਂ ਨੇ ਅਤੇ ਪੱਤੇ ਖਾਣੇ ਆ, ਇਹ ਤੈਨੂੰ ਸਭ ਕੁਛ ਝੂਠ ਬੋਲ ਕੇ ਲਿਆ ਰਿਹਾ। ਫਿਰ ਉਹ ਸਮਝ ਆਉਂਦਾ ਗੱਲ ਨੂੰ ਬਾਲਕ ਜਿਹੜਾ, ਫਿਰ ਕਹਿੰਦਾ ਮੈਂ ਤੇਰੇ ਨਾਲ ਜਾਣਾ, ਉਹ ਕਹਿੰਦਾ ਨਹੀਂ ਉਹਦੇ ਸਾਹਮਣੇ ਕਹਿ ਤੈਨੂੰ ਮੇਰੇ ਨਾਲ ਪ੍ਰੇਮ, ਗ੍ਰਹਿਸਥ ਨਾਲ ਪ੍ਰੇਮ ਆ ਤੈਨੂੰ, ਤੈਂ ਨਹੀਂ ਯੋਗ ਮਗਰ ਜਾਣਾ। ਅਤੇ ਉਹ ਜਦੋਂ ਅੱਖਾਂ ਬੰਦ ਕਰਕੇ ਬੀਨ ਵਜਾਉਣ ਦਾ ਮਤਲਬ ਇਹ ਆ ਵੀ ਯੋਗੀ ਨੂੰ ਇਹ ਸਮਝਾਇਆ ਜਾ ਰਿਹਾ ਵੀ ਤੂੰ ਜੋ ਗਾਉਣਾ ਮਰਜੀਗਾ, ਵੀ ਆਪਦਾ ਜੋ ਵੀ ਛੱਡਣਾ ਛੱਡ ਤਿਆਗ, ਪਰ ਗ੍ਰਹਿਸਥੀਆਂ ਦੇ ਬਾਲਾਂ ਵੱਲੋਂ ਨਿਗਾਹ ਘੁਮਾ ਕੇ ਗਾ। ਹਾਂਜੀ, ਜਿਹੜੀ ਫਿਰ ਚਟਾਕ ਚਟਾਕ ਤਾਲ ਦੀ ਗੱਲ ਉਹ ਪਹਿਲਾਂ ਦੱਸੀ ਗਈ ਹੱਥਾਂ ਨਾਲ, ਇਹ ਛਿੱਤਰ ਫਿਰਦਾ ਯੋਗੀ ਦੇ, ਥੱਪੜ ਪੈਂਦੇ ਆ ਜਿਹੜੀ ਚਟਾਕ ਚਟਾਕ ਦੀਆਂ ਆਵਾਜ਼ਾਂ ਆ। ਫਿਰ ਉਹਦਾ ਡੇਰਾ ਬੰਦ ਕਰਵਾ ਕੇ ਕੁਰਾ ਦਿੱਤਾ ਜਾਂਦਾ ਅਤੇ ਉਹਨੂੰ ਉੱਥੋਂ ਲੈ ਜਾਂਦਾ ਰਾਜਕੁਮਾਰ ਲੈ। ਸੋ ਇੱਥੇ ਗੁਰੂ ਸਾਹਿਬ ਨੇ ਬਿਰਤੀ ਰਾਈਡ ਵੇ ਪਰਖ ਲਈ, ਸਿੱਖ ਦੇ ਅੰਦਰ ਬੈਠਾ ਕਿੱਥੇ ਆ, ਕੀ ਸੋਚ ਰਿਹਾ। ਹੁਣ ਜਿਹੜੇ ਇਹਨੂੰ ਕੂੜ ਦੀ ਕਿਤਾਬ ਕਹਿੰਦੇ ਆ ਨਾ, ਜਿਹੜੇ ਅਸ਼ਲੀਲ ਕਹਿੰਦੇ ਆ, ਉਹਨਾਂ ਦੇ ਸਿਰ ਮੁਆਫ ਕਰਨਾ ਔਰਤ ਦੇ ਗੋਡਿਆਂ 'ਚ ਸਟੱਕ ਹੋਏ ਹੋਏ ਨੇ, ਉੱਪਰ ਦੀ ਕਿਸੇ ਨੇ ਜਿਹੜੇ ਫਲੈਟ ਡੈਕ ਟਰੱਕਾਂ ਵਾਲੀਆਂ ਬੈਲਟਾਂ ਹੁੰਦੀਆਂ ਨੇ ਨਾ, ਉਹ ਪਾ ਕੇ ਕਿਸੇ ਲੰਮੇ ਸਾਰੇ ਬਾਰ ਨਾਲ ਝੂਟ ਝੂਟ ਕੇ ਨੂੜੀਆਂ ਹੋਈਆਂ ਨੇ, ਨਾ ਇਹਨਾਂ ਦੇ ਸਿਰ ਉੱਥੋਂ ਬਾਹਰ ਨਿਕਲਣ, ਨਾ ਇਹਨਾਂ ਨੂੰ ਹੋਰ ਕੁਛ ਨਜ਼ਰ ਆਵੇ। ਅਤੇ ਇਹ ਗੁਰੂ ਦੀ ਬਾਣੀ ਨੂੰ ਕੂੜ ਦੀ ਕਿਤਾਬ ਕਹਿ ਰਹੇ ਨੇ। ਬਹੁਤ ਚਰਿੱਤਰ ਇਹੋ ਜਿਹੇ ਪਏ ਨੇ ਵਿੱਚ ਜਿਨ੍ਹਾਂ ਦੇ ਵਿੱਚੋਂ ਨਿੱਕੀਆਂ ਨਿੱਕੀਆਂ ਘੁੰਡੀਆਂ ਚੱਕਣੀਆਂ ਪੈਂਦੀਆਂ ਨੇ, ਅਤੇ ਫਿਰ ਤੁਹਾਨੂੰ ਸਮਝਣਾ ਪੈਂਦਾ ਚਰਿੱਤਰ ਨੂੰ। ਅੱਛਾ ਅੱਛਾ, ਸੇਖੋ ਸਾਹਿਬ, ਦੁਨਿਆਵੀ ਜ਼ਿੰਦਗੀ ਦੇ ਵਿੱਚ, ਹਾਂਜੀ, ਇਸ ਦੁਨੀਆ 'ਚ ਤੁਸੀਂ ਭੋਗ ਵਿਲਾਸ ਦੀ ਦੁਨੀਆ ਦੇ ਵਿੱਚ, ਹਾਂਜੀ, ਜੇ ਹੁਣ ਇਹਨੂੰ ਮੈਂ ਇਹਨੂੰ ਅਤਕਥਨੀ ਕਿਵੇਂ ਕਹਿੰਦੇ ਨੇ, ਵੀ ਕਿਹੜੀ ਚੀਜ਼ ਆ ਜਿਹੜਾ ਇਨਸਾਨ ਇੱਥੇ ਭੋਗਣ ਦੇ ਲਈ ਸਿਰੇ ਤੱਕ ਨਹੀਂ ਜਾਂਦਾ? ਮੈਨੂੰ ਇਹ ਸਮਝ ਨਹੀਂ ਆ ਰਹੀ, ਪੈਸਾ ਭੋਗਣ ਲਈ, ਸ਼ੋਹਰਤ ਭੋਗਣ ਲਈ, ਦੁਨਿਆਵੀ ਭੋਗਣ ਲਈ ਅਤੇ ਗ੍ਰਹਿਸਥ ਭੋਗਣ ਲਈ, ਉਹ ਕਮੀ ਵੀ ਕਿੱਥੇ ਛੱਡਦਾ ਫਿਰ? ਨਹੀਂ ਬਿਲਕੁਲ, ਇਹ ਤਾਂ ਸਿਰਫ ਸੁੱਚਪੁਣ ਦਾ ਦਿਖਾਵਾ ਹੈ ਨਾ। ਹਾਂ, ਮਤਲਬ ਜੇ ਮੈਂ ਹੁਣ ਅੰਦਰੋਂ ਨਹਾ ਕੇ ਅਤੇ ਕੱਪੜੇ ਦੂਜੇ ਪਾ ਕੇ ਆ ਗਿਆ, ਤਾਂ ਮਤਲਬ ਸੁੱਚਮ ਥੋੜ੍ਹਾ ਮੇਰੇ 'ਚ ਹੋ ਗਈ? ਮੈਨੂੰ ਇਹ ਮੈਨੂੰ ਤਾਂ ਪਤਾ ਨਾ ਮੈਂ ਕੀ ਕਰਕੇ ਆ। ਹੁਣ ਇਹਨਾਂ ਦੇ ਅੰਦਰ ਉਹ ਬਿਰਤੀ ਆ ਰਾਜਾ ਚਿੱਤਰ ਸਿੰਘ ਵਾਲੀ, ਹਾਂ, ਮਤਲਬ ਉਹੀ ਕੁਛ ਦੱਸ ਰਿਹਾ। ਇਹੋ ਜਿਹੀ ਤਾਂ ਕੋਈ ਗੱਲ ਨਹੀਂ ਕਿ ਵੀ ਦੋ ਪੱਥਰਾਂ ਦਾ ਸੰਭੋਗ ਕਰਨ ਲਈ ਗੁਰੂ ਸਾਹਿਬ ਨੇ ਕਿਹਾ, ਇਹੋ ਜਿਹਾ ਤਾਂ ਕੁਛ ਨਹੀਂ ਕਿਹਾ। ਮਰਦ ਅਤੇ ਇਸਤਰੀ ਦਾ ਸਾਹਮਣੇ ਦੁਨੀਆ ਉਹਦੇ ਤੋਂ ਜਿਹੜੀ ਇਹ ਪੈਦਾ ਹੋਇਆ। ਮੈਂ ਧਾਰਮਿਕ ਨਹੀਂ ਹੈ, ਮੈਨੂੰ ਬਾਹਲੀ ਪਕੜ ਵੀ ਨਹੀਂ, ਪਰ ਮੈਂ ਇੱਕ ਦੁਨਿਆਵੀ ਬੰਦੇ ਹੋਣ ਦੇ ਨਾਤੇ ਕਹਿਣਾ ਵੀ ਇਹ ਦੁਨੀਆ 'ਚ ਰਹਿੰਦੇ ਹੋਏ ਮੈਨੂੰ ਐਂ ਵੀ ਦੱਸ ਦਿਓ ਵੀ ਪੈਸੇ ਵਾਲਾ ਬੰਦਾ ਕਮੀ ਵੀ ਕਿਹੜੀ ਛੱਡਦਾ, ਸ਼ੋਹਰਤ ਵਾਲਾ ਬੰਦਾ ਕਮੀ ਵੀ ਕਿਹੜੀ ਛੱਡਦਾ? ਦੇਖੋ, ਕਈ ਕਬੀਲੇ ਅੱਜ ਵੀ ਹੈਗੇ ਆ ਜਿਨ੍ਹਾਂ ਦੀਆਂ ਔਰਤਾਂ ਆਪਣੀਆਂ ਛਾਤੀਆਂ ਨਗਰ ਰੱਖਦੀਆਂ ਨੇ। ਹਾਂਜੀ, ਉਹ ਮਰਦ ਉਹਨਾਂ ਵੱਲ ਅਸ਼ਲੀਲਤਾ ਨਾਲ ਨਹੀਂ ਦੇਖਦੇ। ਇੱਥੇ ਲੋਕ ਪੈਸੇ ਦੇ ਕੇ ਖੇਹ ਖਾਣ ਜਾਂਦੇ ਆ, ਛਾਤੀਆਂ ਦੇਖਣ ਜਾਂਦੇ ਆ, ਬਿਲਕੁਲ ਇਹ ਕਲੀਅਰ ਆ। ਬਿਲਕੁਲ, ਕਲੱਬ ਖੋਲੇ ਹੋਏ ਨੇ, ਲੋਕ ਪੈਸੇ ਦਿੰਦੇ ਨੇ, ਟਿਕਟ ਦਿੰਦੇ ਨੇ, ਜਾਂਦੇ ਨੇ, ਦਿਖਾਵਾ ਇਹਨਾਂ 'ਚ ਜਿਹੜੇ, ਔਰ ਇੱਕ ਬੀਚ ਬਣਿਆ ਹੋਇਆ ਕਿੱਥੇ ਦੀ ਕਿਸ਼ਤੀਆਂ ਲਿਜਾ ਲਿਜਾ ਕੇ ਦੇਖਣ ਜਾਂਦੇ ਨੇ ਨਗਨਤਾ ਨੂੰ, ਇਹ ਮਨਾਂ 'ਚ ਭਰਿਆ ਉਹੀ ਕੁਛ ਹੋਇਆ। ਹਾਂਜੀ, ਉਹੀ ਅਪਲਾਈ ਬਾਣੀ 'ਤੇ ਕਰੀ ਜਾਂਦੇ ਆ। ਹੁਣ ਇੱਥੇ ਜਿਹੜੇ, ਕਿਉਂਕਿ ਦੋ ਅਲੱਗ ਚੀਜ਼ਾਂ ਨੇ, ਬਿਲਕੁਲ ਇੱਕ ਮਨਮੁਖ ਅਤੇ ਗੁਰਮੁਖ ਦੇ ਵਿੱਚ ਜਿਹੜੀਆਂ ਚੀਜ਼ਾਂ ਦੋ ਨੇ, ਉਹਨੂੰ ਰਲਗੱਢ ਕਿਵੇਂ ਕਰ ਲਉਂਗੇ? ਮਨਮੁਖ ਗੁਰਮੁਖ ਦੇ ਰਾਹ, ਗੁਰੂ ਦੇ ਰਾਹ 'ਤੇ ਕਿਵੇਂ ਤੁਰ ਪਊਗਾ? ਤੁਰ ਨਹੀਂ ਸਕਦਾ, ਉਹ ਤਾਂ ਹਰੇਕ ਜਗ੍ਹਾ ਮੱਤ ਬਾੜੂ ਆਪਦੀ। ਮੈਂ ਉਹੀ ਗੱਲ ਕਹਿੰਦਾ, ਬੇਸਿਕਲੀ ਇਹ ਆ। ਹਾਂਜੀ, ਇਹੀ ਆ ਜੀ। ਹਾਂ ਹਾਂ, ਹੁਣ ਇਹਦੇ ਜਿਹੜਾ ਗਾਂਹ ਲਾ ਚਰਿੱਤਰ, ਫਿਰ ਉਹ ਫੇਰ ਭੇਜ ਦਿੰਦਾ ਅਤੇ ਉੱਥੇ ਆ ਜਾਂਦਾ। ਉਹ ਫਿਰ ਸ਼ੁਰੂ 'ਚ ਕਿਹਾ ਗਿਆ, ਉਹਨੇ ਇੱਕ ਕ੍ਰਿਆ ਦੀ ਗੱਲ ਸੁਣਾਈ ਅਤੇ ਰਾਜਾ ਰੀਝ ਗਿਆ। ਰਾਜਾ ਕਹਿੰਦਾ ਸੁਣਾਓ ਸੁਣਾਓ ਹੋਰ ਸੁਣਾਓ। ਹੁਣ ਤਕਰੀਬਨ ਆਹ ਪੰਜਵਾਂ ਦਿਨ ਆ ਗਿਆ, ਮੰਤਰੀ ਨੇ ਔਖਾ ਸਮਾਂ ਟਾਲ ਲਿਆ ਅਤੇ ਉਹਨੂੰ ਗਾਂਹ ਲਾ ਚਰਿੱਤਰ ਵੀ ਥੋੜ੍ਹਾ ਹਾਸ ਰਸ ਹੀ ਸੁਣਾਉਂਦਾ। ਸੋ ਬੇਸਿਕਲੀ ਉਹ ਅਦਾਲਤ ਦੀ ਉਹ ਗੱਲ ਚੱਲ ਰਹੀ ਹੈ, ਅਦਾਲਤ 'ਚ ਹੀ ਚੱਲਣੀ ਆ। ਹਾਂਜੀ, ਸਾਰੀ ਇਹੀ ਚੱਲਣੀ ਆ। ਅਤੇ ਉਹ ਫਿਰ ਜਦੋਂ ਇਹ ਕਹਿੰਦਾ ਹੋਰ ਸੁਣਾਓ ਹੋਰ ਸੁਣਾਓ, ਫਿਰ ਇਹ 6ਵੇਂ ਚਰਿੱਤਰ ਤੋਂ ਲੈ ਕੇ 16ਵੇਂ ਚਰਿੱਤਰ ਤੱਕ ਸੁਣਾਉਂਦਾ ਮੰਤਰੀ ਇੱਕੋ ਦਿਨ। ਫਿਰ ਅਤੇ ਫਿਰ ਉਹ ਜ਼ੋਰ ਦੇ ਦਿੰਦਾ ਮੰਤਰੀ ਰਾਜੇ ਦੇ ਵੀ ਔਰਤ ਨੂੰ ਦਿਲ ਦੀ ਗੱਲ ਨਹੀਂ ਦੱਸਣੀ ਚਾਹੀਦੀ, ਜਿਹੜਾ ਉਹਨੂੰ ਦਿਲ ਦੀ ਗੱਲ ਦੱਸੂ, ਵੇਦਾਂ ਸ਼ਾਸਤਰਾਂ 'ਚ ਲਿਖਿਆ ਉਹਨਾਂ ਆਹ ਹੋ ਜੂ, ਉਹਨਾਂ ਫਲਾਣਾ ਹੋ ਜੂ, ਅਤੇ ਕਿਤੇ ਫਿਰ ਸਿੱਖ ਇਹ ਆਪਦੇ ਘਰ 'ਤੇ ਨਾ ਅਪਲਾਈ ਕਰਨ। 16ਵੇਂ ਚਰਿੱਤਰ 'ਚ ਗੁਰੂ ਸਾਹਿਬ ਫਿਰ ਫਰਮਾ ਦਿੰਦੇ ਆ ਵੀ ਜਿਹਦੇ ਦਿਲ ਦੀ ਗੱਲ ਤੁਸੀਂ ਨਹੀਂ ਜਾਣ ਸਕਦੇ ਉਹਨੂੰ ਆਪਦੇ ਦਿਲ ਦੀ ਗੱਲ ਨਾ ਦੱਸੋ। ਸੋ ਇਹ ਫਿਰ ਇਹਨਾਂ ਨੇ ਇਹ ਗੱਲ ਨਹੀਂ ਮੂਹਰੇ ਲਿਆਉਣੀ ਹੁੰਦੀ ਕਦੀ। ਹਾਂਜੀ, ਅਤੇ ਉੱਥੇ ਹੁਣ ਰਾਜੇ ਚਰਿੱਤਰ ਸਿੰਘ ਦੀ ਸਥਿਤੀ ਹੋ ਰਿਹਾ, ਉਹਦੇ ਇੱਕ ਪਾਸੇ ਰਾਣੀ ਆ, ਇੱਕ ਪਾਸੇ ਉਹਦਾ ਪੁੱਤਰ ਆ। ਹਾਂਜੀ, ਉਹਨੂੰ ਫਿਰ ਨੈਚੁਰਲੀ ਗੱਲ ਦਿਲ ਦੇ ਵਿੱਚ ਰੱਖਣੀ, ਕਿਉਂਕਿ ਦੋ ਧਿਰਾਂ ਨੇ ਉਹ, ਅਤੇ ਜਿੰਨਾ ਚਿਰ ਉਹ ਨਿਊਟਰਲ ਨਹੀਂ ਹੁੰਦਾ ਉਨ੍ਹਾਂ ਚਿਰ ਇਨਸਾਫ਼ ਨਹੀਂ ਕਰ ਸਕਦਾ। ਸੋ ਮੰਤਰੀ ਨੇ 16 ਚਰਿੱਤਰ ਤੱਕ ਇਹ ਦੱਬਾ ਦੇਣਾ, ਫਿਰ ਜਦੋਂ 16ਵੇਂ ਤੋਂ ਬਾਅਦ 'ਚ ਫਿਰ ਉਹ ਉਹਨੂੰ 17ਵੇਂ 'ਚ ਕਿਹਾ ਗਿਆ ਬੰਦੀ ਸਾਲ 'ਚ ਭੇਜ ਦਿੱਤਾ, ਫਿਰ ਆਉਂਦਾ, ਫਿਰ ਰਾਜੇ ਦੇ ਉਹੀ ਤੇਵਰ ਹੁੰਦੇ ਆ, ਅਤੇ ਪਰ ਫਿਰ ਮੰਤਰੀ ਸ਼ੁਰੂ ਕਰ ਦਿੰਦਾ। ਹੁਣ 20ਵੇਂ ਚਰਿੱਤਰ ਦੇ ਵਿੱਚ ਆ ਕੇ ਦੱਸ ਦਿੱਤਾ ਜਾਂਦਾ ਵੀ ਮੰਤਰੀ ਨੇ
राजे राजकुमार के प्राण बचा ले, वह प्राण बचा ले मतलब इतने हुण जदों गल आ गई फिर यह गल बंद हो जानी है भी औरतों दिल की गल नहीं दसनी चाहिए। फिर आनी है भी और स्त्रियों के औरतें चरित्र बहुत बहुत ने, पर वो तो पहला जानने तो एक होर कहानी जाननी बहुत जरूरी है। वो हैगी भी मंत्री ये बहुत मुश्किल कहानी है एक्चुअली, पता नहीं किन्नी कारी मैं पढ़ के फिर अंदाजा लाया भी नौकरानी एक सारा खेड खेड। तीन मिनट ने अपने को समा भी पूरा हो गया हुण तुसीं इहनूं फिनिश करियो, तीन मिनटां च जिथे रखनी चाहुंदे उत्थे रख लो। आही कहानी है जी, मैंने फिनिश कर देने। हाँ ये हुंदा भी एक नौ राजा राणी होंगे तो बहुत प्रेम होंगे, राणी के अंग राजे तो भी बहुत भारे होंगे, उन्होंने घर कोई पुत्र नहीं होंगे, जो कोई उन्होंने पुत्री होंगी है तो वह जन्म उपरंत प्राण त्याग जाती है। सो राणी बहुत दुखी होंगी तो उन्होंने फिर नौकरानी कहती है, कहती तू क्यों ना किसी होर व्यभिचार होर कमा के तू पुत्र पैदा कर ला, सारे राजे का ही समझना। फिर राणी उस रास्ते तो तोरने वो एक होर औरत लै आती है तो खबर उड़ा दें भी साडा राजा इन्हें ब्याह कराऊ। वह फिर राणी डर की मारी वह गलत रास्ते तुर पैंदी है। हाँ जी, तो वह एक पासे तो राणी को कहती रहती है तू फिकर ना कर राजा मेरे हाथों से मेरे हाथों से निकलू फिर ब्याह कराऊ, वो तो धन लेंदी है राणी तो लई जाती है पैसा। वह दूजी औरत जाके कहती है तू फिक कहती भी तू फिकर ना कर साडा राजा तेरे नाल ही ब्याह कराऊ, वो तो भी धन लेंदी है। राजे नूं जाके कहती राजा तू तो भौरा आ वह फुल आनू सद के कुछ सिकंध लै कहना ब्याह करा उन्हें। राजा सोचता भी ये कहते इदा कहती है भी राणी इन खर्च क्यों नहीं दिंदी। फिर राजा फिर उन्होंने सददा आप राणी बहुत सारे भोजन बना शराब के प्याले भर भर पींदा, राणी भी थोड़ी लै लैंदी है। फिर वह पै जाता स्टेज पर भी बेहोशी का नाटक कर, भी नाल पै जाती है तो फिर वह उठती है राजे सुता जाने के वह चली जाती है। राजा उठता राजा मगर लग जाता, जो देखता राणी गैर मर्द के नाल है ना तीर आपका फिर वह कन्न तक खिंच लेंदा, पर फिर सोचता भी जे राणी मारती इतने भी बदनाम हो जू राणी है ना। फिर वापस मुड़े आता उस तरह लेट ही आता, वह भोग कमा के आँदी है राजे नाल पै जाती है। फिर राजा पुछता कितने गई सी, कहिंदा वो फिर बहाना बनाउंदी कहिंदी मैं ये सोच लैंदी हां भी साढ़े घर एक छोटा जिहा पुत्र परमात्मा ने दिता होया भी वह मेरी सेज के आले दुआले तो आले दुआले भजिया फिर रहा तो मैं मगर मगर घूम रहे। राजा फिर कहिंदा भी सोचता भी दिल पिघल जाता, उसका दुख भी समझता वो तो मार नहीं हुंदा, तो पर फिर वह मन टुट जाता राजे का। जिहड़ा राजा उन्हें चार चार पैर भोग कमाता रहिंदा सी, भोग मतलब गल्लां बातां विशुगल सारा कुछ मिले गले रहिंदा सी, वह तो हुण जद कोल कोशिश करता जाता सी गल दिमाग च आ जाती सी, कहा होया भी शीशा ते दिल जिहड़े आ ये टुट जाने जुड़ते नहीं हैगे। तो वह फिर राणी भी समझ, राणी बहुत कुछ कोशिश करती है पर गल नहीं बनती उन्हां दी। इहदे विच फिर दस्सिया गया गां अगे आ के भी दूसरा नौकर दी ते औरत दी यही वड्डी सजा आ भी इन्हां नूं मारो ना, भी मन तो भुलाउणा भुला के मिलना ही इन्हां लई बहुत वड्डी सज़ा हुंदी है। हुण चरित्र दे विच की कर गया मंत्री, राणी नूं बचा गया क्योंकि धक्का तो पहला राजे ने ब्याह करा के राणी नाल भी किया। हाँ जी, तो उन्होंने पता भी हुण जे हनमत सिंह दे प्राण बचा ले तो वह राणी नूं खत्म कर दू, तो वह राणी दे प्राण उन्हें मंत्री ने बचा ले। इधर गुरु साहब ने सिखां नूं समझा दिता भी ये रस्ते ते तुरियां होईयां जिहड़ियां औरतां ने उन्हां दे भी प्राण नहीं लैणे, पर यह भी दसता गल मुड़ के वह नहीं बननी। हाँ जी, तो इतों तक भी औरत की प्रोटैक्शन की गई है। हाँ जी, सो जिहड़ा जिहड़ा इहदे च एक जिहड़ा मेरा ख्याल विरोधी ये गल कहिंदे होणगे वी इहदे च इस्त्री दी तशबीह देण करके ही है क्योंकि मर्द भी यही काम करदे आ, जे हुण दो जणिआं दा मेल है जे बाहर गैर तुसीं कानूनी नजायज़ संबंध ने उस च कल्ली इस्त्री तां पार्टन है उहदे च पार्टन ते है नहीं, बंदा भी पार्टन है ना। आपणा जदों गाली वारी जिहड़ी तुसीं पहला सवाल पुछिआ वी गुरु गोबिंद सिंह शख्सीयत उह च सारी गल क्लीयर हो जाणी है, ठीक इह वी हो जाणी है। तो औरतों की जो असी अगे गल करिए अगे आई जाना चरित्र बहुत अपार ने इन्हां दे राइट, एक था फिर आउंदा भी ब्रह्मा विष्णु शिव भी नहीं समझ सके, तो फिर आउंदा आ दूसरा भी औरतां ते मर्दां दे चरित्र भी क्योंकि मर्दां दे चरित्र भी विच हैगे ने। तो वह फिर अगे आउंदा भी विधना सिरज के औरत नूं बहुत पछता रहा। हुण ये कहिंदे आ परमात्मा, लेकिन परमात्मा नहीं इत्थे विधना शब्द ब्रह्मा लई वरत्या, ब्रह्मा कि औरत नूं सिरज के पछता रहा क्योंकि सारियां नूं सर्ज के नहीं पछता रहा, वो आपदी औरतों बहुत खुश है। हाँ जी,
ਉਹ ਕਿਹੜੀ ਨੂੰ ਉਹ ਵੀ ਇੱਕ ਕਹਾਣੀ 'ਚ ਤੁਹਾਨੂੰ ਲੱਭਣਾ ਪੈਂਦਾ, ਦੱਸਿਆ ਕੁਛ ਨਹੀਂ, ਪਰ ਮੇਰਾ ਖਿਆਲ ਹੁਣ ਆਪਣੇ ਕੋਲ ਸਮਾਂ ਨਹੀਂ ਹੋਣਾ ਉੱਧਰ ਨੂੰ ਤੁਰਨ ਦਾ। ਸੋ ਬੇਸਿਕਲੀ ਸਿੱਖ ਸਾਹਿਬ ਇਹ ਜਿੱਥੇ ਇਹਦੀ ਵਿਰੋਧ ਹੈ ਗ੍ਰੰਥ ਦੀ, ਇਹ ਚਰਿੱਤਰਾਂ ਦੇ ਵਿੱਚੋਂ ਇੱਕ ਇੱਕ ਪਿੱਕ ਕਰਕੇ ਉਹਦੀ ਤਸ਼ਵੀਰ ਦੇ ਕੇ ਇਹਦੀ ਵਿਰੋਧ ਆ ਬੇਸਿਕਲੀ ਕਰ ਰਿਹਾ। ਬਿਲਕੁਲ ਹਾਂਜੀ, ਜਿਹੜੀ ਜੇ ਇਹਨੂੰ ਹੁਣ ਤੁਸੀਂ ਸੰਖਿਆ ਬਾਹਰ ਚੱਲਦੇ ਹੋ ਫਿਰ ਇਹ 'ਚੋਂ ਕੁਛ ਸੁਨੇਹਾ ਮਿਲਦਾ। ਸੁਨੇਹਾ ਮਿਲਦਾ ਅਤੇ ਪਰਖ ਬਹੁਤ ਥਾਂ ਕੀਤੀ ਹੋਈ ਆ, ਕਾਮ ਦੀ ਗੱਲ ਹੁੰਦੀ ਆ ਪਰ ਛੋਟੇ ਇਸ਼ਾਰੇ ਪਾਏ ਹੋਏ, ਗੱਲ ਨਹੀਂ ਹੋਰੀ ਪਾਸੇ ਜਾਂਦੀ ਆ। ਬਹੁਤ ਕਮਾਲ ਹੈ ਜੀ। ਅਗਲੇ ਸੋਮਵਾਰ ਇੱਥੋਂ ਹੀ ਗੱਲ ਫਿਰ ਤੋਰਾਂਗੇ। ਧੰਨਵਾਦ ਬਹੁਤ ਬਹੁਤ। ਕਿਤਾਬ ਆ ਜਿਹੜੀ ਉਹ ਯੋਰਕ ਸੈਂਟਰ 'ਚ ਇੰਡੀਅਨ ਬੁੱਕ ਇੰਡੀਆ ਬੁੱਕ ਵਰਲਡ। ਹਾਂਜੀ, ਇੱਕ ਛੋਟੀ ਜਿਹੀ ਚੀਜ਼ ਹੋਰ ਐਡ ਕਰਦੇ ਹਾਂ, ਕਿਉਂਕਿ ਤੁਹਾਨੂੰ ਵੀ ਫੋਨ ਆਏ ਮੈਨੂੰ ਵੀ ਆਉਂਦੇ ਸੀ ਵੀ ਜਿਹੜੇ ਆਪਣੇ ਸੈਕਸ਼ਨ ਨੇ ਇਹ ਕੱਢ ਕੇ ਅਲੱਗ ਪਾ ਦਿੱਤੇ ਜਾਣ, ਉਹ ਤੁਹਾਡੇ ਹੀ ਚੈਨਲ 'ਤੇ ਪਵਨ ਹੁਣਾਂ ਨੇ ਪਾ ਦਿੱਤੇ ਨੇ। ਅੱਛਾ ਹਾਂਜੀ, ਜਿਹੜਾ ਪਲੇਲਿਸਟ 'ਚ ਹਾਂਜੀ ਲੋਕ ਸੱਥ ਦੇ ਵਿੱਚ, ਲੋਕ ਸੱਥ ਦੇ ਵਿੱਚ ਸੱਥ ਦੇ ਵਿੱਚ ਡਬਲ ਟੀ ਪੈਂਦੀ ਹੈ ਤੁਹਾਡੇ। ਹਾਂਜੀ, ਅਤੇ ਉੱਥੇ ਤੁਹਾਡੀ ਵੀਡੀਓ ਵੀ ਆ ਜਾਂਦੀ ਹੈ, ਪਰ ਤੁਹਾਡੀ ਇੱਕ ਲਾਲ ਦਸਤਾਰ ਵਾਲੀ ਤਸਵੀਰ ਆ ਜਿਹੜੀ, ਜੇ ਲੋਕ ਉਹ 'ਤੇ ਕਲਿੱਕ ਕਰਨਗੇ ਉੱਤੇ ਸੰਖਿਆ, ਹਾਂਜੀ ਉਹ 'ਤੇ ਫਿਰ ਪਲੇ ਲਿਸਟ ਦੇ ਵਿੱਚ ਜੇ ਜਾਣਗੇ, ਪਲੇ ਲਿਸਟ 'ਚ ਉਹ 'ਚ ਉਹਨਾਂ ਨੇ ਅਲੱਗ ਇੱਕ ਪਲੇ ਲਿਸਟ ਕ੍ਰੀਏਟ ਕਰ ਦਿੱਤੀ ਹੈ ਪਵਨ ਨੇ, ਉਹਦਾ ਨਾਮ ਹੈਗਾ ਸ਼੍ਰੀ ਦਸਮ ਗ੍ਰੰਥ ਸਾਹਿਬ ਇੰਟਰਵਿਊਜ਼। ਬਿਲਕੁਲ, ਇਹ ਲੜੀਵਾਰ ਸਾਰੀਆਂ ਫਿਰ ਇਕੱਲੇ ਆਪਣੇ ਸੈਕਸ਼ਨ ਕੱਢ ਕੱਢ ਪਾਏ ਹੋਏ ਆ ਉਹ 'ਚ। ਪਲੇ ਲਿਸਟ 'ਚ ਕਹਾਣੀਆਂ ਵੀ ਨੇ ਜੀ, ਉਹ ਪਲੇ ਲਿਸਟ 'ਚ ਸਾਰੀਆਂ ਸਾਕੇ ਨੀਲੇ ਤਾਰੇ ਦੀ ਵੀ ਗੱਲ ਹੈ, ਅਲੱਗ ਅਲੱਗ ਮੇਰੀਆਂ ਪਲੇ ਲਿਸਟਾਂ ਬਣਾਈਆਂ ਹੋਈਆਂ ਨੇ। ਹਾਂਜੀ ਹਾਂਜੀ, ਇਹਦੇ 'ਚ ਹੁਣ ਇਹ ਪੰਜਵੀਂ ਅੱਜ ਕੜੀ ਉਹਦੇ 'ਚ ਪਾ ਦਾਂਗੇ, ਇਹ ਐਡ ਹੋ ਗਈ। ਹਾਂਜੀ ਹਾਂਜੀ, ਧੰਨਵਾਦ ਬਹੁਤ ਬਹੁਤ ਜੀ। ਧੰਨਵਾਦ। ਅਤੇ ਇਹ ਬੜਾ ਇੱਕ ਵਿਖਮ ਜਿਹਾ ਪਿੰਡ ਆ, ਇੱਕ ਬਹੁਤ ਵੱਡਾ ਟਾਸਕ ਆ ਆਪਣੇ ਵੱਲੋਂ। ਮੈਂ ਕੋਸ਼ਿਸ਼ ਕਰ ਰਿਹਾ ਇਹਨੂੰ ਸਰਲ ਕਰਕੇ ਪੇਸ਼ ਕਰਨ ਦੀ, ਤੁਸੀਂ ਆਪਣੇ ਵੱਲੋਂ ਆਪਣਾ ਗਿਆਨ ਵੰਡ ਰਹੇ ਹਾਂ, ਬਾਕੀ ਸੁਣਨ ਵਾਲਿਆਂ ਦੀ ਮਰਜ਼ੀ ਆ ਉਹਨਾਂ ਨੇ ਕਿਹੜੇ ਤਲ 'ਤੇ ਖੜ ਕੇ ਇਹਨੂੰ ਕਿਵੇਂ ਸੋਚਣਾ। ਇੱਕ ਦਿਨ ਉਹਨਾਂ ਦੇ ਸਵਾਲ ਜਿਹੜੇ ਨੇ ਉਹ ਵੀ ਆਪਾਂ ਸਿੱਧੇ ਜਵਾਬ ਉਹ ਪੁੱਛ ਲੈਣ, ਆਪਾਂ ਦੇਵਾਂਗੇ। ਬਿਲਕੁਲ ਜੀ, ਧੰਨਵਾਦ ਬਹੁਤ। ਧੰਨਵਾਦ ਜੀ। ਸਵਾਗਤ ਚੰਦ ਸਿੰਘ ਸੇਖੋਂ ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਬਾਰੇ ਜਿਹੜੇ ਸ਼ੰਕ ਅਤੇ ਸਮਾਧਾਨ ਨੂੰ, ਅਤੇ ਕਿਤਾਬ ਵੀ ਲਿਖੀ ਹੋਈ ਆ, ਪਲੀਜ਼ ਤੁਸੀਂ ਉਹ ਕਿਤਾਬ ਵੀ ਪੜਿਓ, ਬਹੁਤ ਚੀਜ਼ਾਂ ਨੇ ਉਹ 'ਚ ਤੁਹਾਨੂੰ ਹੋਰ ਕਲੀਅਰ ਹੋਣਗੀਆਂ। ਅਤੇ ਇਹ ਇੱਕ ਕੋਸ਼ਿਸ਼ ਹੈ ਕਿ ਤੁਹਾਡੇ ਤੱਕ ਅਸਲ ਜਾਣਕਾਰੀ ਜ਼ਰੂਰ ਪਹੁੰਚਣੀ ਚਾਹੀਦੀ ਹੈ, ਇੱਕ ਧਿਰ ਦੀ ਗੱਲ ਨਾ ਹੋਵੇ, ਦੋਨੇ ਧਿਰ ਸਾਂਝੇ ਪਲੇਟਫਾਰਮ 'ਤੇ। ਗੱਲਬਾਤ ਤੁਸੀਂ ਸੁਣ ਕੇ ਹਟੇ ਹੋ ਸਵਾਗਤ ਚੰਦ ਸਿੰਘ ਸੇਖੋਂ ਦੀ। ਅਤੇ ਅਗਲੇ ਸੋਮਵਾਰ ਫਿਰ ਇਹਨਾਂ ਦੀ ਗੱਲਬਾਤ ਸੁਣਾਂਗੇ, ਸਵਾਲ ਤੁਹਾਡੇ ਜਿਹੜੇ ਨੇ ਉਹਨਾਂ ਤੱਕ ਤੁਸੀਂ ਸਿੱਧੇ ਪੁੱਛ ਸਕਦੇ ਹੋ, ਇਹ ਵੀ ਸਮਾਂ ਦੇਵਾਂਗਾ। ਅਤੇ ਵੀਕਐਂਡ 'ਤੇ ਮਦਰ ਇੰਡੀਆ ਦਾ ਜਿਹੜਾ ਦੂਸਰਾ ਸਟੋਰ ਸਰੀ ਦੇ ਵਿੱਚ ਖੁੱਲ੍ਹਿਆ ਸੈਟਰਡੇ ਨੂੰ, ਅਤੇ ਕੁਲਦੀਪ ਸਿੰਘ ਗਿੱਲ ਹੋਣੀ ਪੀਲ ਫਾਈਨੈਂਸ਼ੀਅਲ ਵਾਲੇ ਨੇ, ਜਿਹੜੇ ਉਹਨਾਂ ਦਾ ਦਫ਼ਤਰ ਹੈ ਉਹਦੇ ਨਾਲ ਦੀ ਯੂਨਿਟ ਦੇ ਵਿੱਚ ਇਹ ਸਟੋਰ ਖੁੱਲ੍ਹਿਆ। ਆਪ ਸ਼ੁਕਲਾ ਜੀ ਨੇ ਰਹਿ ਕੇ ਉੱਥੇ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਨੂੰ ਇਸ ਦੀ ਓਪਨਿੰਗ ਕਰਵਾਈ, ਅਤੇ ਗੁਰੂ ਸਾਹਿਬ ਜੀ ਦੀ ਅਰਦਾਸ ਤੋਂ ਬਾਅਦ ਇਸ ਨੂੰ ਸ਼ੁਰੂ ਕੀਤਾ ਗਿਆ। ਅਤੇ ਬਹੁਤ ਇਕੱਠ ਸੀ ਉਸ ਦਿਨ ਜਿੱਥੇ ਗਿਫਟ ਦਿੱਤੇ ਗਏ, ਉੱਥੇ ਸਾਰਾ ਸਮਾਨ ਅਬਾਊਟ 400 ਦੇ ਕਰੀਬ ਆਈਟਮਾਂ ਸਾਰੀਆਂ ਸਿਹਤ ਲਈ, ਸਕਿਨ ਲਈ ਅਤੇ ਸਾਰਾ ਕੁਝ ਵਧੀਆ ਤਰੀਕੇ ਦੇ ਨਾਲ ਡਿਸਪਲੇ ਕੀਤਾ ਹੋਇਆ ਸੀ। ਅਤੇ ਸ਼ੁਕਲਾ ਜੀ ਦਾ ਇਹ ਬਹੁਤ ਚਿਰਾਂ ਦੇ ਉਹਨਾਂ ਦੇ ਮਨ ਦੇ ਵਿੱਚ ਸੀ ਵੀ ਦੂਰੋਂ ਐਬਸਫੋਰਡ ਤੋਂ ਸਰੀ ਤੋਂ ਮੇਰੇ ਕੋਲ ਆਉਂਦੇ ਨੇ, ਅਤੇ ਸਰੀ ਦੇ ਵਿੱਚ ਇੱਕ ਸਟੋਰ ਹੋਵੇ ਅਤੇ ਜਿਹੜਾ ਆਰਾਮ ਦੇ ਨਾਲ ਤੁਹਾਨੂੰ ਸਾਰਾ ਕੁਛ ਉੱਥੇ ਮਿਲ ਜਾਵੇ। ਛੋਟਾ ਮੋਟਾ ਸਮਾਨ ਸਾਰੇ ਸਟੋਰਾਂ 'ਤੇ ਪਵੇ ਪਿਆ ਹੋਵੇਗਾ, ਪਰ ਵੱਡਾ ਜਿਹੜਾ ਸਮਾਨ ਸਾਰਾ ਉਹ ਜਿਹੜਾ ਉਹ ਇਸ ਸਟੋਰ 'ਤੇ ਮਿਲਦਾ। ਸੋ ਮਦਰ ਇੰਡੀਆ ਦਾ ਦੂਸਰਾ ਸਟੋਰ 604-897 ਜਿਹੜਾ 6851 ਨੰਬਰ ਪੀਲ ਫਾਈਨੈਂਸ਼ੀਅਲ ਦਾ ਤੁਹਾਨੂੰ ਮੈਂ ਦਿੰਦਾ ਹੁੰਦਾ, ਉਹੀ ਕੁਲਦੀਪ ਸਿੰਘ ਗਿੱਲ ਰੂਮੀ ਨੇ ਇਹ ਸਟੋਰ ਖੋਲ੍ਹਿਆ। ਅਤੇ ਇਸ ਦੇ ਲਈ ਤੁਸੀਂ ਜਿਹੜਾ ਵੀ ਕੁਛ ਤੁਹਾਨੂੰ ਚਾਹੀਦਾ ਹੋਊਗਾ ਉੱਥੋਂ ਤੁਹਾਨੂੰ ਮਿਲ ਸਕਦਾ, ਮਦਰ ਇੰਡੀਆ ਦੇ ਜਿੰਨੇ ਪ੍ਰੋਡਕਟ ਨੇ। ਅਤੇ ਇਸ ਨੂੰ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਵਾਰ ਕੇ ਜਿਹੜਾ ਇਸ ਦੇ ਬਾਰੇ ਜਾਣਕਾਰੀ ਹੋਰ ਦੇਵਾਂਗੇ, ਇਹਦੀ ਐਡਵਰਟਾਈਜ਼ਮੈਂਟ ਵੀ ਸ਼ੁਰੂ ਹੋਏਗੀ। ਅਤੇ ਬਿਲਕੁਲ 74-75-135 ਸਟਰੀਟ ਫਰੰਟ ਨਹੀਂ, ਪਿਛਲੇ ਪਾਸੇ ਜਿੱਧਰੋਂ ਐਂਟਰ ਹੁੰਦੇ ਹਾਂ ਬੈਂਕਟ ਹਾਲ 'ਚ, ਉੱਧਰੋਂ ਨਹੀਂ ਦੂਸਰੇ ਪਾਸੇ ਬੈਕ ਸਾਈਡ 'ਤੇ ਆਉਣਾ, ਅਤੇ ਉੱਥੇ ਪੀਲ ਫਾਈਨੈਂਸ਼ੀਅਲ ਦਾ ਦਫ਼ਤਰ, ਉਹਦੇ ਨਾਲ ਹੀ ਵੱਡੇ ਬੋਰਡ ਲੱਗੇ ਹੋਏ ਨੇ ਮਦਰ ਇੰਡੀਆ ਦੇ, ਅਤੇ ਉੱਥੋਂ ਤੁਸੀਂ ਕੁਝ ਵੀ ਮਦਰ ਇੰਡੀਆ ਦਾ ਜਿਹੜਾ ਸਮਾਨ ਲੈ ਸਕਦੇ ਹੋ। ਨਵੇਂ ਪ੍ਰੋਡਕਟਸ ਜਿਹੜੇ ਨੇ ਉਹ ਆ ਰਹੇ ਨੇ। ਅਗਲੇ ਹਿੱਸੇ 'ਚ ਜਿਹੜੀ ਮੈਂ ਗੱਲ ਕਰਨੀ ਹੈ ਉਹ ਇੱਕ ਤਾਂ ਇਹ ਤੁਹਾਨੂੰ ਦੱਸਣੀ ਚਾਹੁੰਦਾ ਬਈ ਐਲ ਸਲਵਾਡੋਰ ਦੇ ਵਿੱਚ ਨਾ ਹੋਣ ਵਾਲੇ ਰਾਸ਼ਟਰਪਤੀ ਨੇ
ਜਿਹੜਾ ਉੱਥੇ ਗੈਂਗਸ ਬਹੁਤ ਉੱਥੇ ਵੱਡੇ ਗੈਂਗਸ ਨੇ ਅਤੇ ਉਹ ਗੈਂਗਸ ਦੇ ਉਹਨੇ ਇੱਕ ਵੱਡੀ ਜਿਹੜੀ ਉਸਦੀ ਜੇਲ੍ਹ ਬਣਾਤੀ। ਜੇਲ੍ਹ ਦੇ ਵਿੱਚ 1000 ਸਕੁਅਰ ਫੁੱਟ ਦੇ ਵਿੱਚ 100 ਬੰਦਾ ਵਾੜਤਾ, ਕੋਈ ਮੈਟਰਸ ਨਹੀਂ ਥੱਲੇ, 2 ਟੋਇਲਟਾਂ ਅਤੇ 2 ਹੀ ਜਿਹੜੇ ਵਾਸ਼ ਆਪਣੇ ਹੱਥ ਧੋਣ ਲਈ ਵਾਸ਼ ਬੇਸ਼ਨ ਨੇ, ਬਾਹਰ ਨਹੀਂ ਤੁਸੀਂ ਆ ਸਕਦੇ। ਟੈਰਰਿਜ਼ਮ ਦੇ ਚਾਰਜਸ 'ਚ ਅੰਦਰ ਠੋਕੇ ਨੇ, ਬਹੁਤ ਬਦਨਾਮ ਗੈਂਗ ਨੇ ਅਲ ਸੈਲਵਾਡੋਰ ਦੇ। ਇਹ 60,000 ਦੇ ਕਰੀਬ ਖੁਣੇ ਹੋਏ ਪਿੰਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੇ ਹੀ ਟੈਟੂ ਨੇ ਅਤੇ ਫੜ ਲਏ ਉਹਨੇ ਕਰਕੇ ਕਰੈਕਡਾਊਨ ਜਿਹੜੇ ਨੇ। 63,000 ਦੇ ਕਰੀਬ ਇਹ ਗੈਂਗਸਟਰ ਫੜ ਲਏ, 70,000 ਟੋਟਲ ਨੇ ਕਰਕੇ ਨੰਗੇ ਅਤੇ ਪਾ ਕੇ ਨਿੱਕਰਾਂ ਬੰਨ੍ਹ ਕੇ ਮੁਸ਼ਕਾਂ ਜੇਲ੍ਹ 'ਚ ਠੋਕ ਅਤੇ ਨਵੀਂ ਜੇਲ੍ਹ ਬਣਾਈ ਆ। ਉਹਦੇ ਬਾਅਦ ਚਾਰਜਸ ਲੱਗਣੇ ਨੇ, ਚਾਰਜਸ ਤੋਂ ਬਾਅਦ ਜਿੰਨੇ ਅੰਦਰ ਗਾਰਡ ਨੇ ਉਹ ਮੂੰਹ ਢੱਕ ਕੇ ਰੱਖਦੇ ਨੇ। ਬਹੁਤ ਅੱਤ ਸੁਰੱਖਿਅਤ ਇਹ ਜੇਲ੍ਹ ਬਣਾਈ ਹੈ ਅਤੇ ਇਹਦੇ ਵਿੱਚ ਹੋਰ ਕੁਛ ਉਹਨਾਂ ਦੇ ਕੁਛ ਉਹਦੇ ਕੋਲ ਚੁਆਇਸ ਹੀ ਹੈ ਨਹੀਂ ਸੀ, ਕਿਉਂਕਿ ਲੋਕ ਉੱਜੜ ਰਹੇ ਸੀ, ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਸੀ, ਕਤਲ ਹੋ ਰਹੇ ਸੀ। ਫੜ ਲਏ ਉਹਨੇ ਇੱਕ ਬਾਢਿਓਂ, ਸਾਰੇ ਫੜ ਲਏ ਅਤੇ ਪੁਲਿਸ ਵਾਲੇ ਡਰਦੇ ਸੀ, ਪੁਲਿਸ ਵਾਲਿਆਂ ਦੇ ਮੂੰਹ ਢੱਕ ਕੇ, ਪੁਲਿਸ ਦਾ ਪਤਾ ਨਹੀਂ ਅਤੇ ਸਾਰੇ ਜਿਹੜੇ ਨੇ ਅਬਾਊਟ 63,000 ਦੇ ਕਰੀਬ। ਇਹ ਕਰੈਕਡਾਊਨ ਦਾ ਬੜਾ ਰੌਲਾ ਦੁਨੀਆ 'ਚ ਪਿਆ, M30, M18 ਇਹ ਵੱਡੇ ਗੈਂਗ ਨੇ ਜਿਹੜੇ ਅਮਰੀਕਾ 'ਚ ਵੀ ਜਿਹੜੇ ਨੇ ਓਪਰੇਟ ਕਰਦੇ ਨੇ। ਪਰ ਫੜ ਲਏ ਉਸਨੇ, ਵਕੀਲ ਨੇ ਇਸ ਗੱਲ ਦਾ, ਰਾਸ਼ਟਰਪਤੀ ਨਈਬ ਵਕੀਲ ਨੇ ਇਹ ਦੱਸ ਦਿੱਤਾ ਕਿ ਜਿਹੜਾ ਵਾਰ ਔਨ ਕ੍ਰਾਈਮ ਆ ਕਿਸੇ ਦੇਸ਼ ਲਈ ਕੋਈ ਵੱਡਾ ਨਹੀਂ ਹੈ, ਜਾਂ ਕੋਈ ਦੇਸ਼ ਕਿਸੇ ਚੀਜ਼ ਨੂੰ ਸਹੀ ਕਰਨਾ ਚਾਹੇ ਉਹ ਕਰ ਦਿੰਦੇ। ਹੁਣ ਇਹ ਅੰਦਰੋਂ ਛੇਤੀ ਕੀਤੇ ਨਹੀਂ ਉਹਨੇ ਛੱਡਣੇ, ਜੇਲ੍ਹ ਵੱਡੀ ਹੈ, ਨਵੀਂ ਜੇਲ੍ਹ ਬਣਾਈ ਹੈ ਇਹਨਾਂ ਲਈ ਉਹ ਬਣਾਈ ਹੈ। ਦੋਨੇ ਗਰੁੱਪ ਫੜ ਲਏ ਅਤੇ ਦੋਨੇ ਅਲੱਗ ਅਲੱਗ ਕਰਕੇ ਬਹੁਤ ਹੀ ਸਿਕਿਓਰ ਕੀਤੀ ਹੈ ਅਤੇ ਗਾਂ ਫਿਰ ਪਿੰਜਰੇ ਨੇ, ਜੇ ਕੋਈ ਨਾ ਸੂਤ ਆਵੇ ਪਿੰਜਰਿਆਂ 'ਚ ਬਾਹਣਗੇ, ਛੱਡਣੇ ਹੈ ਨਹੀਂ। ਕਹਿੰਦੇ ਵੀਡੀਓ ਕਾਨਫਰੰਸ ਲਾਈ ਹੋਈ ਜਿਹੜਾ ਆ ਕੇ ਉਹ ਸ਼ਾਮਿਲ ਹੋਇਆ ਕਰਨਗੇ, ਬਾਹਰ ਨਹੀਂ ਆਉਣੇ, ਬਸ ਅੰਦਰੇ ਹੀ ਉਹਨਾਂ ਨੂੰ ਥੋੜ੍ਹਾ ਬਹੁਤਾ ਜਿਮ ਅਤੇ ਪਤਾ ਨਹੀਂ ਕਿੰਨਾ ਕੁ ਅੱਧਾ ਪੌਣਾ ਘੰਟਾ ਜਿਹੜਾ ਹਾਈ ਸਕਿਓਰਿਟੀ ਜੇਲ੍ਹਾਂ ਦੇ ਵਿੱਚ ਜਿਵੇਂ ਕੱਢਦੇ ਆ ਕੱਢਣਗੇ। ਪਰ ਅਲ ਸੈਲਵਾਡੋਰ ਦਾ, ਦੇਸ਼ ਦਾ ਮੰਦਾ ਜਿਹੜਾ ਹਾਲ ਹੋ ਰਿਹਾ ਸੀ, ਇਹ ਵੱਡਾ ਹੋਇਆ। ਦੂਸਰੀ ਜਿਹੜੀ ਗੱਲ ਹੈ ਉਹਦੇ 'ਤੇ ਤੁਹਾਡੇ ਨਾਲ ਮੈਂ ਗੱਲ ਕਰਨੀ ਚਾਹੁੰਦਾ ਹਾਂ। ਜਿਹੜਾ US ਅਤੇ ਕੈਨੇਡਾ ਦਾ ਸੇਫ ਥਰਡ ਕੰਟਰੀ ਐਗਰੀਮੈਂਟ ਆ, ਉਹ ਕੀ ਹੈ? ਇਹ 2002 'ਚ ਲਿਖਿਆ, 2004 'ਚ, 18 ਸਾਲ ਹੋ ਗਏ। ਇਹ ਸੇਫ ਕੰਟਰੀ, ਥਰਡ ਸੇਫ ਕੰਟਰੀ ਕੀ ਆ? ਵੀ ਦੋਨੇ ਦੇਸ਼ਾਂ ਦੇ ਵਿੱਚ ਜਿਹੜਾ ਵੀ ਪਹਿਲੇ ਦੇਸ਼ 'ਚ ਆ ਗਿਆ ਉਹਨੇ ਰਿਫਿਊਜੀ ਕਲੇਮ ਕਰ ਦਿੱਤਾ, ਪਰ ਉਹ ਦੂਜੇ ਦੇਸ਼ ਦੇ ਵਿੱਚ ਜਿਹੜਾ ਲੀਗਲ ਬਾਰਡਰ ਹੈ ਉੱਥੋਂ ਤੋਂ ਟੱਪ ਨਹੀਂ ਸਕਦਾ, ਡਿਪੋਰਟ ਹੋਏਗਾ। ਇਹ ਹੈ ਬੇਸਿਕਲੀ ਦੋਨੇ ਦੇਸ਼ਾਂ ਦਾ, ਵੀ ਦੋਨੇ ਦੇਸ਼ਾਂ 'ਚ ਨਹੀਂ ਕਰ ਸਕਦਾ। ਮੰਨ ਲਓ ਅਮਰੀਕਾ 'ਚ ਆ ਗਿਆ, ਫਸਟ ਕੰਟਰੀ ਹੈ ਜਿਹੜੀ, ਉੱਥੇ ਹੀ ਉਹਨੂੰ ਜਿਹੜਾ ਖਾਸ ਰਿਫਿਊਜੀ ਦੇ ਲਈ, ਰਾਜਸੀ ਪਨਾਹ ਲਈ ਕਿਸੇ ਲਈ ਉੱਥੇ ਅਪਲਾਈ ਕਰਨਾ ਪੈਣਾ, ਕੈਨੇਡਾ 'ਚ ਨਹੀਂ ਆ ਸਕਦਾ। ਕੈਨੇਡਾ ਉਤਰਿਆ, ਉੱਧਰ ਨਹੀਂ ਜਾ ਸਕਦਾ। ਗੱਲ ਕੀ ਹੋਈ, ਮਹਿੰਦੀ ਸਾਰ ਜਦ 17 'ਚ ਟਰੰਪ ਆਇਆ, ਉਹ ਕਹਿੰਦਾ ਮੇਰਾ ਕੋਈ ਮਤਲਬ ਨਹੀਂ, ਚੱਕੋ ਸਮਾਨ ਇੱਥੋਂ, ਤੁਹਾਨੂੰ ਸਾਲ ਮਹੀਨੇ 5 ਦਿੱਤੇ, ਉੜ ਜਾਓ ਇੱਥੋਂ, ਤਿੱਤਰ ਹੋ ਜਾਓ। ਉਹ ਹੇਸ਼ੀਅਨ ਨੂੰ ਕਹਿਤਾ। ਹੁਣ ਇਹ ਜੇ ਲੀਗਲ ਕਰੋਸਿੰਗ ਤੋਂ ਆਉਂਦੇ ਹੈ ਤਾਂ ਉਹ ਜਿਹੜੇ ਨੇ ਡਿਪੋਰਟ ਹੋਣਗੇ, ਜਿਹੜੇ ਦੇਸ਼ 'ਚੋਂ ਆਏ। ਅੱਛਾ, ਨਾਲ ਇਹਦੇ ਵਿੱਚ ਇੱਕ ਲੂਪ ਹੋਲ ਇਹ ਹੈ ਵੀ ਜੇ ਤੁਸੀਂ ਇਲੀਗਲ ਕਿਤੇ ਇਰੈਗੂਲਰ ਜਿਹੜਾ ਕਰੋਸਿੰਗ ਤੋਂ ਵੜ ਗਏ ਫਿਰ ਤੁਹਾਨੂੰ ਐਕਸੈਪਟ ਕੀਤਾ ਜਾਏਗਾ। ਹੁਣ ਕਿਤੇ ਵੀ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਤਾਂ ਕਿਤੇ ਵੀ ਕਰੋਸ ਜਿਹੜੇ ਅਖੀ ਜਿਹੜੇ ਬਾਰਡਰ ਤਾਂ ਤੋਂ ਬਿਨਾਂ ਬਾਕੀ ਖੁੱਲ੍ਹਾ ਹੀ ਪਿਆ, ਕਿਤੇ ਪਾਣੀ ਆ, ਕਿਤੇ ਸਾਂਝੀਆਂ ਬਿਲਡਿੰਗਾਂ ਨੇ, ਕਿਤੇ ਜੰਗਲ ਹੈ। ਸੋ ਉਹਨਾਂ ਨੇ ਰੌਕ ਸੈਮ ਲੱਭ ਲਿਆ। 2017 ਫਰਵਰੀ ਤੋਂ ਲੈ ਕੇ 67,800 ਇਹਨਾਂ ਰੌਕ ਸੈਮ ਵਾਲੇ ਬਾਰਡਰ ਤੋਂ, ਸੜਕ ਤੋਂ ਟੱਪੇ ਆਏ ਲੋਕ, ਇਰੈਗੂਲਰ ਜਿਹੜੀ ਕਰੋਸਿੰਗ ਹੈ ਉੱਥੇ ਆਏ ਬੰਦੇ ਨੂੰ ਤੁਸੀਂ ਵਾਪਸ ਨਹੀਂ ਭੇਜ ਸਕਦੇ। ਦੇਖ ਲਿਆ ਕੁੰਡੀ, ਅਤੇ 68,000 ਦੇ ਕਰੀਬ ਬੰਦਾ ਇਹਦੇ 'ਤੇ ਆ ਗਿਆ।
जिन्हां दे विच्चों 28,500 जिहड़ा रिफ्यूजी क्लेम अप्रूव हो गया, 20,000 च रिजैक्ट हो गया, 14,500 के करीब हले पेंडिंग है। तो इस रॉक्सहैम नू बंद करन दा हुण प्रीमियर क्यूबैक दा ते पीयर पॉलीएव ऑफिशियल अपोजिशन दे लीडर इनू बंद करन दी गल कर रहे हैं। देखो तुसीं इहदे च घुंडी की है, अमरीका इधरों तो अमरीका वाले पासे बढ़ने नहीं दिंदे। तुसीं कट जाओ तो सही आ इररेगुलर क्रॉसिंग जीरो एवन्यू दे नाल हैगी हुई आ 264 वाले ते बलेन वाले दे विच, जां टप के तो दिखाओ, चप्पे चप्पे ते उन्हां दे कैमरे लाए हुए ने, उह तां जदे घेर लैंदे ने आ के उधरों इधर नूं आउणा तां इत्थे कोई पता ही है नहीं। इहनां कोल की कनेडियन बॉर्डर सिक्योरिटी एजेंसी कोल उन्ना सिस्टम ही है नहीं। तो बहुत वड्डा बॉर्डर है। सो ये है जिहड़ी जिसका नौ है कनेडा यूएस सेफ थर्ड कंट्री एग्रीमेंट। सेफ थर्ड कंट्री एग्रीमेंट किया तो यह भी अमरीका दे विचों रिफ्यूजी स्टेटस फेल होया वो लीगल क्रॉसिंग राही इधर बढ़ जाए तो उन्होंने वापस भेजना पैना, वो नहीं कनेडा तो अमरीका च ना जाए, पर जिथे इन्हां दीआं बॉर्डर पोर्टल्स है नहीं उत्थों इधर उधर जिधर की मर्जी बढ़ जाए फिर एक्सैप्ट करना पैना। अगले ने लभ ली रॉक्सहैम, उहदे च बढ़ गई बधी जद जब 2017 च डोनल्ड ट्रंप ने कहता, वो कहता भी ना इत्थे कुछ नहीं, जिहड़े हेशियन बैठे ने तुहानू महीने 5 दित्ते ते अपना चलो। उहदे बाद शुरू हो गए, तो जब शुरू हो गए लोग तो उन्होंने अमरीका तो कनेडा वाले पासे क्यूबैक के नाल ते नाल अप स्टेट न्यूयॉर्क का एक छोटी जी सड़क आ उतों बस च आते हैं, वह सड़क तो परले बन्ने खड़ते हैं तो टप के इधर आ जाते, मूहरे RCMP खड़ी आओ कहते तुम इलीगल क्रॉस कर रहे हो फड़ांगे, कहते फड़ लो, कहते लै फड़ लिया इतने ला अंगूठा तो चल मॉन्ट्रियल दे होटल दे विच। सो ये है हुण फैडरल पार्टीज लगिया हुई ने, फैडरल पार्टीज आर ते मार्च के बाइडन ने आना, वो मार्च के जब बाइडन होनी आवगे तो इस दी गलबात करन दी कहानी चल रही है। ये है थर्ड जिहड़ा सेफ जिसनू कहना मैं कनेडा US का जिहड़ा सेफ थर्ड कंट्री एग्रीमेंट। इधरों तो उधर बन नहीं देंदे, इधर 80,000 जिहड़ा 70,000 बंदा आया उन्हूं रखना, होटल का खर्च, उन्हां नूं रोटी का खर्च, तो सरकार $1 trillion के डैट च आ। उस तो बाद ये हुण मंगा उठ रही ने, ऑफिशियल अपोजिशन ने कहता, तो प्रीमियर ने फ्रांसुआ ने कहता, कहिंदा लै जाओ इत्थों मेरी बस आ कि बैक नहीं सारे देश च आ, लै जाओ जिथे मर्जी इन्हां नूं बसाओ, होटल्स लोकल भी भरे पए ने थोड़े। तो इन्ना ब्यूरोक्रेसी का माड़ा हाल है भी तुसी बंदे लै आए कित वार टोन रीजन तो लै आए, तुसी रिफ्यूजी लै आए, फिर वो कहिंदे ने भी नहीं जी सानू तो फलानी फूड बैंक फिट नहीं है, साढ़े धर्म के हिसाब न फलानी फूड बैंक सानू सही है। वो कहिंदे 60 किलोमीटर का फिर तैनू 50 किलोमीटर का ट्रिप लवाने टैक्सी च, तैनू लियावांगे फिर तैनू आ फूड देवांगे तो फिर तैनू छड्डने जावांगे। $50 घंटे के टैक्सी वाले मिलते हैं बई आ जाओ $40 या $50, $50 वह बाकी खाना फ्री, तो फिर तेनू तेरी रिहायश तो छड के आवेंगे। ये जड़ा फला है यह अफसरशाही दे विच है, तो आम लोग जड़े ने वह तंग हो रहे हैं खर्चियां पासों रोटी पिछों, तो 20-25% तो कोई मोनीटर नहीं करता। मैं मानता कोविड के समय 3500 वाला कंटेनर जिहड़ा आउंदा सी जिहदा भाड़ा सी 22,000 च चले गया, हुण तां 3500 ते इह आ कीमत तां घटाओ। कणक कनेडा च पैदा हुंदी आ 8-10 सेंट दी पाउंड है, वह 10-8-9 डॉलर तो $17 तक कीमत चले गए। कोई पुछण वाला है इहनां ते, कोई कुंडा है किसी का भी भाई आ किहड़े चंद तो लिआउने हो कणक जिहड़ी थोड़ी महंगी हो गई, वर्करां नूं वध देण लग गए, ट्रकां वालिआं नूं वध देण लग गए, किहनूं वध देण लग गए, कोई नहीं पुछदा। इंडिया तो आटा आउंदा सी वो बंद करता, वो आ नहीं सकता, तो कणक साडी असी दुनिया नूं भेजदे आ, साडे कोल इन्नी वाफर कणक आ, प्रेरीज दे विच कणक ही कणक है, कनोला दुनिया नूं भेज रहे हां, पोटैश दुनिया नूं भेज रहे हां, तो उत्थे चीज़ां आम लोकां दा जीवना जिहड़ा दुब्बर हो रहा है। 30-30% कीमतां लैटस दीआं वधीआं ने, 28-28% अंडे, 12 अंडे जे तुसीं एग लैणे ने नॉर्मल $6.5 दे ने, $6 दे ने, की करोगे तुसीं?
ਤੇ ਦੂਸਰੇ ਬੰਨੇ ਤੁਸੀਂ ਦੁਨੀਆ ਭਰ ਦੇ ਬੰਦਿਆਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਅਮਰੀਕਾ ਵਾਲੇ ਪਾਸਿਓਂ। ਉਹ ਕਹਿੰਦੇ ਵੀ ਉਹ ਅਮਰੀਕਾ ਦਿੰਦੇ ਨਹੀਂ ਹੁਣ ਅਸਾਈਲਮ, ਕਨੈਕਸ਼ਨ ਅਮਰੀਕਾ ਤੋਂ ਹੀ ਜੁੜਨਾ ਕਿਉਂਕਿ ਜ਼ਮੀਨ ਵਾਲੇ ਪਾਸਿਓਂ ਉੱਧਰੋਂ ਲੱਗਦੇ ਨੇ ਬੰਦੇ, ਜਿਹੜੀ ਅਮੈਰੀਕਾ ਵਾਲੇ ਸਾਊਥ ਅਮੈਰੀਕਾ ਵਾਲੇ ਪਾਸਿਓਂ ਉੱਧਰੋਂ ਵੜਕੇ ਆ ਕੇ ਵੜਦੇ ਉੱਥੇ ਨੇ। ਫਿਰ ਉਹ ਕਹਿੰਦੇ ਵਿੱਚ ਦੀ ਲੰਘ ਕੇ ਰੌਕਸੈਮ, ਹੁਣ ਸੜਕ ਤਾਂ ਪੰਜਾਬ 'ਚ ਪਤਾ ਹੈ ਵੀ ਨਿਊਯਾਰਕ ਕੋਲ ਇੱਕ ਸੜਕ ਆ ਜਿੱਥੋਂ ਅਮਰੀਕਾ ਦੇ ਵਿੱਚ ਦੀ ਬਸ ਬਣਨਾ ਕਨੇਡਾ ਜਾ ਕੇ। ਕਰਨ ਬਸਰਾ ਜੀ ਕੀ ਕਹਿਣਾ ਚਾਹੁੰਦੇ ਹੋ ਲਾਈਨ ਨੰਬਰ 1? ਜੀ ਗਿੱਲ ਸਾਹਿਬ ਕੀ ਕਹਿਣਾ ਉਹਨੂੰ, ਹੁਣ ਕੁਝ ਬਚਿਆ ਨਹੀਂ ਹੈਗਾ। ਸਾਡੇ ਲੀਡਰ ਆਪੋਜੀਸ਼ਨ ਪੀਰ ਪੋਲੀਅਬ ਸਾਹਿਬ ਨੇ ਵੀ ਹੁਣ ਤਾਂ ਜਿੰਨੀ ਮਿਹਨਤ ਉਹ ਇਸ ਵੇਲੇ ਕਰ ਰਹੇ ਆ ਪੂਰੀ ਕੰਟਰੀ ਦੇ ਵਿੱਚ ਘੁੰਮ ਕੇ, ਬਟ ਟਰੂਡੋ ਸਰਕਾਰ ਦੇ ਕੰਨ ਉੱਪਰ ਜੂੰ ਨਹੀਂ ਸਰਕਦੀ। ਇੱਕ ਨਾ ਪੰਜਾਬ ਦੇ ਲੀਡਰ ਸੀਗਾ, ਅੱਜ ਕੱਲ੍ਹ ਉਹ ਪਟਿਆਲਾ ਜੇਲ੍ਹ ਵਿੱਚ ਆ, ਉਹ ਆਮ ਹੀ ਕਹਿੰਦੇ ਸੀ ਭੈੜੇ ਭੈੜੇ ਯਾਰ ਮੇਰੀ ਫੱਤੋ ਦੇ, ਉਹ ਫੱਤੋ ਦੇ ਜਾ ਰਹੇ ਹੀ ਇੰਨੇ ਆ, ਸਲਾਹਕਾਰ ਹੀ ਇੰਨੇ ਰੱਖੇ ਹੋਏ ਇਹਨਾਂ ਨੇ, ਉਹ ਸਲਾਹ ਦਿੰਦੇ ਵੀ 5 ਲੱਖ ਘੱਟੋ ਘੱਟ ਵੀ ਇਮੀਗ੍ਰਾਂਟ ਲੈ ਕੇ ਆਓ ਹਰੇਕ ਸਾਲ, ਉਹਦੇ ਬਗੈਰ ਕੈਨੇਡਾ ਦਾ ਗੁਜ਼ਾਰਾ ਨਹੀਂ ਹੈਗਾ। ਔਰ ਟਰੂਡੋ ਸਾਹਿਬ ਬਿਲਕੁਲ ਉਹਨਾਂ ਨੂੰ ਕਹਿ ਰਹੇ ਆ ਕਿਉਂਕਿ ਇੱਥੇ ਰਿਸੋਰਸਿਸ ਇੰਨੇ ਜ਼ਿਆਦਾ ਆ, ਹਸਪਤਾਲ ਵਾਧੂ ਪਏ ਆ, ਸਕੂਲ ਵਾਧੂ ਆ, ਟਰਾਂਸਿਟ ਸਿਸਟਮ ਆ ਜਿਹੜਾ ਉਹ ਦੁਨੀਆਂ ਦਾ ਨੰਬਰ 1 ਆ, ਘਰ ਇੰਨੇ ਖਾਲੀ ਪਏ ਆ ਭਈ ਲੋਕਾਂ ਦੇ ਰਹਿਣੇ ਨੂੰ ਜਗ੍ਹਾ ਨਹੀਂ ਹੈਗੀ, ਉਹ ਤਾਂ ਕਰਕੇ ਇੱਧਰ ਆ ਰਹੇ ਹੈਗੇ ਆ। ਗੱਲ ਸਾਹਿਬ ਦੇਖੋ, ਗੱਲ ਇਹ ਹੈਗੀ ਆ ਕਿ ਰਿਫਿਊਜੀਆਂ ਨੇ ਆਉਣਾ, ਚੋਰਾਂ ਨੇ ਆਉਣਾ, ਡਾਕੂਆਂ ਨੇ ਆਉਣਾ, ਰੋਕਣਾ ਉਹਨਾਂ ਨੂੰ ਕਿਨੇ ਆ, ਜਦੋਂ ਤੁਸੀਂ ਉਹਨਾਂ ਨੂੰ ਮੂਹਰੇ ਰੋਕਦੇ ਹੀ ਨਹੀਂ ਹੈਗੇ ਤੇ ਅਗਲੇ ਤੇ ਆਉਣਗੇ ਇੱਥੇ। ਹੁਣ ਆਪਾਂ ਤੁਸੀਂ ਵੀ ਖਬਰ ਦੱਸੀ ਸੀਗੀ ਕਿ ਨਿਊਯਾਰਕ ਦੇ ਮੇਅਰ ਆ ਜਾਂ ਜੋ ਵੀ ਹੈਗਾ, ਉਹ ਕਹਿੰਦੇ ਆ ਲਓ $500 ਤੇ ਬੱਸ ਫੜ ਕੇ ਉੱਥੇ ਪਹੁੰਚ ਜਾਓ। ਗਾਹਾਂ ਜਿਹੜੀ US ਬਾਰਡਰ ਪੈਟਰੋਲ ਦੀਆਂ ਕਾਰਾਂ ਆ ਆਪਣੇ ਬਾਰਡਰ ਦੀ ਹਿਫਾਜ਼ਤ ਵਾਸਤੇ, ਉਹ ਗੱਡੀ 'ਚ ਬਿਠਾ ਕੇ ਬਿਲਕੁਲ ਬਾਰਡਰ ਦੇ ਕੋਲ ਛੱਡ ਜਾਂਦੇ, ਕਹਿੰਦੇ ਟੈਕਸੀ ਕਰਨ ਦੀ ਵੀ ਲੋੜ ਨਹੀਂ ਹੈਗੀ, ਜਾਓ ਉੱਥੋਂ। ਤੇ ਅੱਗੇ ਟਰੂਡੋ ਸਾਹਿਬ ਗਵਰਨਮੈਂਟ ਕੀ ਕਹਿੰਦੀ ਆ, RCMP ਦਾ ਅਫਿਸਰ ਆਉਂਦਾ ਜਿਸ ਵੇਲੇ ਉਹਨਾਂ ਨੂੰ ਪਤਾ ਲੱਗਦਾ ਕਿ ਬੰਦੇ ਆ ਗਏ ਆ, ਉਹ ਆਪਣੀ ਗੱਡੀ 'ਚ ਬਿਠਾਲ ਕੇ ਉਹਨਾਂ ਨੂੰ ਗਾਹਾਂ ਹੋਟਲ 'ਚ ਛੱਡ ਆਉਂਦੇ ਆ। ਜੇ ਤਾਂ ਜੇਲ੍ਹ 'ਚ ਭੇਜਣ ਉਹਨਾਂ ਨੂੰ ਅਰੈਸਟ ਕਰਨ, ਫਿਰ ਤੁਸੀਂ ਸਾਡੀ ਕੰਟਰੀ ਵਿੱਚ ਕਿਉਂ ਐਂਟਰ ਹੋਏ ਆ? ਆਪ ਹੀ ਨਹੀਂ ਕੋਈ ਤੈਨੂੰ ਮੂੰਹ ਕਰਦਾ ਹੈਗਾ, ਜਿਸ ਵੇਲੇ ਉਹਨਾਂ ਨੂੰ ਖਾਣਾ ਦਾਣਾ ਮਿਲਣਾ ਵਧੀਆ, ਰਹਿਣੇ ਨੂੰ ਹੋਟਲ ਮਿਲਣੇ, ਮੋਟਲ ਮਿਲਣੇ ਵਧੀਆ ਜੀ, ਤੇ ਆਪੇ ਲੋਕਾਂ ਨੇ ਇੱਧਰ ਨੂੰ ਆਉਣਾ ਹੈਗਾ। ਦੇਖੋ ਗੱਲ ਤਾਂ ਇਹ ਹੈਗਾ ਕਿ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਆ, ਉਹਦੇ ਸਲਾਹਕਾਰ ਤਾਂ ਮਕੇਨਜ਼ੀ ਵਰਗੀਆਂ ਜਿਹੜੀਆਂ ਹੈਗੀਆਂ ਫਰਮਾਂ, ਔਰ ਇਹ ਜਿਹੜੀਆਂ ਫਰਮਾਂ ਆ ਇਹ ਐਡਵੋਕੇਸੀ ਕਰਨੇ ਨੂੰ ਵੀ ਹੁੰਦੀਆਂ ਹੈਗੀਆਂ, ਲੋਕਾਂ ਦੇ ਵਿੱਚ ਵੀ ਪ੍ਰਭਾਵ ਪਾਉਂਦੀਆਂ। ਇਸ ਦੀ ਕਿੱਡੀ ਵੱਡੀ ਰਿਪੋਰਟ ਨਿਕਲ ਕੇ ਆਈ ਆ ਕਿ ਪਿਛਲੇ ਫੈਡਰਲ ਇਲੈਕਸ਼ਨ ਦੇ ਵਿੱਚ ਕਮਿਊਨਿਸਟ ਪਾਰਟੀ ਜਾਂ ਕਮਿਊਨਿਸਟ ਕੰਟਰੀ ਆ ਜਿਹੜੀ ਬਦਨਾਮ, ਉਹਨਾਂ ਨੇ ਇੱਥੇ ਪੂਰਾ ਆਪਣਾ ਦਖਲਅੰਦਾਜ਼ੀ ਰੱਖੀ ਆ ਕਿ ਟਰੂਡੋ ਦੀ ਹੀ ਸਰਕਾਰ ਬਣੇ, ਚਾਹੇ ਘੱਟ ਗਿਣਤੀ 'ਚ ਬਣੇ ਚਾਹੇ ਵੱਧ ਗਿਣਤੀ 'ਚ ਬਣੇ, ਕਿਉਂਕਿ ਉਹਨਾਂ ਦੇ ਹਿੱਤ ਪੂਰੇ ਕਰਦੀ ਆ। ਆਪਾਂ ਸਰਪੰਚ ਦੀ ਗੱਲ ਕਰਦੇ ਹਾਂ, ਸਰਪੰਚ ਨੂੰ ਅੱਜ ਵੀ ਲੋਕੀ ਚਿੱਤੇ ਕਰਦੇ ਆ, ਅਮੈਰੀਕਾ ਨੇ ਹੀ ਉਹਦੇ ਜਿਹੜਾ ਨੱਕ ਮੋੜਿਆ ਸੀਗਾ, ਨਹੀਂ ਤਾਂ ਚਾਈਨਾ ਵਾਲੇ ਬਹੁਤ ਹਾਵੀ ਹੋ ਗਏ ਸੀਗੇ, ਮਤਲਬ ਕਿ ਸਾਰਾ ਜੋ ਉੱਥੇ ਦਾ ਕੂੜ ਕਮਾੜ ਸੀਗਾ ਤੇ ਡੰਪ ਕਰੀ ਜਾਂਦੇ ਸੀਗੇ, ਔਰ ਆਪਾਂ ਲੋਕੀ ਆਹ ਵੈਸਟਰਨ ਕੰਟਰੀ ਦੇ ਸਿਰ ਦੇ ਉੱਤੇ ਜਿਹੜੀ ਚਾਈਨਾ ਦੀ ਇਕੋਨਮੀ ਐਡੀ ਉੱਤੇ ਹੋਈ ਹੋ ਆ, ਨਹੀਂ ਤਾਂ ਤੁਹਾਨੂੰ ਪਤਾ ਹੀ ਆ ਉੱਥੇ ਐਡੀ ਵੱਡੀ ਪਾਪੂਲੇਸ਼ਨ ਸੰਭਾਲਣਾ ਕਿੰਨਾ ਮੁਸ਼ਕਿਲ ਸੀਗਾ। ਸੋ ਮੈਂ ਤਾਂ ਇਹੀ ਕਹੂੰਗਾ ਕਿ ਜਿੰਨੀ ਮੈਂ ਹੁਣ ਬਾਤ ਕਰਦਾ ਹੁੰਦਾ ਆ ਲੀਡਰ ਆਪੋਜੀਸ਼ਨ ਨੂੰ ਟਵਿੱਟਰ ਤੇ ਵੀ ਫੇਸਬੁੱਕ ਤੇ ਵੀ, ਜਿੰਨੀ ਉਹ ਦੌਰੇ ਕਰ ਰਹੇ ਆ ਲੋਕਾਂ ਦੇ ਵਿੱਚ ਜਾ ਰਹੇ ਆ ਇਸ ਵੇਲੇ ਬਹੁਤ ਜ਼ਿਆਦਾ, ਮਤਲਬ ਕਿ ਸਾਰੇ ਪਾਸੇ, ਔਰ ਇਲੈਕਸ਼ਨ ਜਿਹੜੀ ਹੈਗੀ ਆ ਮੈਨੂੰ ਲੱਗਦਾ ਨਹੀਂ ਹੈਗਾ ਕਿ ਜਗਮੀਤ ਸਿੰਘ ਜੀ ਹੁਣ ਹਿੰਮਤ ਕਰਨਗੇ, ਕਿਉਂਕਿ ਪਤਾ ਹੈ ਵੀ ਗਾਹਾਂ ਨੂੰ ਕਰਿਆ ਜਿਹੜੀ ਟੋਰ ਟੱਪਾ ਹੁਣ ਮਿਲਿਆ ਤੋਂ ਵੀ ਜਾਂਦੇ ਰਹਾਂਗੇ, ਸੋ 225 ਤੱਕ ਇੱਦਾਂ ਚੱਲੂਗਾ ਜੀ ਮੈਨੂੰ ਤਾਂ ਲੱਗ ਰਿਹਾ ਹੈਗਾ। ਬਾਕੀ ਚਲੋ ਸਿਆਸਤ ਦਾ ਕੁਛ ਨਹੀਂ ਪਤਾ ਹੁੰਦਾ ਹੈਗਾ ਕੱਲ੍ਹ ਨੂੰ ਕੀ ਹੋ ਜਾਵੇ, ਬਟ ਜੇ ਅੱਜ ਇਲੈਕਸ਼ਨ ਹੋ ਜਾਵੇ ਕੈਨੇਡੀਅਨ ਲੋਕੀ ਰੈਡੀ ਆ ਟਰੂਡੋ ਸਾਹਿਬ ਨੂੰ ਛੁੱਟੀ ਦੇ ਭੇਜਣੇ ਵਾਸਤੇ, ਸੋ ਬੜੀ ਹਾਲਾਤ ਵੱਧ ਤੋਂ ਬਦਤਰ ਹੁੰਦੀ ਜਾ ਰਹੀ ਆ ਜੀ। ਮਤਲਬ ਕਿਹੜੀ ਗੱਲ ਜਿੱਥੋਂ ਤੁਸੀਂ ਸ਼ੁਰੂ ਕਰ ਲਵਾ, ਹੁਣ ਆਪਣੇ ਟਰੱਕਾਂ ਦੀ ਤੁਸੀਂ ਗੱਲ ਕਰਦੇ ਸੀਗੇ ਜੀ, ਸੋਰੀ ਪਹਿਲਾਂ ਤਾਂ ਮੈਂ ਠੀਕ ਹੈ, ਸਾਡੇ ਜਿੰਨੇ ਵੀ ਸੀਗੇ ਪੋਲੀਟੀਸ਼ੀਅਨ ਚਾਹੇ ਲਿਬਰਲ ਵਾਲੇ ਸੀਗੇ ਚਾਹੇ ਕੰਜ਼ਰਵੇਟਿਵ ਦੇ ਸੀਗੇ, ਔਰ ਪੀਅਰ ਪੋਲੀਅਬ ਸਾਹਿਬ ਦੀ ਜਿਹੜੀ ਉਸ ਦਿਨ ਟਵਿੱਟਰ ਤੇ ਪੋਸਟ ਪਈ ਆ ਔਰ ਸ਼ੇਰੇ ਪੰਜਾਬ ਰੇਡੀਓ ਦੇ ਉੱਤੇ ਉਹਨਾਂ ਨੇ ਜੋ ਆ ਕੇ ਆਪਣਾ ਬਿਆਨ ਦਿੱਤਾ ਸੀਗਾ, ਉਹ ਤੋਂ ਬਾਅਦ ਆਟਵਾ ਦੇ ਵਿੱਚ ਇੱਕਦਮ ਹਲਚਲ ਮਚ ਗਈ, ਤੇ 9 ਮਹੀਨੇ ਦਾ ਜਿਹੜਾ ਗ੍ਰੇਸ ਟਾਈਮ ਹੋਰ ਦਿੱਤਾ ਗਿਆ। ਬਟ ਬੇਨਤੀ ਇਹੀ ਇਹਨਾਂ ਨੂੰ ਕਿ ਇਸ ਤਰ੍ਹਾਂ ਸਾਡੇ ਨਾਲ ਨਾ ਕਰਨ, ਇਹ ਲਿਬਰਲ ਪਾਰਟੀ ਦੇ ਮੈਂਬਰ ਸਾਹਿਬਾਨ ਜਿਹੜੇ ਹੈਗੇ ਆ, ਇਸ ਮਸਲੇ ਨੂੰ ਸਟੈਂਡਿੰਗ ਕਮੇਟੀ ਬਣਾ ਕੇ ਖਤਮ ਕੀਤਾ ਜਾਵੇ, ਨਾ ਕਿ ਥੋੜੇ ਥੋੜੇ ਇਹ ਜਿਹੜੇ ਹੈਗੇ ਲੋਲੀਪੋਪ ਦਿੱਤੇ ਜਾਣ। ਸੋ ਇਹਨਾਂ ਨੂੰ ਬੇਨਤੀ ਇਹੀ ਆ, ਔਰ ਬਾਕੀ ਤੁਹਾਡੇ ਗਿੱਲ ਸਾਹਿਬ ਬਹੁਤ ਧੰਨਵਾਦੀ ਆ, ਤੁਸੀਂ ਸਾਡੇ ਲਈ ਹਮੇਸ਼ਾ ਹੀ ਹਾਂ ਦਾ ਨਾਰਾ ਮਾਰਿਆ ਆ, ਸੋ ਉਹਨਾਂ ਲਈ ਤੁਹਾਡੇ ਦਿਲੋਂ ਰਿਣੀ ਆ, ਤੇ ਸ਼ੇਰੇ ਪੰਜਾਬ ਅਦਾਰੇ ਦੇ ਮਾਲਕਾਂ ਦੇ ਵੀ ਦਿਲੋਂ ਰਿਣੀ ਆ, ਬਾਅਦ ਪਰਿਵਾਰ ਦੇ। ਥੈਂਕ ਯੂ, ਤੁਹਾਡਾ ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ। ਸਿਮਰਨ ਜੀ ਤੁਸੀਂ ਏਅਰ ਤੇ ਹੋ, ਸਤਿ ਸ੍ਰੀ ਅਕਾਲ ਸਾਹਿਬ ਜੀ, ਸਤਿ ਸ੍ਰੀ ਅਕਾਲ। ਮੈਂ ਤਾਂ
ਸੁਣ ਕੇ ਹੈਰਾਨ ਹੋ ਗਿਆ ਤੁਸੀਂ ਕਿਹਾ ਵੀ ਉੱਥੇ ਹੋਟਲਾਂ ਚ ਰਹਿੰਦੇ ਨੇ ਆ ਨੀ ਮੈਨੂੰ ਗੱਲ ਪਤਾ ਸੀ ਹੋਟਲਾਂ ਚ ਰਹਿੰਦੇ ਨੇ ਹਾਂਜੀ ਬਿਲਕੁਲ ਬਾਰਡਰ ਕ੍ਰੋਸ ਕਰਕੇ ਆਉਂਦੇ ਨੇ ਤੇ ਫੂਡ ਵੀ ਉਹ ਕਹਿੰਦੇ ਸਾਡੇ ਇਹ ਧਰਮ ਦਾ ਨੀ ਹੈਗਾ ਜਾਂ ਵਟ ਐਵਰ ABCD ਟੈਕਸੀ ਕਰਾ ਕੇ ਜਾਂਦੇ ਨੇ ਯੈਸ ਤੁਸੀਂ ਫੂਡ ਦੀ ਗੱਲ ਕੀਤੀ ਮੈਂ ਤਾਂ ਕਾਲ ਕੀਤੀ ਮੈਂ ਕੱਲ ਕਿਸੇ ਮੁੰਡੇ ਨਾਲ ਬੈਠਾ ਝੜਾ ਰਿਲੇਟਿਵ ਉਹਦੇ ਨਾਲ ਗੱਲਾਂ ਬੈਠੇ ਸੀ ਰੈਸਟੋਰੈਂਟ ਚਲੇ ਰੋਟੀ ਖਾਣ ਰਾਤ ਮੈਂ ਕਿਹਾ ਵੀ ਕਿਵੇਂ ਗੱਲਾਂ ਕੋਲ ਚੱਲੀਆਂ ਜੀ ਕਹਿੰਦਾ ਵੀ ਮੈਂ ਕਿਹਾ ਰੋਟੀ ਪਾਣੀ ਕਹਿੰਦਾ ਮੇਰਾ ਟਿਫਨ ਲਵਾਇਆ ਹੋਇਆ ਵੀ ਨਾਲ ਮੁੰਡੇ ਨਾਲ ਸ਼ੇਅਰ ਕਰਦਾ ਸੀਗਾ ਟਿਫਨ ਵੀ $240 ਤੇ ਸਾਨੂੰ 8 ਰੋਟੀਆਂ 2 ਸਬਜ਼ੀਆਂ ਇਹੋ ਜਿਹਾ ਕੁਛ ਦਿੰਦੇ ਸੀ ਕਹਿੰਦਾ ਨਾਲ ਦੇ ਮੁੰਡੇ ਨੇ ਨਾ ਉਹਨੂੰ ਮਹਿੰਗਾ ਲੱਗਿਆ ਜੀ ਟਿਫਨ ਸ਼ੇਅਰ ਕਰਦੇ ਸੀ ਉਹ ਕਹਿੰਦਾ ਮੈਂ ਟਿਫਨ ਨੀ ਯਾਰ ਮੈਂ ਖਾ ਸਕਦਾ ਵੀ ਇੱਕ ਟਾਈਮ ਤਾਂ ਮੈਂ ਗੁਰਦੁਆਰੇ ਖਾਇਆ ਕਰੂੰ ਕਹਿੰਦਾ ਇੱਕ ਆਟੇ ਦਾ ਗੱਟੂ ਆ $16 ਦਾ ਤੇ ਕਹਿੰਦਾ ਉਹ ਲਿਆ ਕੇ 2 ਰੋਟੀਆਂ ਖਾਣੀਆਂ ਕਹਿੰਦਾ ਖਾ ਲਿਆ ਕਰੂੰ ਸ਼ੇਅਰਿੰਗ 'ਚ 7 ਜਾਣੇ ਰਹਿੰਦੇ ਆ ਜੀ 2 ਕਮਰਿਆਂ 'ਚ ਤੇ ਇੰਨਾ ਮਾੜਾ ਹਾਲ ਹੈ ਵਿਚਾਰੇ ਮੈਨੂੰ ਦੇਖ ਕੇ ਰੋਣਾ ਆ ਗਿਆ ਬੰਦੇ ਦਾ ਦਿਲ ਮੈਨੂੰ ਇਉਂ ਕਰਕੇ ਵੀ ਯਾਰ ਆਹ ਹਾਲ ਹੋ ਗਏ ਕੈਨੇਡਾ ਵਰਗੇ ਮੁਲਕ ਦੇ ਬੰਦਾ ਇਹ ਗੱਲ ਕਹਿ ਦੇ ਕਿ ਸ਼ੇਅਰਿੰਗ ਵਾਲੀ ਰੋਟੀ ਵੀ ਮੈਂ ਛੱਡ ਕੇ ਵੀ ਮੈਂ ਗੁਰਦੁਆਰਾ ਸਾਹਿਬ ਤੇ ਇੱਕ ਟਾਈਮ ਖਾ ਲੂੰ ਇੱਕ ਮੈਂ ਗੱਟੂ ਲਿਆ ਕੇ ਆਟੇ ਦਾ ਰੱਖ ਲੂੰ ਵੀ ਉਹ 'ਚੋਂ 2 ਰੋਟੀਆਂ ਗੁੰਨਣੀਆਂ ਨੇ ਮੈਂ 2 ਰੋਟੀਆਂ ਖਾਣੀਆਂ ਨੇ ਕਹਿੰਦਾ ਮੈਂ ਤੇ ਐਡਾ ਮਾੜਾ ਹਾਲ ਹੋ ਗਿਆ ਬਸ ਦੂਜੀ ਗੱਲ ਮੈਂ ਨਾ ਗੱਲ ਸੁਣ ਮੈਂ ਇੱਕ ਪਿਛਲੇ ਮੇਰੇ ਵਾਈਫ ਦੇ ਇੱਕ ਚੰਗੀ ਫਰੈਂਡ ਆ ਕੁੜੀ ਇਮੀਗ੍ਰੇਸ਼ਨ ਦਾ ਕੰਮ ਕਰਦੀ ਆ ਜੀ ਬਹੁਤ ਬਹੁਤ ਕੁੜੀ ਨਾਈਸ ਆ ਵੀ ਲਾਈਕ ਏਦਾਂ ਨੀ ਹੈਗੀ ਵੀ ਸਾਰੇ ਵੀ ਇੱਦਾਂ ਦੇ ਨੀ ਹੈਗੇ ਉਹ ਕਹਿੰਦੇ ਗਰੁੱਪ ਬਣਿਆ 60-70,000 ਬੰਦਾ ਸੀ ਉਹਦੇ 'ਚ ਇਮੀਗ੍ਰੇਸ਼ਨ ਵਾਲਾ ਐਡੀ ਆਪਾਂ ਕਹਿੰਦੇ ਹਾਂ ਨਾ ਵੀ ਕਰਪਸ਼ਨ ਹੈ ਨੀ ਕੈਨੇਡਾ ਦੇ ਵਿੱਚ ਬਾਈ ਸਭ ਤੋਂ ਵੱਡੀ ਕਰਪਸ਼ਨ ਹੀ ਕੈਨੇਡਾ ਦੇ ਵਿੱਚ ਆ ਇਹ ਵੱਡੇ ਲੈਵਲ ਦੀ ਪੈਸਾ ਜੀ ਉਹ ਮੰਤਰੀਆਂ ਨੂੰ ਜਾਂਦਾ ਜਿਹੜਾ LMI ਵਾਲਾ ਪੈਸਾ ਨਾ ਕਿਉਂ ਨੀ ਬੰਦ ਹੋ ਰਹੀ ਉਹਦਾ ਕਾਰਨ ਇਹ ਆ ਕਿਉਂਕਿ ਇਹ ਪੈਸਾ ਉਹਨਾਂ ਮੰਤਰੀਆਂ ਨੂੰ ਜਾਂਦਾ ਜੀ ਇਹ ਕੁੜੀ ਦੇ ਮੂੰਹੋਂ ਗੱਲ ਹੈ ਕਹਿੰਦੀ ਮੈਂ ਉਹਦੇ ਵਿੱਚ ਆ ਤੇ ਉਹਦੇ ਵਿੱਚ ਇੱਕ ਬੰਦੇ ਦੀ ਹੋਰ ਦਰਸੀ ਕੁੜੀ ਦੀ ਕਹਾਣੀ $50,000 ਦੇ ਕੇ ਵਿਸਟਰ ਵੀਜ਼ੇ ਤੇ ਆਈ ਕੁੜੀ ਬੇਸਮੈਂਟ 'ਚ ਰਹਿੰਦੀ ਵਰਕ ਪਰਮਿਟ ਲੈਣਾ ਸੀ ਉਹ ਕਹਿੰਦਾ ਵਰਕ ਪਰਮਿਟ ਇਮੀਗ੍ਰੇਸ਼ਨ ਵਾਲਾ ਨੂੰ ਕਹਿੰਦਾ ਵੀ ਹੁਣ $50,000 ਹੋਰ ਦੇ ਉਹ ਕਹਿੰਦੀ ਕਾਹਦਾ ਉਹ ਕਹਿੰਦਾ ਵੀ ਤੂੰ ਹੁਣ ਵਰਕ ਪਰਮਿਟ ਉਹ ਕਹਿੰਦੀ ਮੈਂ ਤੈਨੂੰ $50,000 ਦਿੱਤਾ ਉਹ ਕਹਿੰਦਾ $50,000 ਤਾਂ ਤੇਰੇ ਵੇਟਰ ਵੀਜ਼ੇ ਦਾ ਸੀ ਵੇਟਰ ਵੀਜ਼ੇ ਦਾ ਸੀਗਾ $50,000 ਜੇ ਉੱਥੇ ਹੁਣ ਕੰਮ ਕੀ ਚੱਲਦਾ ਹੈ ਤੁਹਾਡੀਆਂ ਜਿਹੜੀਆਂ ਨਾ ਸਪੋਂਸਰਸ਼ਿਪ ਲੈਟਰਾਂ ਨੇ ਇਹਨਾਂ ਨੂੰ ਐਡਿਟ ਕਰ ਕਰਕੇ ਉੱਥੋਂ $50,000 ਦੇ ਉਹ ਤੁਹਾਡੀਆਂ ਹੀ ਕਿਸੇ ਨੇ ਰਿਸ਼ਤੇਦਾਰ ਮੰਗਾ ਲਿਆ ਉੱਥੇ ਪੇਪਰ ਭੇਜਤੇ ਨਾ ਤੁਹਾਡੀਆਂ ਸਪੋਂਸਰਸ਼ਿਪਾਂ ਦੇ ਉੱਤੇ ਹੀ ਉਹ ਬੰਦਿਆਂ ਨੂੰ ਬੁਲਾਈ ਜਾਂਦੇ ਨੇ ਐਡਿਟ ਕਰ ਕਰਕੇ ਤੇ ਐਡਾ ਵੱਡੀ ਕਰਪਸ਼ਨ ਚੱਲ ਰਹੀ ਆ ਤੇ ਉਹ ਕੁੜੀ ਰੋਣ ਲਾ ਕੀ ਹੋ ਗਈ ਕਿ ਮੈਂ ਤਾਂ ਤੈਨੂੰ $50,000 ਦਿੱਤਾ ਸੀ ਉੱਥੋਂ ਤੁਸੀਂ ਇਹ ਦੇਖੋ ਇੰਨਾ ਮਾੜਾ ਹਾਲ ਹੋ ਗਿਆ ਹੈ ਮੁਲਕ ਦਾ ਜਿੱਥੇ ਬੰਦੇ ਰੋਟੀ ਨੂੰ ਤਰਸੀ ਜਾਂਦੇ ਜਿੱਥੇ ਬੰਦਿਆਂ ਤੋਂ ਕਿਰਾਇਆ ਨੀ ਦੇ ਰਿਹਾ ਦੇ ਨੀ ਹੋ ਰਿਹਾ ਬੇਸਮੈਂਟਾਂ ਦਾ ਰੈਂਟ ਦੇ ਰਿਹਾ ਜਿਹੜੇ ਬੰਦੇ PR ਨੇ ਸਿਟੀਜ਼ਨ ਨੇ ਉਹਨਾਂ ਨੂੰ ਕੰਮ ਨੀ ਮਿਲ ਰਿਹਾ 3.5 ਮਹੀਨੇ ਹੋ ਗਏ ਜੀ ਕੁੜੀ ਨੂੰ ਇੱਥੇ ਸਟੂਡੈਂਟ ਸਾਡੇ ਰਿਸ਼ਤੇਦਾਰ ਆਏ ਇਹਨੂੰ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਅਸੀਂ ਉਹਨੂੰ ਮਿਲਦੇ ਹਾਂ ਜਾ ਕੇ ਫਿਰ ਇੱਕ ਦੋ ਵਾਰੀ ਵੀਕ ਦੇ ਵਿੱਚ ਕੋਈ ਹੈਲਪ ਵੀ ਵੱਧ ਪੂਰੀ ਕਰਦੇ ਹਾਂ ਲਿੰਗ ਦਾ ਜਾਂਦਾ ਸਟੂਡੈਂਟ ਨਾਲ ਵੀ ਗੱਲ ਕਰਦੇ ਹਾਂ ਨਾ 3.5 ਮਹੀਨੇ ਹੋ ਗਏ ਕੰਮ ਨੀ ਮਿਲਿਆ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਉਹਦੇ ਘਰ ਦੇ ਕਹਿੰਦੇ ਇਹਨੂੰ ਕਿਸੇ ਪਾਸੇ ਕੰਮ ਲਵਾ ਦਿਓ ਸਾਡਾ ਪੈਸਾ ਬਹੁਤ ਲੱਗ ਗਿਆ ਮੈਂ ਇੱਕ ਦੋ ਪੱਤਰਕਾਰਾਂ ਨੂੰ ਈਮੇਲ ਵੀ ਕੀਤੀਆਂ ਸੀਗੀਆਂ ਇੱਥੋਂ ਮੈਸੇਜ ਵੀ ਕੀਤੇ ਸੀਗੇ ਵੀ ਪਲੀਜ਼ ਇੱਕ ਬੇਨਤੀ ਹੈ ਜਿੰਨੇ ਵੀ ਇੱਥੋਂ ਜਿਹੜੇ ਲਟੇਰੇ ਨੇ ਜੀ ਇਹਨਾਂ ਨੂੰ ਤਾਂ ਕਹਿਣਾ ਨੀ ਵੀ ਇੱਥੇ ਕੀ ਹਾਲਾਤ ਨੇ ਵੀ ਤੁਹਾਡੇ ਮੂਹਰੇ ਬੇਨਤੀ ਹੈ ਕੈਨੇਡਾ ਦੇਖਣ ਨੂੰ ਹੋਰ ਹੈ ਆ ਕੇ ਇੱਥੇ ਜਿਹੜਾ ਮਾਹੌਲ ਆ ਹੋਰ ਆ ਵੀ ਉੱਥੇ ਬੱਚੇ ਨੂੰ ਅਵੇਅਰ ਕਰੋ ਵੀ ਜਿਹੜੇ ਤੁਸੀਂ ਸੁਪਨੇ ਦੇਖੀ ਜਾਂਦੇ ਹੋ ਉਹ ਵਾਲੇ ਸੁਪਨੇ ਹੁਣ ਨਹੀਂ ਰਹੇ ਉਹ ਕੈਨੇਡਾ ਪਹਿਲਾਂ ਵਾਲਾ ਨਹੀਂ ਰਿਹਾ ਇੱਥੇ ਨਾ ਮੈਡੀਕਲ ਸਹੂਲਤਾਂ ਮਿਲਦੀਆਂ ਨੇ ਨਾ ਇੱਥੇ ਰੋਟੀ ਬੰਦੇ ਨੂੰ ਮਿਲਦੀ ਹੈ ਮੈਂ ਅੱਜ ਗੱਲ ਸਾਹਿਬ ਤੁਹਾਨੂੰ ਮੇਰੀ ਆਵਾਜ਼ ਸੁਣਦੀ ਹੋਣੀ ਆ ਬਿਮਾਰ ਸੀ ਵੀਕਐਂਡ ਦੇ ਉੱਤੇ ਮੈਂ ਐਡਵਲ ਦੀ ਗੋਲੀ ਖਾ ਕੇ ਕੰਮ ਤੇ ਆਇਆ ਤੜਕੇ 4 ਮੈਨੂੰ ਬੁਖਾਰ ਸੀ ਆਹ ਹਾਲਾਤ ਆ ਤੁਸੀਂ ਛੁੱਟੀ ਤੱਕ ਨੀ ਕਰ ਸਕਦੇ ਤੁਹਾਡੇ ਜੜਾਂ ਦੇ ਵਿੱਚ ਵੱਢੀ ਤੁਰੀ ਜਾਂਦੇ ਨੇ ਤੁਹਾਡਾ ਕੈਨੇਡਾ ਦਾ ਹਾਲਾਤ ਬੱਤਰ ਤੋਂ ਬੱਤਰ ਆ ਕਿਉਂ ਲੋਕਾਂ ਨੇ ਹੁਣ ਇੱਕ ਲੈਫਟ ਬੈਕ ਟੂ ਇੰਡੀਆ ਵਾਲਾ ਬੜਾ ਚੱਲ ਰਿਹਾ ਟਿਕਟੋਕ ਦੇ ਉੱਤੇ ਵੀ ਪੰਜਾਬ ਹੀ ਮੁੜ ਜਾਓ ਯਾਰ ਜੇ ਰੋਟੀਆਂ ਖੜੀਆਂ ਤੂੰ ਬਹੁਤ ਲੋਕ ਇਹ ਸੋਚੀ ਵੀ ਜਾਂਦੇ ਨੇ ਸਾਡੇ ਗਰੁੱਪ ਦੇ ਮੁੰਡੇ ਜਿਹੜੇ ਹੁਣ ਇੰਡੀਆ ਤੋਂ ਆਏ ਨੇ ਕਹਿੰਦੇ ਯਾਰ ਉੱਥੇ ਤਾਂ ਜ਼ਿੰਦਗੀ ਸੌਖੀ ਆ ਜੇ 2 ਰੋਟੀਆਂ ਹੀ ਖਾਣੀਆਂ ਨੇ 16 ਇੱਥੇ ਮੁੰਡਾ ਇੱਕ ਮੈਨੂੰ ਜਿਮ ਦੇ ਵਿੱਚ ਮਿਲਿਆ ਜੀ ਪਿਛਲੇ ਵੀਕ 18 ਸਾਲ ਹੋ ਗਏ ਇਹਨੂੰ ਕੈਨੇਡਾ ਆਏ ਨੂੰ 16 ਸਾਲ ਹੋ ਗਏ ਉਹ ਬੰਦੇ ਦੀ ਡਰਾਈਵਲ ਦੀ ਕੰਪਨੀ ਖੁੱਲੀ ਨੂੰ ਕਲੋਨ 'ਚ ਪੂਰੇ ਤਕੜੇ ਕੰਮ ਚੱਲਦੇ ਨੇ ਉਹ ਕਹਿੰਦਾ ਬਸ ਬਾਪੂ ਭੇਜਤਾ ਮੇਰੀ ਤਿਆਰੀ ਆ ਬਹੁਤ ਵੱਡੀ ਇੱਕ ਕੰਪਨੀ ਵੀ ਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹ ਆਪਦਾ ਬੱਚ ਤੱਲਾ ਲੈ ਕੇ ਇੰਡੀਆ ਮੁੜ ਗਿਆ ਪਰ ਕੰਮ ਚੱਲੀ ਜਾਂਦਾ ਇੱਥੇ ਉਹਦਾ ਆਹ ਹਾਲਾਤ ਨੇ ਕੈਨੇਡਾ ਦੇ ਕਿਉਂ ਛੱਡਣ ਲੋਕ ਕੈਨੇਡਾ ਨੂੰ ਜੇ ਇੰਨਾ ਚੰਗਾ ਹੋਵੇ ਬੁਰੇ ਹਾਲ ਹੋ ਗਏ ਜੀ ਇਹ ਮੁਲਕ ਦੇ ਬੱਤਰ ਤੋਂ ਬੱਤਰ ਕਰਤੇ ਵੀ ਤੁਸੀਂ ਇੱਕ ਵੀਡੀਓ ਵੀ ਦੇਖੀ ਹੋਣੀ ਆ ਆਹ ਪੈਪਸੀ ਵਾਲੀ ਕੰਪਨੀ ਨੇ ਜੋਬਾਂ ਕੱਢੀਆਂ ਸੀ ਕਿੰਨੇ ਬੰਦੇ ਖੜੇ ਸੀ
ਬਹੁਤ ਲੰਬੀ ਲਾਈਨ ਸੀ। ਯੈਸ ਯੈਸ ਤੁਸੀਂ ਦੇਖੋ ਰੈਸਟੋਰੈਂਟਾਂ ਤੇ ਜਿਹੜੀ ਸਾਡੀ ਰਿਸ਼ਤੇਦਾਰ ਕੁੜੀ ਆ ਨਾ ਰੈਸਟੋਰੈਂਟ ਤੇ ਵੀ ਉਹਨੂੰ ਕੰਮ ਲਈ ਜੋਬ ਨੀ ਮਿਲ ਰਹੀ, ਰੈਸਟੋਰੈਂਟ ਤੇ ਭਾਂਡੇ ਧੋਣ ਲਈ ਵੀ ਉਹਨੂੰ ਜੋਬ ਨੀ ਮਿਲ ਰਹੀ। ਤੁਸੀਂ ਇਹ ਹਾਲਾਤ ਦੇਖ ਲਓ ਕੈਨੇਡਾ ਦੇ। ਧੰਨਵਾਦ ਧੰਨਵਾਦ ਜੀ। ਸ਼ੈਲੀ ਤੇਜਾ ਜੀ ਕੀ ਕਹਿਣਾ ਚਾਹੁੰਦੇ ਹੋ ਲਾਈਨ ਨੰਬਰ 3? ਹਾਂਜੀ ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਤੇਜਾ ਸਾਹਿਬ। ਹਾਂਜੀ ਗਿੱਲ ਸਾਹਿਬ, ਮੈਂ ਅਗਰ ਕੈਨੇਡਾ ਬਾਰੇ ਜਿਹੜਾ ਮੇਰਾ ਨਜ਼ਰੀਆ ਨਾ, ਮੈਨੂੰ ਲੱਗਦਾ ਹੈ ਕਿ ਪਿਛਲੇ ਕੁਛ ਸਾਲਾਂ ਚ ਨਾ, ਮੈਨੂੰ 16 ਸਾਲ ਹੋਏ ਨੇ ਕੈਨੇਡਾ ਰਹਿੰਦੇ, ਅੱਛਾ ਜੀ, ਬੜੀ ਮਿਸਮੈਨੇਜਡ ਹੈ ਗਵਰਨਮੈਂਟ ਨੇ ਨਾ, ਮੈਸ ਕ੍ਰੀਏਟ ਕਰ ਦਿੱਤਾ ਕਈ ਇਸ਼ੂਜ ਦੇ ਵਿੱਚ। ਤੁਸੀਂ ਦੇਖੋ, ਮੈਂ ਇੱਕ ਤੇ ਮਹਿੰਗਾਈ ਹੈ ਜਿਹੜਾ ਤੁਸੀਂ ਅੱਜ ਟੌਪਿਕ ਲਿਆਂਦਾ ਜੀ, ਇੱਕ ਹੋਰ ਚੀਜ਼ ਹੈ ਤੁਸੀਂ ਇੱਕ, ਇਹ ਸਿਰਫ ਕੈਨੇਡਾ 'ਚ ਹੀ ਹੈ, ਬਾਕੀ ਕੰਟਰੀਆਂ 'ਚ ਨਹੀਂ ਨਜ਼ਰ ਆ ਰਹੀ, ਕਿ ਜਦੋਂ ਹੁਣ ਅਸੀਂ ਸਪਰਿੰਗ ਦੇ ਵਿੱਚ ਕੋਈ ਇੰਡੀਆ ਜਾਣਾ ਚਾਹੁੰਦਾ ਤੇ 3,000 to 5,000 ਦੀ ਟਿਕਟ ਆਉਂਦੀ। ਦੇਖੋ ਸੇ ਜੀ ਬਣ ਕੀ ਰਿਹਾ, 1200 ਦੀ ਚੀਜ਼ 3,500-4,000 ਦੀ। ਦੇਖੋ ਦੱਸੋ ਕਿ ਅੱਛਾ, ਮੈਂ ਤੁਹਾਨੂੰ ਦੱਸਦਾ, ਮੈਂ ਇੰਡੀਆ ਤੋਂ ਆਇਆ ਸੀ ਦਸੰਬਰ 'ਚ, ਤੇ ਉੱਥੇ ਮੈਂ ਜਦੋਂ ਟਿਕਟ ਪਤਾ ਕੀਤੀ ਵਾਪਸ ਆਉਣ ਦੀ, ਤੇ ਇੱਕ ਪਾਸੇ ਟਿਕਟ ਇੱਕ ਮਿਲ ਰਹੀ ਸੀ ਡਾਇਰੈਕਟ ਜਿਹੜੀਆਂ ਫਲਾਈਟਾਂ ਨੇ, ਇਹ ਵੀ ਇੱਕ ਮੈਨੂੰ ਲੱਗਦਾ ਜੇ ਅਗਰ ਤੁਸੀਂ ਇਹਨੂੰ ਘੋਖ ਕਰੋ ਨਾ, ਤੁਸੀਂ ਕਿਸੇ ਦਿਨ ਪ੍ਰੋਗਰਾਮ 'ਤੇ ਲਿਆਓ, ਇਹ ਇੱਕ ਹੀ ਜਿੰਨੀ ਕਿ ਮੈਨੂੰ ਥੋੜ੍ਹੀ ਜਿਹੀ ਇਨਫੋਰਮੇਸ਼ਨ ਮਿਲੀ, ਮੈਂ ਪਤਾ ਕੀਤਾ ਕਿ ਕੈਨੇਡਾ ਦੀ ਟਿਕਟਾਂ ਕਿਉਂ ਮਹਿੰਗੀਆਂ ਨੇ, ਬਾਕੀ ਕੰਟਰੀਆਂ ਦੀ ਨਹੀਂ ਮਹਿੰਗੀ ਆ। ਤੇ ਫਿਰ ਮੈਨੂੰ ਪਤਾ ਲੱਗਾ ਕਿ ਇਹਦੇ ਪਿੱਛੇ ਵੀ ਇੱਕ ਸਕੈਮ ਹੈ, ਕਿ ਕੁਛ ਜਿਹੜੇ ਉਹ ਟਰੈਵਲ ਏਜੰਟ ਨੇ ਉਹ ਜਿੱਦਾਂ ਨਾ ਇਨਵੈਸਟਮੈਂਟ ਕਰਕੇ ਪਹਿਲਾਂ ਹੀ ਟਿਕਟਾਂ ਖਰੀਦ ਲੈਂਦੇ ਨੇ, ਤੇ ਫਿਰ ਕਿਉਂਕਿ ਉਹਨਾਂ ਨੂੰ ਪਤਾ ਇੰਨੇ ਲੱਖ ਬੰਦਾ ਇੱਥੇ ਹੈਗਾ, ਉਹਨਾਂ ਨੇ ਉਹ ਡਿਮਾਂਡ ਸਪਲਾਈ ਵਾਲੀ ਗੱਲ, ਕਿ ਫਿਰ ਮਹਿੰਗੀਆਂ ਵੇਚਾਂਗੇ। ਬਾਕੀ ਰੂਟਾਂ ਦੇ ਵਿੱਚ ਨਹੀਂ ਹੈਗੀਆਂ, ਜਿੱਦਾਂ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਮੈਂ 1-way ਟਿਕਟ ਲੈ ਕੇ ਜਾਂਦਾ ਮੋਸਟਲੀ, ਤੇ ਜਦੋਂ ਮੈਂ ਵਾਪਸ ਆਉਣਾ ਸੀ ਤੇ ਮੈਂ ਟਿਕਟ ਪਤਾ ਕੀਤੀ, ਇੱਕ ਬੰਦਾ ਮੈਨੂੰ 1.25 lakh ਦੀ ਦੇ, ਇੱਕ ਦੇ ਮੈਨੂੰ 1 lakh ਦੀ ਡਾਇਰੈਕਟ ਫਲਾਈਟ ਦੀ, ਤੇ ਉਹੀ ਟਿਕਟ ਮੈਂ ਹੋਰ ਰੂਟਸ ਤੋਂ ਪਤਾ ਕੀਤੀ, ਜਦੋਂ ਮੈਂ ਆਇਆ ANA ਇੱਕ ਫਲਾਈਟ ਹੈ ਜਾਪਾਨ ਦੀ, ਉਹ 40,000 ਚ ਟਿਕਟ ਮੈਨੂੰ ਮਿਲੀ। ਕਮਾਲ ਹੋ ਗਈ, ਮੈਂ ਤੁਹਾਨੂੰ ਇਹ ਦੱਸ ਰਿਹਾ, ਉਹ 40,000 ਦੀ ਟਿਕਟ, ਔਰ ਬੈਸਟ ਮੈਂ ਅਜੇ ਤੱਕ ਜਿੰਨੀ ਵਾਰੀ ਵੀ ਮੈਂ 16 ਸਾਲ 'ਚ ਟਰੈਵਲ ਕੀਤਾ ਇਹੋ ਜਿਹੀ ਏਅਰਲਾਈਨ ਨਹੀਂ ਦੇਖੀ, ਜਪਾ ਇਹ ਕਤਰ ਤੋਂ ਬਾਅਦ ਨੰਬਰ 2 ਤੇ ਹੈ ਗੂਗਲ ਕਰਕੇ ਦੇਖੋ, ਤੇ ਉਹੀ 40,000 ਦੀ ਟਿਕਟ ਮਿਲੀ। ਪਰ ਉਹ 'ਚ ਮੈਂ ਕਿਉਂਕਿ ਮੈਂ ਰਾਜ ਰੁਕਣਾ ਸੀ ਟੋਕੀਓ, ਤੇ ਫਿਰ ਮੈਂ ਇੱਥੋਂ ਆਇਆ, ਕਿੱਥੇ 1.25 lakh ਤੇ ਕਿੱਥੇ 40,000 ਰੁਪਇਆ ਡਾਇਰੈਕਟ ਦਾ, ਤੇ ਦੂਸਰੇ ਰੂਟ ਦਾ ਫਰਕ। ਇਹ ਵੀ ਇੱਕ ਬਹੁਤ ਵੱਡਾ ਸਕੈਮ ਹੈ, ਮੈਨੂੰ ਲੱਗਦਾ ਕਿ ਕੈਨੇਡਾ ਨਾ ਬਹੁਤ ਲਾਰਜ ਸਕੇਲ ਦੇ ਵਿੱਚ ਮਿਸਮੈਨੇਜਡ ਹੋਇਆ, ਔਰ ਇਹਦੇ ਵਿੱਚ ਤੁਸੀਂ ਦੇਖੋ ਹਰ ਚੀਜ਼ ਜਿਹੜੀ ਕੈਨੇਡਾ ਨਾਲ ਕਨੈਕਟਡ ਹੈ ਉਹ ਮਹਿੰਗੀ ਹੈ, ਬਹੁਤ ਹੀ ਮਹਿੰਗੀ ਹੈ। ਦੇਖੋ ਜੀ, ਕਣਕ ਤੇਜਾ ਸਾਹਿਬ, ਕਣਕ 7-10 cents ਦੀ ਪਾਉਂਡ ਆ ਪ੍ਰੇਰੀਜ਼ ਦੇ ਵਿੱਚ, ਅਤੇ ਉਹ 20 pounds ਦਾ ਬੈਗ ਤੁਹਾਨੂੰ $17 ਦਾ ਕਿਵੇਂ ਮਿਲ ਰਿਹਾ? ਕੋਈ ਇਹਦਾ ਲਜਿਟ ਕੋਈ ਦੱਸ ਸਕਦਾ ਵੀ ਕੀ ਹੋ ਕੀ ਰਿਹਾ, $7 ਦੀ ਚੀਜ਼ ਡਬਲ ਕਿਵੇਂ ਹੋ ਗਈ? ਬਿਲਕੁਲ ਬਿਲਕੁਲ, ਤੁਸੀਂ ਦੇਖੋ ਅਸੀਂ ਕੈਨੇਡਾ ਜਿਹੜਾ ਸੀ ਐਕਸਪੋਰਟ ਕਰਦਾ ਹੈ ਕਣਕ ਨੂੰ, ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਕਰਨ ਵਾਲਾ ਕੰਟਰੀ ਹੈ ਉਹ, ਕਿੱਦਾਂ ਹੁਣ ਤੁਸੀਂ ਆਟੇ ਦੀ ਗੱਲ ਦੇਖੋ, ਇੰਡੀਆ ਦੇ ਵਿੱਚ ਅਸੀਂ ਮੋਸਟਲੀ ਅਸੀਂ ਕਹਿੰਦੇ ਹਾਂ ਕਿ ਜਿਹੜੀ ਇੰਡੀਆ 'ਚ ਚੀਜ਼ ਮਿਲਦੀ ਹੈ ਤਕਰੀਬਨ ਡਾਲਰਾਂ ਦੇ ਵਿੱਚ ਓਨੀ ਹੁੰਦੀ ਹੈ। ਹੁਣ ਇੰਡੀਆ 'ਚ ਆਟਾ ਦੇਖੋ ਤਾਂ ਇੱਥੇ ਦਾ ਆਟਾ ਦੇਖੋ ਕਿੰਨਾ ਫਰਕ ਆ। ਬਿਲਕੁਲ ਬਿਲਕੁਲ, ਇਹ ਕਿਉਂ ਨਹੀਂ ਮਹਿੰਗਾਈ ਨੂੰ ਇਹ ਆਰਟੀਫਿਸ਼ਲੀ ਕ੍ਰੀਏਟਡ ਕੀਤੀ ਗਈ ਹੈ? ਮੈਨੂੰ ਲੱਗਦਾ ਕਿ ਕੁਛ ਜਿਹੜੀਆਂ ਵੈਸਟਡ ਇੰਟਰਸਟ ਵਾਲੇ ਬੰਦੇ ਨੇ, ਦੇ ਆਰ ਮੇਕਿੰਗ ਮਨੀ, ਜਿਹੜਾ ਯੂਕਰੇਨ ਵਾਲਾ ਇਟਸੈਲਫ ਇੱਕ ਬਹੁਤ ਵੱਡਾ ਸਕੈਮ ਹੈ। ਥੈਂਕ ਯੂ ਤੇਜਸ, ਉਹ ਕ੍ਰੀਏਟ ਕਰਕੇ। ਥੈਂਕ ਯੂ। ਹੁਣ ਇਹਦੇ ਨਾਲ ਮੈਂ ਇੱਕ ਐਡ ਕਰ ਦਵਾਂ, ਜਿਹੜੀਆਂ ਆਹ ਨਾ ਤੁਹਾਨੂੰ ਬੇਸ ਸਬਸਿਡੀ ਮਿਲੀ ਆ, ਇਹ ਤਾਂ ਆਪਣੇ ਤਾਂ 10-20 thousand ਦਾ ਹੋਊ, ਉਹਦੇ 'ਚੋਂ ਤੁਹਾਨੂੰ 14,000 ਦੇ ਤਾ। ਤੁਸੀਂ ਕੰਪਨੀਆਂ ਵੇਖੋ ਜਿਹਦੇ 'ਚ 10-10,000 ਬੰਦਾ ਕੰਮ ਕਰਦਾ, ਉਹਨਾਂ ਦੀ ਬੇਸ ਸਬਸਿਡੀ ਕਿਵੇਂ ਆ, ਉਹਨਾਂ ਵੱਲ ਨੂੰ ਵੇਖੋ ਬਈ, ਜਿਹਦੀ $1 million, $2 million ਦੀ, $4 million ਦੀ, $5 million ਦੀ ਪੇਰੋਲ ਆ ਮਹੀਨੇ ਦੀ, ਤਾਂ ਉਹਦਾ 80% ਕਿੰਨੀ ਸਬਸਿਡੀ ਹੋ ਗਈ? 4 million ਹੋ ਗਈ ਨਾ ਮਹੀਨੇ ਦੀ, 12 × 48, $50 million ਸਾਲ ਦਾ। ਤਾਂ ਕੋਵਿਡ ਤਾਂ ਲੱਗਿਆ ਘਿਓ ਵਾਂਗੂ ਲੋਕਾਂ ਨੂੰ, ਕੰਟੇਨਰ $3,500 ਦੇ ਵਿੱਚ ਦੁਬਾਰਾ ਫੇਰ ਹੋ ਗਿਆ, ਕੀਮਤਾਂ 22,000 ਵਾਲੀਆਂ ਲਾ ਰਹੇ ਨੇ, ਕੋਈ ਚੈੱਕ ਨਹੀਂ ਕਰ ਰਿਹਾ, ਕੋਈ ਇੱਥੇ ਸਿਸਟਮ ਨਹੀਂ ਹੈ ਵੀ ਜਿਹੜਾ ਉਹਨਾਂ ਨੂੰ ਕਹੇ ਵੀ ਭਾਈ ਹੁਣ ਤਾਂ ਕੰਟੇਨਰ ਤੁਹਾਡਾ 3,500 'ਚ ਆ ਰਿਹਾ, 22,000 ਦੀਆਂ ਕੀਮਤਾਂ ਵਧੀਆਂ ਹੋਈਆਂ ਕੋਵਿਡ ਦੀਆਂ, ਘੱਟ ਕਿਉਂ ਨਹੀਂ ਰਹੀਆਂ? ਨੋ, ਕੋਈ ਨਹੀਂ ਪੁੱਛ ਰਿਹਾ। ਟੇਸੀ ਇੰਟਰਪ੍ਰਾਈਜ਼ ਪ੍ਰੋਗਰਾਮ ਦੇ ਸਪੋਂਸਰ ਨੇ ਜੀ, ਉਹਨਾਂ ਨੂੰ ਫਲੈਟ ਬੈੱਡ ਟਰੱਕਰ ਦੇ ਲਈ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਚਾਹੀਦੇ ਨੇ, LMIA ਅਵੇਲੇਬਲ ਆ, 1 saal ਦਾ ਤਜ਼ਰਬਾ ਚਾਹੀਦਾ, 3,500 ਸਾਈਨ ਆਨ ਬੋਨਸ ਅਤੇ ਨਾਲ ਹੀ ਐਕਸਟੈਂਡਡ ਮੈਡੀਕਲ ਬੈਨੀਫਿਟ 3 months ਬਾਅਦ, 604-541-3434 ਨਵੀਂ ਟੇਸੀ ਦੇ ਨਾਲ ਤੁਸੀਂ 6045013934 'ਤੇ ਗੱਲਬਾਤ ਕਰ ਸਕਦੇ ਹੋ। ਲੈਂਡਾ ਗਲੋਬਲ ਪ੍ਰੋਪਰਟੀਜ਼, ਲਿਊਸੈਂਟ ਲਿਵਿੰਗ .ca
3,99,000 ਤੋਂ ਘਰ ਸ਼ੁਰੂ ਨੇ ਅਤੇ 5,49,000 ਦੇ ਥੱਲੇ ਥੱਲੇ 150 ਦੇ ਕਰੀਬ ਘਰ ਨੇ 28,500 ਸਕੁਅਰ ਫੁੱਟ ਦੀ ਫੈਸਿਲਿਟੀ ਹੈ ਜਿੱਥੇ ਤੁਸੀਂ ਜਿਹਦੇ 'ਚ ਜਿੰਮ ਵਗੈਰਾ ਅਤੇ ਪੂਲ ਵਗੈਰਾ ਸਾਰਾ ਕੁਛ lucentliving.ca 'ਤੇ ਸਾਰੀ ਜਾਣਕਾਰੀ ਲੈ ਸਕਦੇ ਹੋ। ਰਾਏ ਕੰਸਟਰਕਸ਼ਨ, ਤੁਸੀਂ ਰੈਨੋਵੇਸ਼ਨ ਕਰਨਾ ਘਰ, ਕਲੋਨਾ, ਓਲੇਵਰ, ਕੈਮਲੂਪਸ ਅਤੇ 11 ਹੋਰ ਸ਼ਹਿਰਾਂ ਦੇ ਵਿੱਚ 604-799-7201। 20,000 ਤੱਕ ਦਾ ਲੋਨ ਤੁਹਾਨੂੰ ਦਿੱਤਾ ਜਾਂਦਾ, ਕੋਈ ਉਹਦੇ 'ਤੇ ਵਿਆਜ ਨਹੀਂ ਹੋਣਾ। ਸਮਾਲ ਪੇਮੈਂਟਸ ਨਾਲ ਤੁਸੀਂ ਵਾਪਸ ਕਰ ਸਕਦੇ ਹੋ। 1 ਸਾਲ ਦਾ ਟੈਲਰਸਕਿਉਰਿਟੀ ਕੈਮਰੇ ਦੀ ਸੇਵਾ ਫਰੀ। 604-799-7201 ਰਾਏ ਕੰਸਟਰਕਸ਼ਨ। ਸਿੰਘ ਸਾਹਿਬ ਲਾਈਨ ਨੰਬਰ 1, ਤੁਸੀਂ ਏਅਰ 'ਤੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਜੀ ਕਿ ਟਰੂਡੋ ਸਾਹਿਬ ਨੇ ਕੰਟਰੀ ਫਿਨਿਸ਼ ਕਰਤਾ ਜੀ। ਇਹ ਕੰਟਰੀ ਮੈਂ ਕੰਜ਼ਰਵੇਟਿਵ ਗੌਰਮੈਂਟ ਵੀ ਦੇਖੀ ਆ ਜਿਹੜੀ ਬਹੁਤ ਟਾਈਟ ਰੱਖ ਰਹੀ ਸੀ, ਪਰ ਠੀਕ ਸੀਗਾ। ਪਰ ਇਹਨਾਂ ਨੇ ਤਾਂ ਜਮੇ ਹੀ ਓਪਨ ਕਰਤਾ ਨਾ ਕੰਮ, ਵੀ ਜਿੱਦਾਂ ਹੁਣ ਅਸੀਂ ਦੁਬਈ ਚੱਲੇ ਹਾਂ ਤੇ ਸਮਝ ਲਓ ਕੈਨੇਡਾ ਚੱਲੇ ਹਾਂ, ਇੱਕ ਬਰਾਬਰ ਹੀ ਹੋ ਗਿਆ ਕੰਮ। ਤੇ ਰਹੀ ਗੱਲ ਮਹਿੰਗਾਈ ਦੀ, ਗਿਲ ਸਾਹਿਬ ਮੈਂ ਤੁਹਾਨੂੰ ਦੱਸਦਾ, ਇੱਕ ਕੰਪਨੀ ਆ ਚਲਾ ਵੈਕ, ਉਹ ਪਾਈਪ ਬਣਾਉਂਦੀ ਆ, ਉਹ PVC ਦੇ, ABS ਦੇ ਸਾਰੇ ਪਾਈਪ ਬਣਾਉਂਦੇ ਆ। ਮੈਂ ਨਾਂ ਨੀ ਲੈਣਾ, ਉਹਦਾ ਪਹਿਲਾ ਅੱਖਰ I ਆ ਤੇ ਲਾਸਟ X ਹੈ ਨਾ। ਤੇ ਉਹ ਕੰਪਨੀ ਦੇ ਜਿਹੜਾ ਯਾਰਡ ਸੀਗਾ ਨਾ, ਉਹ ਕੰਪਨੀ ਦੇ ਯਾਰਡ ਚ ਪਾਈਪਾਂ ਦੇ ਬਣਾ ਬਣਾ ਕੇ ਪਹਾੜ ਪਏ ਸੀਗੇ, ਪਹਾੜ ਮਾਊਂਟੇਨਸ। ਪਰ ਜਦੋਂ ਅਸੀਂ ਕਿਸੇ ਲੈਣ ਜਾਂਦੇ ਸੀ ਬਾਏ ਕਰਨ ਵਾਸਤੇ, ਤਾਂ ਸਾਨੂੰ ਉਹ 5-4 ਦਿੰਦੇ ਸੀ ਜੀ, ਸਾਨੂੰ ਤਾਂ ਇੰਨੀ ਮਤਲਬ ਪਿੱਛੋਂ ਆਈ। ਉਹਨਾਂ ਨੇ ਸਪਲਾਈ ਘਟਾ ਤੀ ਜੀ ਜਾਣ ਕੇ, ਉਹ ਜਿਹੜਾ ਹੁਣ ਪਾਈਪ ਸੀਗਾ ਉਹ ਬਹੁਤ ਮਹਿੰਗਾ ਹੋ ਗਿਆ। ਤੇ ਜਿਹੜਾ $24-25 ਦਾ ਪਾਈਪ ਸੀਗਾ 4 ਇੰਚ ਦਾ, ਉਹ ਜੀ ਅਰਾਊਂਡ $65 ਦਾ ਹੋ ਗਿਆ ਅੱਜ ਦੀ ਡੇਟ ਚ। ਤੇ ਬਹਾਨਾ ਇਹ ਲਾਇਆ ਜੀ ਆਹ ਸਾਡੀ ਸਪਲਾਈ ਹੈ ਨੀ, ਸਾਡੀ ਮੈਨੂਫੈਕਚਰਿੰਗ ਹੈ ਨੀ, ਪਰ ਮੈਨੂਫੈਕਚਰਿੰਗ ਬਹੁਤ ਸੀਗੀ ਜੀ, ਬਹੁਤ ਲਾਰਜ ਸਕੇਲ ਤੇ। ਫਿਰ ਇਹ ਬਾਕੀ ਤੁਸੀਂ ਆ ਮੈਡੀਕਲ ਸਾਈਡ ਦੇਖ ਲਓ ਜਾਂ ਤੁਸੀਂ ਹੋਸਪਿਟਲ ਦੇਖ ਲਓ, ਕੁਛ ਨੀ ਹੈਗਾ। ਕੋਈ ਐਜੂਕੇਸ਼ਨ ਸਿਸਟਮ ਦੇਖ ਲਓ, ਸਾਰੇ ਪਾਸੇ ਜਿੱਦਾਂ ਮਤਲਬ ਕਿ ਜਿੱਦਾਂ ਅਨਆਰਗੇਨਾਈਜ਼ਡ ਆ ਨਾ, ਮਤਲਬ ਕਿ ਉੱਦਾਂ ਹੋ ਗਿਆ ਕੰਟਰੀ। ਬਹੁਤ ਦੁੱਖ ਲੱਗਾ ਜੀ। ਬਾਕੀ ਆ ਰਹਿੰਦੀ ਹੁੰਦੀ ਗਜ਼ਲ, ਸਾਡੇ ਸਿੰਘ ਨੇ, ਜਗਮੀਤ ਹੋਣਾ ਨੇ, ਇਹਨਾਂ ਨੇ ਪੂਰੀ ਕਰਤੀ, ਆਪਣਾ ਦੇਖ ਲਿਆ ਸਾਰਾ ਕੁਛ ਕਿ ਮੈਨੂੰ ਕਿੱਥੇ ਬੈਨੀਫਿਟ ਆ, ਤੇ ਇਹਨਾਂ ਨੇ ਕਰਤਾ। ਇਹਦਾ ਵੀ ਬਹੁਤ ਵੱਡਾ ਯੋਗਦਾਨ ਹੈ। ਪਰ ਗੋਰੇ ਜਿਹੜੀ ਸਾਡੀ ਮਾੜੀ ਮੋਟੀ ਰਿਸਪੈਕਟ ਸੀਗੀ ਪੱਗਾਂ ਵਾਲਿਆਂ ਦੀ, ਇਸ ਬੰਦੇ ਕਰਕੇ ਉਹ ਵੀ ਜਾਂਦੀ ਲੱਗੀ। ਥੈਂਕ ਯੂ ਜੀ। ਥੈਂਕ ਯੂ ਜਸਵੀਰ ਸਿੰਘ ਜੀ। ਲਾਈਨ ਨੰਬਰ 2, ਤੁਸੀਂ ਏਅਰ ਤੇ ਹੋ। ਸਰ ਜਸਵੀਰ ਸਿੰਘ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਟੋਡੋ ਭਾਜ ਦਾ ਜੀ ਇੱਦਾਂ ਲਿਆਉਣ ਲੱਗ ਪਿਆ ਬੰਦਿਆਂ ਨੂੰ, ਜਿੱਦਾਂ ਆਪਾਂ ਸੀਰੀਅਸ ਤੋਂ ਲਿਆ ਲਿਆ ਵਿਚਾਰੇ, ਸਲਵਾਰਾਂ ਪਾ ਕੇ ਉਤਰੀ ਜਾਂਦੇ ਆ, ਬੈਠੇ ਹੰਡੀਆਂ ਖਾਈ ਜਾਂਦੇ ਆ, ਬੁਰਕੇ ਪਾ ਕੇ ਤਕਾਲਾਂ ਨੂੰ ਪਾਰਕ ਦੇ ਵਿੱਚ ਫਿਰਦੀਆਂ। ਕਹਿੰਦੇ ਜਿੱਥੇ ਕੰਮ ਬਹੁਤ ਆ, ਕੰਮ ਸਾਡਾ 5-6 ਨਿਆਣੇ ਤਾਂ ਜੀ, ਕਈ ਨਾ ਆਪਣਾ ਕੰਮ ਹੀ ਲੱਭਦਾ ਉੱਤਰ, ਕਹਿੰਦੇ ਲੇਬਰ ਦੀ ਬਹੁਤ ਸ਼ੋਰਟ ਆ, ਕੰਮ ਬਹੁਤ ਕੈਨੇਡਾ ਦੇ ਵਿੱਚ, ਕੰਮ ਹੈ ਕਿੱਥੇ ਦੱਸ ਦਿਓ, ਅਸੀਂ ਵੀ 2-3 ਬੋਰੀਆਂ ਚੁੱਕ ਲਈਏ ਕਿਸੇ ਰੋਡ ਤੋਂ। ਦੇਖੋ ਕੱਪੜੇ ਤਾਂ ਜੀ ਆਪਾਂ ਵੀ ਕੁੜਤੇ ਪਜਾਮੇ ਪਾਉਂਦੇ ਹਾਂ, ਸ਼ੇਰਵਾਨੀਆਂ ਪਾਉਂਦੇ ਹਾਂ, ਅਤੇ ਸਾਡੀਆਂ ਬੀਬੀਆਂ ਸਿਰ 'ਤੇ ਦਸਤਾਰਾਂ ਸਜਾਉਂਦੀਆਂ ਨੇ, ਇਹ ਨਹੀਂ ਇਸ਼ੂ ਹੈ, ਉਹ ਬਰਾਬਰਤਾ ਦਾ। ਜੇ ਸਾਨੂੰ ਹੱਕ ਆ ਤਾਂ ਉਹਨਾਂ ਨੂੰ ਵੀ ਹੱਕ ਹੈ। ਗੱਲ ਵਿਸ਼ੇ ਦੀ ਆਪਾਂ ਕਰੀਏ। ਰਾਜ ਜੀ ਲਾਈਨ ਨੰਬਰ 3, ਤੁਸੀਂ ਏਅਰ 'ਤੇ ਹੋ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ ਉਹ ਬਾਈ ਉਦਾਂ ਕਹਿ ਗਏ ਜਗਮੀਤ ਸਿੰਘ ਬਾਰੇ, ਮੈਂ ਬਹੁਤ ਚੜਦਾ ਜਦੋਂ ਆਪਾਂ ਸੁਣਦੇ ਹੁੰਦੇ ਹਾਂ ਤੇ ਮੇਰੇ ਦਿਮਾਗ 'ਚ ਆਉਂਦਾ, ਮੈਂ ਕਿਹਾ ਜਿੱਦਣ ਦੇ ਜਗਮੀਤ ਸਿੰਘ ਨੇ ਹਾਮੀ ਭਰੀ ਟਰੂਡੋ ਸਾਹਿਬ ਨੂੰ ਵੀ ਮੈਂ ਤੁਹਾਡੇ ਨਾਲ ਹਾਂ, ਉਦਣ ਤੋਂ ਬਾਅਦ ਚੋਂ ਟਰੂਡੋ ਸਿੰਘ ਦਾ, ਟਰੂਡੋ ਜੀ ਦਾ ਚੇਂਜ ਹੀ ਹੋ ਗਿਆ ਸਾਰਾ ਲਿਹਾਜ਼ਾ ਜੀ, ਸਾਰੇ ਜਿੰਨੇ ਡਿਸੀਜਨ ਲਏ ਇੰਟਰਸਟ ਰੇਟ ਤੋਂ ਲੈ ਕੇ। ਪਰ ਮੈਨੂੰ ਲੱਗਦਾ ਸਾਰਿਆਂ ਤੋਂ ਵੱਡਾ ਧੋਖਾ ਆਪਣੇ ਨਾਲ ਜਗਮੀਤ ਸਿੰਘ ਨੇ ਕੀਤਾ। ਉਹ ਆਮ ਆਦਮੀ ਦੀ ਜਾਂ ਆਮ ਲੋਕਾਂ ਦੀ ਗੱਲ ਕਰਦੇ ਆ, ਦੇਖੋ ਨਾ ਤਾਂ ਖਾਣ ਦਾ ਸਮਾਨ ਸਸਤਾ ਹੋਇਆ, ਨਾ ਪਾਉਣ ਦਾ, ਨਾ ਆਉਣ ਜਾਣ ਦਾ, ਫਿਰ ਉਹ ਕਿਹੜੇ ਆਮ ਬੰਦੇ ਦੀ ਗੱਲ ਕਰਦੇ, ਮੈਨੂੰ ਤਾਂ ਸਮਝ ਲੱਗੀ। ਮੈਨੂੰ ਲੱਗਦਾ ਸਭ ਤੋਂ ਵੱਡਾ ਧੋਖਾ ਇਹਨੇ ਜਗਮੀਤ ਸਿੰਘ ਨੇ ਕੀਤਾ ਜੀ, ਸਪੋਰਟ ਕਰਕੇ। ਸਵਾਮ ਮਨਵੀਰ ਸਿੰਘ ਗਰੇਵਾਲ ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ। ਹਾਂਜੀ, ਮੈਂ ਕਿਹਾ ਜਿਹੜੀ ਤਾਂ ਆਪਾਂ ਪਿੱਛੇ ਕਾਲ ਕਰਕੇ ਗਏ ਨੇ ਫਲਾਈਟਾਂ ਦੀ ਗੱਲ, ਫਲਾਈਟਾਂ ਦੀ ਆਪਾਂ ਏਜੰਟਾਂ ਦੇ ਉੱਤੇ ਆਪਾਂ ਚਲੋ ਦੋਸ਼ ਦੇ ਵੀ ਸਕਦੇ ਹਾਂ, ਪਰ ਮੇਨਲੀ ਫੋਰਨ ਪਾਲਿਸੀ ਦਾ ਸਾਰਾ ਇਹ ਅਸਰ ਹੈ ਜੀ। ਇਹ ਚਾਈਨਾ ਦੀਆਂ, ਸਾਊਦਰਨ ਚਾਈਨਾ, ਚਾਈਨਾ ਈਸਟਰਨ, ਤਿੰਨੇ ਫਲਾਈਟਾਂ ਬੰਦ ਨੇ, ਤਿੰਨ ਏਅਰਲਾਈਨਸ ਦੀਆਂ। ਤੇ ਦੇਖਿਆ ਜਾਵੇ ਰਸ਼ੀਆ ਦੇ ਉੱਤੇ ਦੀ ਦੂਜੀ ਏਅਰ ਕੈਨੇਡਾ ਵਾਲੀ ਨਹੀਂ ਜਾ ਸਕਦੀ। ਇਹਨਾਂ ਨੇ ਹਜੇ ਤੱਕ ਕੋਈ ਆਲਟਰਨੇਟਿਵ ਰੂਟ ਹੀ ਨਹੀਂ ਡਿਸਾਈਡ ਕੀਤਾ, ਕਿੰਨੇ ਚਿਰ ਹੋ ਗਏ ਇਹਨਾਂ ਨੂੰ ਡਾਇਰੈਕਟ ਫਲਾਈਟ ਦਾ। ਬਿਲਕੁਲ, ਚਲੋ ਬੰਦ ਹੋ ਸਕਦੀ ਹੈ, ਪਰ ਤੁਸੀਂ ਜੇ ਰਸ਼ੀਆ ਦੀ ਲੜਾਈ ਚਾਹੇ 10 ਸਾਲ ਚੱਲ ਗਈ ਤਾਂ ਮਤਲਬ ਕੈਨੇਡਾ ਤੋਂ ਕੋਈ ਫਲਾਈਟ ਜਾ ਹੀ ਨਹੀਂ ਸਕਦੀ ਡਾਇਰੈਕਟ ਦਾ ਮਤਲਬ। ਤੇ ਚਾਰਜ ਕਰਦੇ ਨੇ, ਏਅਰ ਕੈਨੇਡਾ ਚਾਰਜ ਕਰੇ ਉਹਨਾਂ, ਠੀਕ ਆ। ਤੇ ਦੂਜੀ ਗੱਲ ਰਹੀ ਇੰਪਲੋਇਮੈਂਟ ਦੀ, ਮੇਰੇ ਹਿਸਾਬ ਨਾਲ
ਮੈਂ ਤੁਹਾਨੂੰ ਆਪਣੀ ਪਰਸਨਲ ਦੱਸਦਾ ਕਿ ਮੈਨੂੰ ਇਸ ਟਾਈਮ ਬੰਦੇ ਦੋ ਚਾਹੀਦੇ ਸੀ ਤੇ ਮੈਂ ਗੱਲ ਕੀਤੀ ਮੈਂ ਕਿਹਾ ਬੰਦੇ ਰੱਖ ਕੇ ਕਰ ਲਈ ਕੋਈ ਕੰਮ ਸੀਗਾ ਅਨਫ ਬੰਦੇ ਕਹਿੰਦੇ ਨਹੀਂ ਘੰਟੇ ਬਾਅਦ ਲਾ ਲਾਂਗੇ ਕਹਿੰਦੇ ਸਾਡਾ ਸਰਦਾ ਨੀ ਤੇ ਅੱਠ ਅੱਠ ਵਜੇ ਤੱਕ ਕੰਮ ਕਰਦੇ ਨੇ ਵੀ ਦੇਖੋ ਮੈਨੂੰ ਆਪ ਨੂੰ ਕਈ ਵਾਰ ਸ਼ਰਮਿੰਦਗੀ ਹੋ ਜਾਂਦੀ ਹੈ ਵੀ ਯਾਰ ਵੀ ਜਿਵੇਂ ਕਿਵੇਂ ਕਰਦੇ ਨੇ ਪਰ ਉਹ ਕਰਨਾ ਪੈਂਦਾ ਬੰਦਿਆਂ ਨੂੰ ਹੁਣ ਇਸ ਕਰਕੇ ਸ਼ੋਰਟੇਜ ਹੋਰ ਆਉਣੀ ਹੈ ਕਿਉਂਕਿ ਬੰਦਿਆਂ ਦੇ ਜਦ ਪੇਮੈਂਟਾਂ ਹੋਰ ਵਧਣੀਆਂ ਨੇ ਕੁਛ ਹੋਣਾ ਬੰਦਿਆਂ ਨੇ ਕੰਮ ਵੱਧ ਕਰਨੇ ਨੇ ਤੇ ਬੰਦੇ ਲੇ ਆਫ ਵੀ ਹੋਣਗੇ ਇਹਦੇ ਵਿੱਚੋਂ ਹੋਰ ਤੇ ਨਾਲ ਉਹਨਾਂ ਦੀ ਸਿਹਤ ਤੇ ਮਾਨਸਿਕ ਸਿਹਤ ਦੀਆਂ ਮੁਸ਼ਕਲਾਂ ਜਿਹੜੀਆਂ ਅੱਡ ਹਾਂਜੀ ਸਿਹਤ ਵਾਲੀ ਤਾਂ ਆਪਣੀ ਲਾਈਨ ਤੁਸੀਂ ਦੇਖੋ ਵੀ ਦੋ ਸਾਲ ਬਾਅਦ ਤਾਂ ਮੈਨੂੰ ਮਿਲੀ ਸੀਗੀ ਫੋਨ ਤੇ ਇੰਟਰਵਿਊ ਸੀ ਉਹ ਮੈਂ ਉਹਨੂੰ ਮੈਡੀਕਲ ਚੈੱਕਅਪ ਨਹੀਂ ਕਹਿ ਸਕਦਾ ਡਾਕਟਰ ਨੇ ਦੋ ਸਾਲ ਬਾਅਦ ਮੈਨੂੰ ਫੋਨ ਲਾਇਆ ਜੀ ਤੁਸੀਂ ਲਾ ਲਓ ਸਾਹਿਬ ਮੇਰੇ ਸੀਲੀਅਕ ਦਾ ਮੈਨੂੰ ਪ੍ਰੋਬਲਮ ਆਈ ਸੀ ਮੈਂ ਹੈਰਾਨ ਰਹਿ ਗਿਆ ਵੀ ਯਾਰ ਦੋ ਸਾਲ ਬਾਅਦ ਫੋਨ ਕਰਨਾ ਸੀ ਫੋਨ ਵੀ ਤੁਸੀਂ ਐਟਲੀਸਟ ਤੁਸੀਂ ਉਹ ਮੈਨੂੰ ਤਾਂ ਇਹ ਸੀ ਮੇਰੀ ਉਹ ਜਿਹੜੀ ਸਰਜਰੀ ਹੋਣੀ ਸੀ ਵੀ ਸਰਜਰੀ ਹੋਊਗੀ ਦੋ ਸਾਲ ਬਾਅਦ ਫੋਨ ਆਇਆ ਜੀ ਉਹ ਦੇਖੋ ਉਹ ਬੈਕਅਪ ਹੋਣੀ ਉਹ ਤੋਂ ਬਾਅਦ ਤੁਸੀਂ ਵਰਸ ਤੋਂ ਵਰਸ ਹੋਣਾ ਇਹ ਕਿਉਂਕਿ ਹਜੇ ਤਾਂ ਸਿਚੁਏਸ਼ਨ ਸਟਾਰਟ ਹੋਈ ਆ ਹੋਣੀ ਹੈ ਜੀ ਥੈਂਕ ਯੂ ਲੋਕਲ ਹਸਪਤਾਲਾਂ ਦੇ ਵਿੱਚ 11-11, 12-12 ਘੰਟੇ ਪਰਿਵਾਰ ਜਿਨ੍ਹਾਂ ਦੀ ਮੈਂ ਗੱਲਬਾਤ ਮੈਂ ਕਰਦਾ ਜਿਹੜਾ ਮੈਂ ਸੋਗਮਈ ਸੂਚਨਾ ਦਿੱਤੀ ਹੈ ਚੀਮਾ ਸਾਹਿਬ ਦੀ ਉਹ ਆਪਣੇ ਰਿਸ਼ਤੇਦਾਰ ਨੇ ਉਹ ਕੈਂਸਰ ਨਾਲ ਪੀੜਿਤ ਸੀ ਉਹ ਕਹਿੰਦੇ ਅਸੀਂ ਉਹਨਾਂ ਨੂੰ ਐਂਬੂਲੈਂਸ 'ਚ ਭੇਜਦੇ ਰਹੇ ਹਾਂ ਜਦੋਂ ਢਿੱਲੇ ਹੁੰਦੇ ਸੀ ਐਂਬੂਲੈਂਸ ਬੇ ਦੇ ਵਿੱਚ ਪਾ ਦਿੰਦੇ ਇੱਕ ਵਾਰ 15ਵੇਂ ਘੰਟੇ ਵਾਰੀ ਆਈ ਉਹਨਾਂ ਦੀ ਕਹਿੰਦੇ ਨੇ ਐਂਬੂਲੈਂਸ ਵਾਲਿਆਂ ਨੂੰ ਪ੍ਰਾਇਓਰਟੀ ਦਿੰਦੇ ਆ ਦੇ ਭੁੱਲ ਕੇ ਇਹਨਾਂ ਦੇ ਦਿਓ ਕਿਤੇ 50-100 ਹੋਰ ਖਰਚੋਗੇ ਹਾਲ ਉਹੀ ਆ ਸੋ ਬੰਦੇ ਤੁਸੀਂ ਲਿਆਉਣੇ ਆ ਸਹੂਲਤਾਂ ਤੁਸੀਂ ਦੇਣੀਆਂ ਨਹੀਂ ਆਟਵਾ ਦੇ ਵਿੱਚ ਜਿਹੜੇ ਉੱਥੇ ਮਹਿਲ ਨੇ ਉਹਨਾਂ ਨੂੰ ਨਹੀਂ ਫਰਕ ਹੈ ਉਹਨਾਂ ਦਾ ਜਹਾਜ਼ ਚਾਰਟਰਡ ਖੜ੍ਹੇ ਨੇ ਸਿਕਿਉਰਿਟੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਥੋੜ੍ਹਾ ਤੰਗੀ ਆ ਕੋਈ ਤੰਗੀ ਤਾਂ ਆਮ ਲੋਕਾਂ ਨੂੰ ਹੈ ਤੁਹਾਡੇ ਦੇਸ਼ ਦੇ ਵਿੱਚ ਪੈਦਾ ਹੋਇਆ ਅਨਾਜ ਦੁਨੀਆ ਨੂੰ ਤੁਸੀਂ ਭੇਜ ਰਹੇ ਹੋ ਤੁਹਾਡੇ ਦੇਸ਼ ਦੇ ਵਿੱਚ ਇੱਕ 10-15 ਪਾਉਂਡ ਦਾ ਬੈਗ ਡਬਲ ਕੀਤਾ ਹੋਇਆ ਕੋਈ ਪੁੱਛਣ ਵਾਲਾ ਹੈ ਨਹੀਂ ਕੌਣ ਪੁੱਛੂ ਕਿਹੜਾ ਡਿਪਾਰਟਮੈਂਟ ਪੁੱਛੂ ਅਤੇ ਇਹੀ ਏਅਰਲਾਈਨਾਂ ਨੂੰ ਤੁਸੀਂ 80-80% ਸਬਸਿਡੀ ਬਿਲੀਅਨਸ ਆਫ ਡਾਲਰ ਤੁਸੀਂ ਦਿੱਤਾ ਨੈਸ਼ਨਲ ਕੈਰੀਅਰ ਅਤੇ ਉਹ ਜਾ ਨਹੀਂ ਰਹੀ 4000 ਵਾਲੀ ਅੱਜ ਟਿਕਟ ਛੱਡ ਕੇ 66 ਨੂੰ ਚੜ੍ਹ ਜਾ ਕੇ ਦੁਬਈ ਉੱਤਰ ਜਾ ਦੋਹਾ ਉੱਤਰ ਜਾ $1400 'ਚ ਪੰਜਾਬ ਦਿੱਲੀ ਉੱਤਰ ਜਾ ਕੇ ਅਗਲਾ ਕਹਿ ਪਰ ਦੇਸ਼ ਕਿਹਨੂੰ ਦਿੰਦੇ ਹੋ ਰੈਂਟ ਦੇਨੂੰ ਕਿਹਨੂੰ ਦਿੰਦੇ ਹੋ ਤੁਸੀਂ ਪੈਸੇ ਅਤੇ ਜਾਈਏ ਕਿੱਥੇ ਨੂੰ ਕਮਾਲ ਦੀ ਕਹਾਣੀ ਆ ਯਾਰ ਇਹੋ ਜਿਹਾ ਹਾਲ ਕਦੇ ਨਹੀਂ ਵੇਖਿਆ 1997 ਦੇ ਆਏ ਹੋਏ ਆ 26 ਸਾਲ ਹੋ ਗਏ ਆਹ ਤਾਂ ਅਲੱਗ ਜੀ ਛੇਤੀ ਛੇਤੀ ਕਰਿਓ ਗੱਲ ਕਾਲਰਸ ਨੂੰ ਬੇਨਤੀ ਹੈ ਸਰ ਜਸਪ੍ਰੀਤ ਸਿੰਘ ਜੀ ਲਾਈਨ ਨੰਬਰ 1 ਹੈਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਗੁਰਫਤਿਹ ਜੀ ਹਾਂਜੀ ਵੀਰ ਜੀ ਬਸ ਜੀ ਮੈਂ ਤਾਂ ਇੱਕੋ ਗੱਲ ਕਰਨੀ ਹੈ ਜਦੋਂ ਤੱਕ ਭਾਈ ਲਾਲ ਮਲਕ ਭਾਗੋ ਨੂੰ ਇਹ ਪਤਾ ਨਹੀਂ ਨਾ ਲੱਗਦਾ ਵੀ ਉਹ ਖੂਨ ਚੂਸ ਰਿਹਾ ਜੀ ਉਦੋਂ ਤੱਕ ਇਹਦਾ ਸੋਲੂਸ਼ਨ ਨਹੀਂ ਹੈਗਾ ਇਹ ਦੁਨੀਆਂ ਤੇ ਹਰੇਕ ਕਿੱਤੇ ਗਈ ਆ ਪੂਨੀਆ ਸਾਹਿਬ ਸਰ ਸੁਖਵੀਰ ਸਿੰਘ ਹੈਲੋ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਗਿੱਲ ਸਾਹਿਬ ਇੱਕ ਹੋਰ ਗੱਲ ਸੁਣੀ ਤੁਸੀਂ ਕਿ ਜਦੋਂ ਟਰੂਡੋ ਸਾਹਿਬ ਆਪਣੇ ਰਾਣੀ ਦੇ ਉੱਥੇ ਸੰਸਕਾਰ ਤੇ ਗਏ ਸੀ ਇੰਗਲੈਂਡ ਦਸਾਂ ਦਿਨਾਂ ਦੇ ਵਿੱਚ ਕਹਿੰਦੇ $400,000+ ਖਰਚਾ ਆ ਗਿਆ ਉਹਨਾਂ ਦੇ ਰਹਿਣ ਦੇ ਉੱਤੇ ਜਿਹੜਾ ਇੱਕ ਹੋਟਲ ਕੀਤਾ 4,000 ਪਾਉਂਡ ਜਿੱਦਾਂ ਨਾਈਟ ਦਾ ਤੇ $6,000 ਉਹ ਖਰਚਾ ਇਹ ਤਾਂ ਜੀ ਇਹਨਾਂ ਤੇ ਇਨਕੁਆਇਰੀ ਹੋਣੀ ਚਾਹੀਦੀ ਟਰੂਡੋ ਸਾਹਿਬ ਤੇ ਤੇ ਮੈਂ ਹੁਣ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਇਸ ਦਾ ਹੱਲ ਕੀ ਹੈਗਾ ਇਸ ਦਾ ਹੱਲ ਬੇਨਤੀ ਕਰ ਸਕਦੇ ਲੋਕਾਂ ਨੂੰ ਕਿ ਜਿਹੜੇ ਜਦੋਂ ਇਲੈਕਸ਼ਨ ਆਵੇ ਪੁਲਿਸ ਇਹਨਾਂ ਨੂੰ ਮੂਵ ਕਰੋ ਠੀਕ ਹੈ ਨਾ ਕਿ ਮੈਂ ਕੋਈ ਕੰਜ਼ਰਵੇਟਿਵ ਦਾ ਸਪੋਰਟਰ ਨਹੀਂ ਹੈਗਾ ਪਰ ਆਪਾਂ ਨੂੰ ਮੂਵ ਕਰਨ ਲਈ ਕੰਟਰੀ ਦੀ ਬਿਹਤਰੀ ਲਈ ਉਹਨਾਂ ਨੂੰ ਲਿਆਉਣਾ ਪੈਣਾ ਇੱਕ ਵਾਰੀ ਥੈਂਕ ਯੂ ਵੈਰੀ ਮੱਚ ਥੈਂਕ ਯੂ ਵੀਰ ਜੀ ਟਰੂਡੋ ਉਹਨਾਂ ਦੇ ਹਲੇ ਤੱਕ ਰਾਈਟ ਆਫ ਇਨਫੋਰਮੇਸ਼ਨ ਥੱਲੇ ਪਾਇਆ ਵੀ ਉਹ ਰੂਮ 'ਚ ਠਹਿਰਿਆ ਕਿਉਂ ਜਿਹਦਾ ਪਰਸਨਲ ਸ਼ੈਫ ਸੀ ਪਾਣੀ ਦੇ ਕੰਢੇ ਬਿਲਕੁਲ ਥੇਮਸ ਦਰਿਆ ਦਾ ਰਮਣੀਕ ਨਜ਼ਾਰਾ ਸੀ ਪਰ ਉਹ ਦੱਸ ਨਹੀਂ ਸਕੇ ਕੌਣ ਆ ਹੋਰ ਕੌਣ ਠਹਿਰ ਸਕਦਾ ਉਹਦੇ ਵਿੱਚ ਇੱਕ ਮੈਂ ਗੱਲ ਕੱਲ੍ਹ ਨੂੰ ਜਿਹੜੀ ਕਰਨੀ ਹੈ ਜਿਹੜੀ ਚਾਈਨੀਜ਼ ਕਮਿਊਨਿਸਟ ਪਾਰਟੀ ਦੀ ਇੰਟਰਫੀਅਰੈਂਸ ਹੋਈ ਹੈ 2019 ਦੀ ਇਲੈਕਸ਼ਨ 'ਚ ਉਹ ਪਿਛਲੀ ਇਲੈਕਸ਼ਨ ਦੇ ਵਿੱਚ ਰਿਚਮੰਡ 'ਚ ਵੀ ਹੋਈ ਹੈ ਇੱਕ ਹਾਂਗਕਾਂਗ ਵਾਲੇ ਪਾਸੇ ਨੂੰ ਜਿਹੜਾ ਕੈਂਡੀਡੇਟ ਸੀ ਉਹਨੂੰ ਉਹਦੇ ਅਗੇਂਸਟ ਵੀ ਚੈਟ ਦੇ ਵਿੱਚ ਕੀ ਕੁਛ ਕੀਤਾ ਗਿਆ ਕੱਲ੍ਹ ਨੂੰ ਡੀਟੇਲ 'ਚ ਮੈਂ ਤੁਹਾਨੂੰ ਦੱਸੂ ਕਿਵੇਂ ਉਹਨੂੰ ਚੀਊ ਨੂੰ ਜਿਹੜਾ ਹਰਾਇਆ ਗਿਆ ਅਤੇ ਕਿਸ ਤਰ੍ਹਾਂ ਇੱਕ 2019 'ਚ ਸੀਸਸ ਨੇ ਦੱਸਿਆ ਸਰਕਾਰ ਨੂੰ ਪ੍ਰਾਈਮ ਮਿਨਿਸਟਰ ਆਫਿਸ ਨੂੰ ਦੱਸਿਆ ਵੀ ਤੁਹਾਡਾ ਫਲਾਣਾ ਜਿਹੜਾ ਬੰਦਾ ਉਹਦੀ ਨੋਮੀਨੇਸ਼ਨ ਦੇ ਵਿੱਚ ਇਸ ਤਰ੍ਹਾਂ ਬੱਸਾਂ ਭਰ ਕੇ ਗਈਆਂ ਅੰਬੈਸੀ ਦੇ ਵਿੱਚੋਂ ਚਾਈਨੀਜ਼ ਦੇ ਵਿੱਚੋਂ ਸੀਸਸ ਵੱਲੋਂ ਦੱਸਿਆ ਗਿਆ ਸੀਸਸ ਦੇ ਸਾਬਕਾ ਚੀਫ ਨੇ ਕੱਲ੍ਹ ਜਿਹੜੀ ਗਲੋਬਲ ਨੂੰ ਨਿਊਜ਼ ਦੇ ਇੰਟਰਵਿਊ ਦਿੱਤੀ ਉਹ ਕਹਿੰਦਾ ਮੈਂ ਸਾਰਾ ਕੁਝ ਦੱਸਿਆ ਹੁਣ ਇਹਦੀ ਪਬਲਿਕ ਇਨਕੁਆਇਰੀ ਹੋਊ ਦੇਖਿਓ ਤੁਸੀਂ ਆਉਣ ਵਾਲੇ ਦਿਨਾਂ 'ਚ ਕੀ ਨਿਕਲਦਾ
ਇਸ ਜੀ ਅੱਜ ਦਾ ਪ੍ਰੋਗਰਾਮ, ਕੱਲ੍ਹ ਨੂੰ ਮਿਲਦੇ ਹਾਂ, ਰੱਬ ਰਾਖਾ।